ਫੈਸਲੇ ਨਾਲ ਜੋ ਕਿ ਰੈਫਰੈਂਡਮ 2020 ਬਾਰੇ ਪੰਜਾਬ ਵਿੱਚ ਉਹਦੇ ਬਾਰੇ ਲੋਕਾਂ ਨੂੰ ਦੱਸ ਰਹੇ ਹਨ। ਪਹਿਲੇ ਅਸੀਂ ਗੱਲ ਕਰਾਂਗੇ ਸਾਬੀ ਸਿੰਘ ਹੋਣਾ ਨਾਲ। ਹਾਂਜੀ ਭਾਈ ਸਾਹਿਬ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਦੂਰ ਦੁਰਾਡੇ ਜਿੱਥੇ ਵੀ ਟੀਵੀ ਮਾਧਿਅਮ ਰਾਹੀਂ ਸਾਡੇ ਆਵਾਜ਼ ਸੰਗਤਾਂ ਕਿੱਥੇ ਵੀ ਸਿੱਖ ਸੰਗਤ ਵੱਸਦੀ ਹੈ, ਸੁਣ ਰਹੀ ਆ, ਜਾਂ ਹੋਰ ਇੱਥੇ ਮੌਜੂਦ ਮੇਰੇ ਵੀਰ ਭੈਣਾਂ ਬਜ਼ੁਰਗਾਂ ਨੂੰ ਗੱਜ ਕੇ ਪਹਿਲਾਂ ਤਾਂ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅੱਜ ਸਾਰੀਆਂ ਸੰਗਤਾਂ ਆਪ ਜਾਣੂ ਹੋ ਕੇ ਸਟਾਕਟਨ ਦੀ ਧਰਤੀ ਉੱਤੇ ਖਾਲਸਾ ਸਾਜਨਾ ਦਿਵਸ, ਖਾਲਸਾ ਜੀ ਦੇ ਜਨਮ ਦਿਨ ਉੱਤੇ ਆ ਸਾਰੀਆਂ ਸੰਗਤਾਂ ਵਿਸਾਖੀ ਦੇ ਪੁਰਬ 'ਤੇ ਇਕੱਠੀਆਂ ਹੋਈਆਂ। ਮੈਂ ਸਮੂਹ ਸੰਗਤਾਂ ਵੱਲੋਂ, ਸਮੂਹ ਅਮਰੀਕਾ ਖਾਸ ਕਰਕੇ ਸੈਕਰਾਮੈਂਟੋ ਜਾਂ ਸਟਾਕਟਨ ਏਰੀਆ ਸੰਗਤਾਂ ਵੱਲੋਂ ਸਮੂਹ ਸੁਣਨ ਵਾਲੇ ਸਿੱਖਾਂ ਨੂੰ ਵੱਧ ਤੋਂ ਵੱਧ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਾ। ਸਿੱਖ ਫੋਰ ਜਸਟਿਸ ਵੱਲੋਂ ਅਸੀਂ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦੇ ਹਾਂ। ਖਾਲਸਾ ਜੀ, ਜਿਵੇਂ ਆਪ ਸਾਰੇ ਜਾਣੂ ਹੋ, 2020 ਰੈਫਰੈਂਡਮ ਕਰਾਉਣ ਲਈ ਜਿਹੜਾ ਅਸੀਂ ਸੰਘਰਸ਼ ਵਿੱਢਿਆ, ਉਹਦੇ ਵਿੱਚ ਸਾਨੂੰ ਤੁਹਾਡਾ ਸੰਗਤਾਂ ਦਾ ਵੱਧ ਤੋਂ ਵੱਧ ਸਾਥ ਦੀ ਜ਼ਰੂਰਤ ਆ। ਜਿਵੇਂ ਤੁਸੀਂ ਜਾਣੂ ਹੋ ਕਿ ਲੇਟਲੀ ਜੋ ਪੋਲੀਟੀਕਲ ਦੇ ਵਿੱਚ ਉਥਲ ਪੁਥਲ ਆਇਆ, ਇੰਡੀਆ ਦੀ ਗਵਰਨਮੈਂਟ ਨੂੰ, ਏਜੰਸੀਆਂ ਨੂੰ ਜਿਹੜਾ ਫਿਕਰ ਪਿਆ ਅੰਟੇਰੀਓ ਦੀ ਅਸੈਂਬਲੀ ਦੇ ਵਿੱਚ ਜਦੋਂ ਜੈਨੋਸਾਈਡ ਦਾ ਰੈਕੋਗਨਾਈਜ ਸਿੰਘਾਂ ਨੇ ਕਰਵਾਇਆ, ਉਹਦੇ ਨਾਲ ਜਿਹੜੀਆਂ ਏਜੰਸੀਆਂ ਆ ਉਹਨਾਂ ਦੀ ਜਿਹੜੀ ਰਾਤਾਂ ਦੀ ਨੀਂਦ ਉਹ ਹਰਾਮ ਹੋ ਚੁੱਕੀ ਆ। ਅਤੇ ਦੋ ਤਿੰਨ ਪੋਲੀਟੀਕਲ ਮੁੱਦੇ ਸੀ, ਇੱਕ ਇਹਦੇ ਕਰਕੇ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਸਾਥ ਦਿਓ। ਤੁਹਾਡਾ ਨਿੱਕਾ ਨਿੱਕਾ ਕੀਤਾ ਸੰਘਰਸ਼ ਦੇਖੋ ਕਿੱਡੀਆਂ ਕਿੱਡੀਆਂ ਸਰਕਾਰਾਂ ਦੀ ਜਾਂ ਏਜੰਸੀਆਂ ਦੀ ਜਿਹੜੀ ਨੀਂਦ ਆ ਉਹ ਉਡਾ ਦਿੰਦਾ। ਅਤੇ ਦੂਜੀ ਗੱਲ ਮੈਂ ਦੋ ਸ਼ਬਦ ਉੱਤੇ ਕਹਿਣਾ ਚਾਹੁੰਦਾ ਕਿ ਤੁਹਾਡਾ ਚੁਣਿਆ ਨੁਮਾਇੰਦਾ ਜਿਹੜਾ ਕੈਪਟਨ ਅਮਰਿੰਦਰ, ਜਿਹੜਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ CM ਇਸ ਵੇਲੇ ਪੰਜਾਬ 'ਚ ਰਾਜ ਕਰਨ ਰਿਹਾ, ਜੋ ਸੁਰਜੀਤ ਸਿੰਘ ਸੱਜਣ ਲਈ ਜੋ ਉਹਨੇ ਸ਼ਬਦ ਵਰਤੇ ਆ, ਬਈ ਸੁਰਜੀਤ ਸਿੰਘ ਨੂੰ ਨਹੀਂ ਮੰਨਣਾ ਖਾਲਿਸਤਾਨੀ ਬੈਕਗਰਾਊਂਡ ਦਾ ਆ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿੰਨੇ ਮੇਰੇ ਵੀਰ ਖੜ੍ਹੇ ਆ ਜਾਂ ਜਿੰਨੇ NRI ਵੀਰ ਵੱਸਦੇ ਆ, ਈਵਨ ਕਿ ਪੰਜਾਬ ਦੇ ਤੇਰੇ ਆਲੇ ਦੁਆਲੇ ਵੀ ਘੁੰਮਦੇ ਹੋਣਗੇ, ਅਸੀਂ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਣ 'ਚ ਮਾਣ ਮਹਿਸੂਸ ਕਰਦੇ ਹਾਂ। ਸਾਨੂੰ ਇਹਨਾਂ ਗੱਲਾਂ 'ਤੇ ਸ਼ਰਮਿੰਦਗੀ ਨਹੀਂ ਮਹਿਸੂਸ ਹੋਣੀ, ਨਾ ਹੋਈ ਆ ਨਾ ਹੋਣੀ ਆ। ਜਿੰਨਾ ਚਿਰ ਸਾਡੇ 'ਚ ਦਮ ਆ, ਅਸੀਂ ਖਾਲਿਸਤਾਨ ਲਈ ਲੜੇ ਹਾਂ, ਲੜਾਂਗੇ। ਅਤੇ ਇਹ ਹੀ ਸਾਡਾ ਮੁੱਦਾ ਆ 2020 ਰੈਫਰੈਂਡਮ ਲਿਆ ਕੇ ਜਿਹੜੀ ਆਜ਼ਾਦ ਪੰਜਾਬ ਆ ਉਹਨੂੰ ਗੁਲਾਬ ਪੰਜਾਬ ਆ ਉਹਨੂੰ ਭਾਰਤੀ ਏਜੰਸੀਆਂ ਤੋਂ ਆਜ਼ਾਦ ਕਰਾਉਣਾ। ਅਤੇ ਇੱਕ ਵਾਰ ਨਹੀਂ, ਛੋਟੇ ਜਿਹੇ ਖਹਿਰੇ ਨੂੰ ਵੀ ਦੇਣੀ ਚਾਹੁੰਦਾ, ਸੁਖਪਾਲ ਸਿੰਘ ਖਹਿਰੇ ਨੂੰ, ਲੋਕਾਂ ਦੀ ਹਮਦਰਦੀ ਖੱਟਣ ਲਈ, ਵਾਹ ਵਾਹ ਕਹਾਉਣ ਲਈ। ਤੁਸੀਂ ਕਹਿਣ ਡਏ ਆ ਵੀ ਕੈਪਟਨ ਦਾ ਬਿਆਨ ਜਿਹੜਾ ਆ ਵੀ ਜਿਹੜਾ ਉਹਨੂੰ ਸੱਜਣ ਨੂੰ ਕਿਹਾ ਉਹ ਗਲਤ ਆ। ਵੀਰਾ, ਇਹ ਗਲਤ ਨਹੀਂ ਬਿਆਨ ਹੈਗਾ, ਸੱਜਣ ਨੂੰ ਖਾਲਿਸਤਾਨੀ ਕਹਿਣਾ ਕੋਈ ਗਲਤ ਬਿਆਨ ਨਹੀਂ ਹੈਗਾ। ਅਸੀਂ ਫਿਰ ਦੁਬਾਰਾ ਖਹਿਰੇ ਤੈਨੂੰ ਵਾਰ ਵਾਰ ਕਹਿੰਦੇ, ਤੂੰ ਪਹਿਲਾਂ ਬਿਆਨ ਦਿੱਤਾ ਜੀ, ਅਸੀਂ ਪ੍ਰਾਊਡ ਫੀਲ ਕਰਦੇ ਹਾਂ, ਸਾਡੇ ਬੱਚੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਪ੍ਰਾਊਡ ਫੀਲ ਕਰੂਗੀਆਂ, ਅਸੀਂ ਗਾਂ ਉਹਨਾਂ ਦੇ ਹੱਥੀਂ ਸੌਂਪਣ ਡਏ ਹਾਂ, ਸਾਨੂੰ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਹੋਣੀ, ਸਾਨੂੰ ਬਦਨਾਮੀ ਮਹਿਸੂਸ ਨਹੀਂ ਹੋਣੀ। ਸੋ ਖਾਲਸਾ ਜੀ, ਇਹਨਾਂ ਕੁ ਬੇਨਤੀਆਂ ਦੇ ਨਾਲ ਹੀ ਫਿਰ ਦੁਬਾਰਾ ਸਾਰੀਆਂ ਪਹੁੰਚੀਆਂ ਸੰਗਤਾਂ ਨੂੰ ਜਾਂ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਹਿੰਦੇ ਹਾਂ ਕਿ ਹੋਮਾ ਮਾ ਕੇ ਇੱਥੇ ਪਹੁੰਚੋ, ਇੱਕ ਮੰਚ 'ਤੇ ਇੱਕ ਪਲੇਟਫਾਰਮ 'ਤੇ ਇਕੱਠੇ ਇੱਕ ਹੋ ਕੇ ਸਾਰੀ ਕੌਮ ਨੂੰ ਸੁਨੇਹਾ ਦੇ ਸਕੀਏ ਵੀ ਸਾਡਾ ਇਹੋ ਜਿਹਾ ਪੁਰਬਾਂ 'ਤੇ ਜੁੜਨ ਦਾ ਮੰਤਵ ਕੀ ਆ। 2020 ਰੈਫਰੈਂਡਮ ਕਰਾ ਕੇ ਅਸੀਂ ਆਪਣਾ ਆਜ਼ਾਦ ਪੰਜਾਬ, ਖਾਲਿਸਤਾਨ ਦਾ ਸੁਪਨਾ ਆ ਉਹ ਤੁਹਾਡੇ ਸਾਹਮਣੇ ਸਾਕਾਰ ਕਰਾਂਗੇ, ਜਿਹੜਾ ਤੁਸੀਂ ਲੇਟਲੀ ਦੇਖ ਹੀ ਰਿਹਾ ਕਿੱਦਾਂ ਦੇ ਨਤੀਜੇ ਮੋਹਰੇ ਆਉਣ ਡਿਆ ਏਜੰਸੀਆਂ ਦੇ ਵਿੱਚ ਹਾਹਾਕਾਰ ਮਚੀ ਆ। ਇਹ ਸਭ ਤੁਹਾਡੇ ਕਾਰਨ ਕਰਕੇ ਹੋਇਆ। ਸਾਹ ਸਿੰਘ ਜੀ, ਸਾਥ ਦਿਓ, 2020 ਰੈਫਰੈਂਡਮ ਦਾ ਸਾਥ ਦਿਓ, ਅਤੇ ਲਓ ਇਕੱਠੇ ਹੋਈਏ ਸਟਾਕਟਨ ਕੱਲ੍ਹ ਨੂੰ ਵੀ ਸਾਰਾ ਦਿਨ, ਆਪਾਂ ਇਹ ਮੈਸੇਜ ਇਕੱਲੇ ਬੱਚੇ ਤੱਕ ਨਾ, ਇਕੱਲੇ ਬਲ ਦੇ ਚੁੱਲ੍ਹੇ ਮੋਹਰੇ ਮੈਸੇਜ ਡਿਲੀਵਰ ਕਰਨਾ ਕਿ ਸਾਡੀ ਜਿਹੜੀ ਆ ਆਉਣ ਵਾਲੀ ਪੀੜ੍ਹੀ ਆ ਇਹਨੇ ਤੁਹਾਨੂੰ ਯਾਦ ਪੰਜਾਬ ਦਿਵਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਪਹੁੰਚ ਚੁੱਕੇ ਹਨ ਅਤੇ ਭਾਈ ਗੁਰਵਿੰਦਰ ਸਿੰਘ ਸ਼ਿਕਾਗੋ ਤੋਂ ਪਹੁੰਚ ਚੁੱਕੇ ਹਨ। ਭਾਈ ਸਾਹਿਬ, ਤੁਸੀਂ ਵੀ ਦੋ ਸ਼ਬਦ ਕਹਿਣਾ ਚਾਹੋਗੇ? ਸਟਾਕਟਨ ਦੀ
ਗਦਰੀ ਬਾਬਿਆਂ ਦੀ ਧਰਤੀ ਉੱਤੇ ਅੱਜ ਕੌਮ ਵੱਲੋਂ ਖਾਲਸਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਜ਼ੋਰ ਸ਼ੋਰ ਤਿਆਰੀਆਂ ਕੀਤੀਆਂ ਹੋਈਆਂ ਨੇ ਅਤੇ ਇਹ ਖਾਲਸਾ ਦਿਵਸ ਮਨਾਉਂਦਿਆਂ ਹੋਇਆਂ TV 84 ਦੇ ਸਮੂਹ ਸਰੋਤਿਆਂ ਅਤੇ ਜਿੱਥੋਂ ਤੱਕ ਇਹ ਆਵਾਜ਼ ਜਾ ਰਹੀ ਹੈ ਉਹਨਾਂ ਸਾਰੀਆਂ ਹੀ ਸੰਗਤਾਂ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਸ਼ੁਭਕਾਮਨਾ ਦਿੰਦੇ ਹੋਏ ਮੈਂ ਇਹ ਸੰਗਤਾਂ ਨਾਲ 2 ਕੁ ਮਿੰਟ ਵਿਚਾਰ ਇਹ ਕਰਦਾ ਹਾਂ ਕਿ ਜੋ ਲੋਕ ਅੱਜ ਵੀ ਕੁਛ ਆਪਣੇ ਮਨਾਂ ਤੋਂ ਘਬਰਾਈ ਹੋਈ ਆਵਾਜ਼ ਕੱਢਦੇ ਨੇ ਭਾਰਤੀ ਜ਼ਾਲਮ ਹਕੂਮਤ ਦੇ ਡਰ ਦੇ ਕੋਲੋਂ, ਉਹਨਾਂ ਨੂੰ ਇੱਕ ਬੇਨਤੀ ਅਤੇ ਸਮੂਹ ਸੰਗਤਾਂ ਨੂੰ ਇੱਕ ਨਾਲ ਹੌਲਾਸ਼ੇਰੀ ਅਤੇ ਹੌਂਸਲਾ ਇਹ ਦਿੰਦਿਆਂ ਹੋਇਆਂ ਸਾਥ ਮੰਗਦਾ ਕਿ ਜਿਹੜਾ 1984 ਦੇ ਵਿੱਚ ਹਿੰਦੂ ਤਵੀ ਵੈਸ਼ਨਵ ਮਤ ਦੇ ਬਾਨੀਆਂ ਨੇ ਦਰਬਾਰ ਸਾਹਿਬ ਕੰਪਲੈਕਸ ਅਕਾਲ ਤਖਤ 'ਤੇ ਅਟੈਕ ਕਰਕੇ ਅਕਾਲ ਤਖਤ ਨੂੰ ਢਾਇਆ, ਉਹਨਾਂ ਨੂੰ ਉਦੋਂ ਤੋਂ ਚੇਤਾਵਨੀ, ਇਹ ਲਹਿਰ ਚੱਲ ਪਈ ਜੰਗੇ ਆਜ਼ਾਦੀ ਦੀ। ਜੰਗੇ ਆਜ਼ਾਦੀ ਵਿੱਚ ਚੱਲਦਿਆਂ ਹੋਇਆਂ ਤਕਰੀਬਨ 1.5 ਲੱਖ ਪੰਜਾਬ ਦੇ ਨੌਜਵਾਨ ਬੱਚੇ ਸਿੰਘ ਸਿੰਘਣੀਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਦੇ ਉਸ ਦ੍ਰਿੜ ਇਰਾਦੇ 'ਤੇ ਚੱਲਦਿਆਂ ਹੋਇਆਂ ਅੱਜ ਵੀ ਕੌਮ ਪੰਜਾਬ ਨੂੰ ਭਾਰਤੀ ਹਕੂਮਤ ਤੋਂ ਆਜ਼ਾਦੀ ਦਿਵਾਉਣ ਲਈ ਦ੍ਰਿੜ ਹੈ ਅਤੇ ਉਹ ਦ੍ਰਿੜਤਾ ਜਿਹੜੀ ਹੈ ਉਹ ਸਾਡੇ ਇਸ ਜਗਤ ਵਿੱਚ ਪਹਿਲਾਂ ਜੋ ਖਾੜਕੂ ਭਰਾਵਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਅੱਜ ਸਿੱਖਸ ਫਾਰ ਜਸਟਿਸ ਵੱਲੋਂ ਸਮੂਹ ਜਥੇਬੰਦੀਆਂ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸੰਪਰਦਾਵਾਂ ਦੇ ਸਾਥ ਦੇ ਨਾਲ ਅਕਾਲ ਤਖਤ ਦੀ ਛਤਰ ਛਾਇਆ ਦੇ ਹੇਠ ਉਹ 1.5 ਲੱਖ ਨੌਜਵਾਨਾਂ ਦਾ ਜੋ ਖੂਨ ਡੁੱਲਿਆ ਉਹਨੂੰ ਰੰਗ ਦੇਣ ਵਾਸਤੇ ਰੈਫਰੈਂਡਮ 2020 ਵਿੱਚ ਰੈਫਰੈਂਡਮ ਕਰਵਾ ਕੇ ਅਤੇ ਪੰਜਾਬ ਨੂੰ ਭਾਰਤੀ ਹਕੂਮਤ ਤੋਂ ਆਜ਼ਾਦ ਕਰਵਾਉਣ ਦਾ ਦ੍ਰਿੜ ਸੰਕਲਪ ਜੋ ਲਿਆ ਹੋਇਆ ਉਸ 'ਤੇ ਦ੍ਰਿੜ ਵਿਸ਼ਵਾਸ ਨਾਲ ਆਪ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਇਹ ਰੈਫਰੈਂਡਮ ਪੰਜਾਬ ਦੀ ਕੌਮ ਦੀ ਆਜ਼ਾਦੀ ਦਾ ਦਿਨ ਹੋਵੇਗਾ। ਇਹਦੀ ਹਕੀਕਤ ਜੋ 2007 ਤੋਂ ਪੂਰੀ ਜਥੇਬੰਦੀਆਂ ਅਤੇ ਸੰਪਰਦਾਵਾਂ ਰਲ ਕੇ ਇਹ ਸਿੱਖ ਫਾਰ ਜਸਟਿਸ ਨਾਲ ਇੱਕ ਜੋ ਕਾਨੂੰਨੀ ਦਾਇਰਾ ਕਾਇਮ ਕੀਤਾ ਉਹਦੇ ਵਿੱਚ ਚੱਲਦਿਆਂ ਹੋਇਆਂ ਜਸਟਿਸ, ਜੈਨੋਸਾਈਡ ਅਤੇ ਉਹ ਤੋਂ ਸਵਰਨਿਟੀ, ਉਹ ਜੈਨੋਸਾਈਡ ਜਿਹੜਾ ਲੋਕ ਇਹਨਾਂ ਲੁਕਾਇਆ, ਜੋ ਭਾਰਤੀ ਹਕੂਮਤਾਂ ਨੇ ਲੁਕਾਇਆ ਉਹਨੂੰ ਉਜਾਗਰ ਕਰਨ ਵਾਸਤੇ ਜੋ ਦ੍ਰਿੜ ਸੰਕਲਪ ਸੰਗਤਾਂ ਨੇ ਲਿਆ, ਅੱਜ ਭਾਵੇਂ ਉਹ ਹਾਰਵੀ ਤੋਂ ਸ਼ੁਰੂ ਹੋਇਆ, UNO ਤੱਕ ਮੈਮੋਰੈਂਡਮ ਗਿਆ, ਮੀਟਿੰਗਾਂ ਹੋਈਆਂ ਅਤੇ ਫਰਿਜਨੋ, ਸਟਾਕਟਨ, ਸਨਮਾ ਕਿਊਨ ਆਦਿ 10-11 ਸ਼ਹਿਰਾਂ ਵਿੱਚ ਕੈਲੀਫੋਰਨੀਆ ਜੈਨੋਸਾਈਡ ਪਾਸ ਕੀਤਾ ਅਤੇ ਅੱਜ ਓਨਟਾਰੀਓ ਪਾਰਲੀਮੈਂਟ ਆਫ ਕਨੇਡਾ ਉਹਨਾਂ ਜੈਨੋਸਾਈਡ ਪਾਸ ਕਰਕੇ ਇਹ ਆਪ ਜੀ ਨੂੰ, ਸਾਡੀ ਕੌਮ ਨੂੰ, ਸਾਡੀ ਹਮਦਰਦੀ ਲੈਂਦਿਆਂ ਹੋਇਆਂ, ਸਾਡੇ ਦੁੱਖ ਸਾਂਝੇ ਕਰਦਿਆਂ ਹੋਇਆਂ ਉਹਨਾਂ ਜੈਨੋਸਾਈਡ ਪਾਸ ਕੀਤਾ ਅਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਲੜਾਈ ਜਿਹੜੀ ਅੱਜ ਓਨਟਾਰੀਓ ਸਟੇਟ ਤੋਂ ਚੱਲ ਕੇ ਪੂਰੇ ਕਨੇਡਾ, ਅਮਰੀਕਾ ਸਾਰੇ ਫੈਲੀ ਹੋਈ ਹੈ ਵਰਲਡ ਵਾਈਡ, ਸਾਰੇ ਸਾਥ ਦੇਵੋ ਅਤੇ ਉਹ ਜਿਹੜੇ ਸਾਡੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਅਤੇ ਦਿੱਲੀ ਅਤੇ 17 ਸਟੇਟਾਂ ਵਿੱਚ ਹੋਰ ਜੋ ਕਤਲੇਆਮ ਇਹਨਾਂ ਅਣਮਨੁੱਖੀ ਕਰਕੇ
ਸਾੜਿਆ ਮਾਰਿਆ ਗਿਆ, ਗੁਰਦੁਆਰੇ ਢਾਏ ਗਏ ਅਤੇ ਬੇਹੁਰਮਤੀ ਅੱਜ ਵੀ ਦਰਬਾਰ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਦੀ ਪਿੰਡ ਪਿੰਡ ਹੋ ਰਹੀ ਹੈ। ਉਹਨਾਂ ਨੂੰ ਰੋਕਣ ਵਾਸਤੇ ਅਸੀਂ ਦ੍ਰਿੜ ਹਾਂ, ਸਾਥ ਦੇਵੋ, ਤੁਹਾਡਾ ਸਾਥ ਦਿੱਤਾ ਹੋਇਆ ਕਾਮਯਾਬੀ ਦਾ ਵਧਾ ਕਦਮ ਹੋਵੇਗਾ। ਇਹਨਾਂ ਗੱਲ ਸ਼ੁਭਕਾਮਨਾ ਕਰਦੇ ਸਾਰਿਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਹੁਣ ਭਾਜੀ ਨਾਲ ਭਾਈ ਸਾਹਿਬ ਗੁਰਵਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸਟੋਕਟਨ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਦੀਆਂ ਸਮੂਹ ਸਿੱਖ ਜਾਗਤ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਮੁਲਾਕਾਤ ਕਰਦੇ ਹਾਂ ਬਾਬਾ ਅਮਰੀਕ ਸਿੰਘ ਜੀ ਦੇ ਨਾਲ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਖਾਲਸੇ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਅਤੇ ਜਿੱਥੇ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਕੱਠਿਆਂ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਸੀ, ਅੱਜ ਆਪਾਂ ਫਿਰ ਇਕੱਠਿਆਂ ਰਲ ਕੇ ਗੁਰੂ ਪੰਥ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬੜਾ ਗੂੜਾ ਰਿਸ਼ਤਾ ਅਤੇ ਖਾਲਿਸਤਾਨ ਲੈਣਾ। ਪਹਿਲਾਂ ਆਪਾਂ ਮੁਗਲਾਂ ਦੇ, ਅੰਗਰੇਜ਼ਾਂ ਦੇ, ਪੰਡਤਾਂ ਦੇ ਸ਼ੱਕੇ ਛਡਾਏ ਨੇ, ਆਜ਼ਾਦ ਕਰਾਇਆ ਹਿੰਦੁਸਤਾਨ ਨੂੰ। ਹੁਣ ਆਪਾਂ ਆਜ਼ਾਦੀ ਵਾਸਤੇ ਜਿੱਥੇ ਮਾਨ ਸਾਹਿਬ ਨੇ 33 ਸਾਲ ਆਪਣਾ ਜੀਵਨ ਪੰਥ ਦੇ ਲਿਖੇ ਲਾਇਆ, ਉੱਥੇ ਡਾਕਟਰ ਅਮਰਜੀਤ ਸਿੰਘ ਜੀ 1990-91 ਤੋਂ ਲੈ ਕੇ ਅੱਜ ਤੱਕ ਸਿੱਖ ਸੰਘਰਸ਼ ਦੇ ਵਿੱਚ ਆਪਣਾ ਸਰਦਾ ਬਣਦਾ ਹਿੱਸਾ ਪਾਉਂਦੇ ਨੇ। ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ ਕੋਈ ਅਜਿਹੀ ਸਟੇਜ ਨਹੀਂ ਜਿੱਥੇ ਅਸੀਂ ਖਾਲਿਸਤਾਨ ਦੀ ਗੱਲ ਦੋਹਾਂ ਨੇ ਨਾ ਰਲ ਕੇ ਕੀਤੀ ਹੋਵੇ। ਕੈਲੀਫੋਰਨੀਆ ਤੋਂ ਲੈ ਕੇ ਫਰੀਮੌਂਟ ਸਨੋਜੇ ਤੋਂ ਲੈ ਕੇ ਬਾਇਆ ਲੋਸ ਐਂਜਲਸ ਨਿਊਯਾਰਕ ਤੱਕ ਖਾਲਿਸਤਾਨ ਦੀ ਗੱਲ ਕੀਤੀ ਹੈ। ਖਾਲਿਸਤਾਨ ਸਾਰੇ ਸਿੱਖਾਂ ਦਾ ਸਾਂਝਾ ਘਰ ਹੈ, ਜਿੱਥੇ ਅਸੀਂ ਗੁਰੂ ਵਿਸਾਖੀ ਦਾ ਜਨਮ ਦਿਹਾੜਾ ਮਨਾਉਂਦੇ ਹਾਂ, ਖਾਲਸੇ ਦਾ ਵਿਸਾਖੀ ਮਨਾਉਂਦੇ ਹਾਂ, ਮਨਾਉਣੀ ਚਾਹੀਦੀ ਹੈ। ਸਿੰਘਾਂ ਦੀਆਂ ਦਿੱਤੀਆਂ ਸ਼ਹਾਦਤਾਂ ਸਾਨੂੰ ਅਹਿਸਾਸ ਕਰਾਉਂਦੀਆਂ ਨੇ। ਉਹ ਖਾਲਸੇ ਪੰਥ ਨੇ ਜਿੱਥੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਛੱਡਿਆ, ਉੱਥੇ ਖਾਲਸੇ ਨੇ ਵੀ ਅਨੰਦਪੁਰ ਸਾਹਿਬ ਛੱਡਿਆ ਸਿੱਖੀ ਨੂੰ ਬਚਾਉਣ ਦੀ ਖਾਤਰ। ਆਓ ਆਪਣੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਇਸ ਸੰਘਰਸ਼ ਵਿੱਚ ਆਪਣਾ ਸਰਦਾ ਬਣਦਾ ਹਿੱਸਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਮੁਲਾਕਾਤ ਕਰਦੇ ਹਾਂ ਸਟੋਕਟਨ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਨਾਲ। ਪਹਿਲਾਂ ਸਾਡੇ ਨਾਲ ਜੁੜ ਬੈਠੇ ਹਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਜੋ ਕਿ ਕਮੇਟੀ ਦੇ ਪ੍ਰਧਾਨ ਹਨ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਦੀਆਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਡਡਵਾਲ ਦੇ ਨਾਲ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੱਖ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੇ ਪਾਵਨ ਸਥਾਨ ਗੁਰੂ ਘਰ ਸਟਾਕਟਨ ਵੱਲੋਂ ਸਾਰੀ ਸੰਗਤ ਜਿੰਨੀ ਦੂਰੋਂ ਨੇੜਿਓਂ ਚੱਲ ਕੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਖਾਲਸੇ ਦੇ ਜਨਮ ਦਿਨ ਦੀ। ਅਤੇ ਦੂਜਾ, ਸਾਰੇ ਜਿੰਨੇ ਮਤਲਬ ਸੰਗਤ ਜਿੰਨੀ ਆਈ ਆ, ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਕੱਲ੍ਹ ਨੂੰ ਜਿਹੜਾ ਵੀ ਪ੍ਰੋਗਰਾਮ ਆ ਉਹ ਐਨ ਸ਼ਾਂਤੀ ਦੇ ਨਾਲ ਉਸਨੂੰ ਨਿਭਾਇਆ ਜਾਵੇ, ਤਾਂ ਕਿ ਆਪਾਂ ਜਿਹੜੇ ਇੱਥੇ ਦੇ ਜਿੱਦਾਂ ਗੋਰਿਆਂ ਨੂੰ ਦਿਖਾ ਸਕੀਏ ਵੀ ਮਾਲੇ ਜਿੱਦਾਂ ਗੁਰੂ ਘਰ ਸਟਾਕਟਨ ਦੇ ਵਿੱਚ ਕਿੰਨੀ ਸ਼ਾਂਤੀ, ਕਿੱਦਾਂ ਸਾਰੇ ਮਾਲ ਅੱਗੇ ਪ੍ਰੋਗਰਾਮ ਹੋਏ ਤਾਂ ਜਿਹੜਾ ਹੁਣ ਜਿਹੜਾ ਹੋਣਾ। ਤਾਂ ਸਾਰਿਆਂ ਨੂੰ 318 ਸਾਲ ਦੇ ਇਸ ਜਨਮ ਦਿਨ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੱਲੋਂ ਸੈਕਸ਼ਨ ਆਫ ਅਮਰੀਕਾ ਅਤੇ ਸਮੂਹ
ਕੈਲੀਫੋਰਨੀਆ ਅਤੇ ਅਮਰੀਕਾ ਦੇ ਸਪੋਰਟਸ ਕਲੱਬਾਂ ਵੱਲੋਂ ਸਾਰੇ ਜਗਤ ਨੂੰ ਵਿਸਾਖੀ ਦੀਆਂ ਵਧਾਈਆਂ, ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਅਤੇ ਨਾਲ ਸਾਰੀਆਂ ਸੰਗਤਾਂ ਦੇ ਚਾਨਣ ਵਿੱਚ ਬੇਨਤੀ ਆ, ਸਵੇਰ ਨੂੰ ਪਹੁੰਚ ਕੇ ਟਾਈਮ ਸਿਰ ਪਹੁੰਚ ਕੇ 11 ਵਜੇ ਅਸੀਂ ਨਗਰ ਕੀਰਤਨ ਇੱਥੋਂ ਸਟਾਰਟ ਕਰ ਦੇਣਾ ਅਤੇ ਸਾਰੇ ਜਣੇ ਪਹੁੰਚ ਕੇ ਆਪਣੇ ਰੌਣਕਾਂ ਨੂੰ ਵਧਾਓ, ਖੁਸ਼ੀਆਂ ਪ੍ਰਾਪਤ ਕਰੋ ਅਤੇ ਸਿੱਖ ਕੌਮ ਦੇ ਨਿਸ਼ਾਨੇ ਖਾਲਿਸਤਾਨ ਦੇ ਪ੍ਰਤੀ ਆਪਾਂ ਦ੍ਰਿੜ ਹੋਈਏ। ਅੱਜ ਇਸ ਮੌਕੇ ਉੱਤੇ ਜਦੋਂ ਖਾਲਸਾ ਪੰਥ ਸਾਜਿਆ ਗਿਆ, ਇਹਦਾ ਮਤਲਬ ਵੀ ਵਿਲੱਖਣਤਾ ਸੀ। ਅਸੀਂ ਵਿਲੱਖਣ ਕੌਮ ਹਾਂ, ਵਿਲੱਖਣ ਸਾਡਾ ਮੁਲਕ ਹੈ, ਅਸੀਂ ਆਪਣਾ ਦੇਸ਼ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਸਾਰੇ ਜਣੇ ਆਪਾਂ ਰਲ ਮਿਲ ਕੇ ਉਹਦੇ ਲਈ ਸ਼ਾਂਤੀਪੂਰਵਕ, ਜਾਂ ਜਿਹੜੇ ਭਰਾ ਸਾਡੇ ਜਿੱਦਾਂ ਵੀ ਜਿਹੜੇ ਵੀ ਤਰ੍ਹਾਂ ਤਰੀਕੇ ਨਾਲ ਮਦਦ ਕਰ ਸਕਦੇ ਹੋ ਕਰੋ, ਤਾਂ ਕਿ ਅਸੀਂ ਆਪਣਾ ਆਜ਼ਾਦ ਮੁਲਕ ਲੈ ਕੇ ਉਹਦੇ ਵਿੱਚ ਸਿੱਖ ਆਪਣਾ ਜੋ ਸਿੱਖ ਕੌਮ ਦਾ ਨਿਸ਼ਾਨਾ ਹੈ ਸਰਬੱਤ ਦਾ ਭਲਾ, ਉਹਦੇ 'ਤੇ ਅਸੀਂ ਕੰਮ ਕਰ ਸਕੀਏ। ਆਪਣੇ ਕੌਮ ਤੋਂ ਬਿਨਾਂ, ਆਪਣੇ ਰਾਜ ਤੋਂ ਬਿਨਾਂ ਅਸੀਂ ਸਰਬੱਤ ਦਾ ਭਲਾ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਹੁਣ ਮੁਲਾਕਾਤ ਕਰਦੇ ਹਾਂ ਕੁਲਜੀਤ ਸਿੰਘ ਨਿੱਜਰ ਦੇ ਨਾਲ, ਜੋ ਕਿ ਸਟਾਕਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ। ਭਾਈ ਸਾਹਿਬ, ਤੁਸੀਂ ਸਾਨੂੰ ਗੁਰੂ ਘਰ ਦੇ ਇਤਿਹਾਸ ਬਾਰੇ ਮਾੜਾ ਜਿਹਾ ਦੱਸੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਪੰਥ ਨੂੰ, ਖਾਲਸਾ ਪੰਥ ਦੇ 398ਵੇਂ ਸਿਰਜਣਾ ਦਿਵਸ ਦੇ ਉੱਤੇ ਲੱਖ ਲੱਖ ਮੁਬਾਰਕਬਾਦ ਵਧਾਈਆਂ ਭੇਟ ਕਰਦੇ ਹਾਂ। ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਟਾਕਟਨ ਦੀ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਾਨ ਅਕਾਲੀ ਦਲ ਵੱਲੋਂ ਕੌਮ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਜਿਸ ਸਥਾਨ 'ਤੇ ਅਸੀਂ ਅੱਜ ਖੜ੍ਹੇ ਹਾਂ, ਇਹ ਅਮੈਰੀਕਾ ਦਾ ਪਹਿਲਾ ਗੁਰਦੁਆਰਾ, ਜੋ ਸਾਡੇ ਬਜ਼ੁਰਗਾਂ, ਸਾਡੇ ਪੁਰਖਾਂ ਗਦਰੀ ਬਾਬਿਆਂ ਨੇ 1912 ਦੇ ਵਿੱਚ ਇਸ ਜਗ੍ਹਾ ਨੂੰ ਤਾਮੀਰ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ ਇੱਥੋਂ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਲਈ ਬਹੁਤ ਸਾਰਾ ਸੰਘਰਸ਼ ਕੀਤਾ। ਇਸ ਜਗ੍ਹਾ ਤੋਂ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਵਰਗੇ ਉਹ ਸੂਰਮੇ, ਬਾਬਾ ਵਿਸਾਖਾ ਸਿੰਘ ਦਦਹਰ, ਜਿਨ੍ਹਾਂ ਨੇ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਮੁੜ ਕੇ ਜਥੇਦਾਰ ਵੀ ਥਾਪੇ ਗਏ ਨੇ, ਉਹ ਇਸ ਗੁਰੂ ਘਰ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਅਤੇ ਇਸ ਗੁਰੂ ਘਰ ਦੀ ਸਿਰਜਣਾ ਦੇ ਮੁੱਖ ਸੇਵਾਦਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਇਹ ਗੁਰਦੁਆਰਾ ਤਮੀਰ ਕੀਤਾ। ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਉਸ ਸਮੇਂ ਰੱਖਿਆ ਗਿਆ। ਸੋ ਇਹ ਇਤਿਹਾਸਿਕ ਪੱਖ ਤੋਂ ਅਮੈਰੀਕਾ ਦਾ ਪਹਿਲਾ ਗੁਰੂ ਘਰ ਹੈ ਅਤੇ ਕੈਲੀਫੋਰਨੀਆ ਗੌਰਮੈਂਟ ਵੱਲੋਂ ਇਸ ਨੂੰ ਹਿਸਟੋਰੀਕਲ ਲੈਂਡਮਾਰਕਸ ਜੋ ਹੈ ਉਹ ਦਰਜਾ ਪ੍ਰਾਪਤ ਹੈ। ਅੱਜ ਦਾ ਜੋ ਸੰਬੰਧ ਹੈ ਉਹ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼, ਵਿਸਾਖ ਮਹੀਨੇ ਦਾ ਪ੍ਰਕਾਸ਼ ਉਸ ਦੇ ਨਾਲ ਜੁੜਿਆ ਹੈ ਅਤੇ ਸਿੱਖ ਕੌਮ ਦੇ 1699 ਦੇ ਵਿੱਚ ਜੋ ਖਾਲਸਾ ਪੰਥ ਦੀ ਸਿਰਜਣਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ, ਉਹ ਜਾਤ ਪਾਤ ਦਾ ਖੰਡਨ ਅਤੇ 5 ਸਿੱਖਾਂ ਨੂੰ ਪਹਿਲਾਂ ਅੰਮ੍ਰਿਤ ਛਕਾਇਆ, ਫਿਰ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਇੱਕ ਵਿਲੱਖਣ ਸਿੱਖ ਪੰਥ ਦੀ ਜੋ ਨੀਂਹ ਰੱਖੀ, ਨਿਰਮਲ ਪੰਥ ਤੋਂ ਖਾਲਸਾ ਪੰਥ ਦੀ ਜੋ ਸਿਰਜਣਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਅਤੇ ਅੱਜ ਦੇ ਦਿਨ ਦੇ ਵਿੱਚ ਹੀ ਸੰਬੰਧ ਜੋ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਸਾਕੇ ਦੇ ਨਾਲ ਵੀ ਆਉਂਦਾ ਹੈ ਅਤੇ ਉਹ 1919 ਦਾ ਜੋ ਵਾਕਿਆ ਹੈ ਉਸ ਦੇ ਵਿੱਚ ਬਹੁਤ ਸਾਰੇ ਸਾਡੇ ਸਿੱਖ ਵੀਰ ਮਾਰੇ ਗਏ ਬਹੁਤਾਤ ਦੇ ਵਿੱਚ ਅਤੇ 1978 ਦਾ ਉਹ ਨਿਰੰਕਾਰੀ ਕਾਂਡ ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਅਤੇ ਹਿੰਦੁਸਤਾਨ ਦੀ ਉਸ ਬ੍ਰਾਹਮਣਵਾਦੀ ਗੌਰਮੈਂਟ ਦੇ ਇਸ਼ਾਰਿਆਂ ਦੇ ਉੱਤੇ 13 ਨਿਹੱਤੇ ਸਿੱਖਾਂ ਨੂੰ ਕਤਲ ਕੀਤਾ ਗਿਆ ਅਤੇ ਉਸ ਦਾ ਜੋ ਸੇਕ ਹੈ ਸਿੱਖ ਕੌਮ ਅੱਜ ਤੱਕ ਵੀ ਉਹ ਭੋਗ ਰਹੀ ਹੈ।
ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ। ਪਰ ਅਸੀਂ ਕਿੰਨੇ ਹਮਲੇ ਹਿੰਦੁਸਤਾਨ ਦੀ ਗੌਰਮੈਂਟਾਂ ਨੇ ਸਾਡੇ 'ਤੇ ਕੀਤੇ, ਅਸੀਂ ਉਹਨਾਂ ਨੂੰ ਭੁੱਲੇ ਨਹੀਂ। ਅਤੇ ਉਹ ਪ੍ਰਣ ਜੋ ਹੈ ਸਿੱਖ ਕੌਮ ਅੱਜ ਵੀ ਦਹਿਰਾਉਂਦੀ ਹੈ ਕਿ ਰਾਜ ਬਿਨਾਂ ਤਾਂ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅਸੀਂ ਆਪਣੇ ਘਰ ਖਾਲਿਸਤਾਨ ਲਈ ਵੀ ਇਸ ਪਵਿੱਤਰ ਦਿਨ ਦੇ ਉੱਤੇ ਪ੍ਰਣ ਨੂੰ ਦਹਿਰਾਉਂਦੇ ਹਾਂ ਕਿ ਜਿੰਨਾ ਚਿਰ ਕੌਮ ਆਪਣਾ ਘਰ ਆਪਣਾ ਰਾਜ ਨਹੀਂ ਲਵੇਗੀ, ਉਹਨਾਂ ਚਿਰ ਅਸੀਂ ਚੈਨ ਦੇ ਨਾਲ ਨਹੀਂ ਬੈਠਦੇ। ਇੱਥੇ ਜ਼ਿਕਰਯੋਗ ਹੈ, ਖਾਲਸਾ ਜੀ ਜਦੋਂ ਦੁਸ਼ਮਣ ਨੂੰ ਵਖਲਾਟ ਹੋਵੇ ਤਾਂ ਸਮਝ ਲਓ ਕਿ ਤੁਸੀਂ ਰਾਈਟ ਟਰੈਕ ਉੱਤੇ ਜਾ ਰਹੇ ਹੋ। ਅਤੇ ਇਹ ਰਾਈਟ ਟਰੈਕ ਜਿਸ ਤਰ੍ਹਾਂ ਪੰਜਾਬ ਦਾ ਸੂਬੇਦਾਰ ਕੈਪਟਨ ਅਮਰਿੰਦਰ ਸਿੰਘ ਵਖਲਾਟ ਵਿੱਚ ਜਾ ਕੇ ਕੈਨੇਡੀਅਨ ਡਿਫੈਂਸ ਮਿਨਿਸਟਰ ਨੂੰ ਕਹਿ ਰਿਹਾ ਕਿ ਮੈਂ ਇਸ ਨੂੰ ਮਿਲਣਾ ਨਹੀਂ, ਇਹ ਜੋ ਹੈ ਇਹ ਖਾਲਿਸਤਾਨੀ ਪੱਖੀ ਹੈ। ਸਾਡੀ ਕਤਾਰ ਦੇ ਵਿੱਚ ਖਾਲਿਸਤਾਨੀਆਂ ਦੀ ਲਾਈਨ ਇਹ ਖੁਦ ਜੋੜ ਰਹੇ ਨੇ। ਅਤੇ ਹਰ ਇੱਕ ਮਨੁੱਖ ਦਾ ਅਧਿਕਾਰ ਹੈ ਕਿ ਉਹ ਆਪਣੀ ਆਜ਼ਾਦੀ ਦੀ ਗੱਲ ਕਰੇ। ਅਸੀਂ ਇਸ ਖਿੱਤੇ ਦੇ ਵਿੱਚ ਰਹਿ ਕੇ ਵੀ ਅਤੇ ਉਸ ਖਿੱਤੇ ਵਿੱਚ ਵੀ ਰਹਿ ਕੇ ਜਿੱਥੇ ਸਰਦਾਰ ਸਿਮਰਜੀਤ ਸਿੰਘ ਦੀ ਗਵਾਹੀ ਦੇ ਅਧੀਨ ਥੱਲੇ ਅਸੀਂ ਸੁਪਰੀਮ ਕੋਰਟ ਤੱਕ ਕੇਸ ਲੜ ਕੇ ਇਹ ਜੋ ਹੈ ਖਾਲਿਸਤਾਨ ਸ਼ਬਦ ਦੀ ਜੋ ਹੈ ਉਹ ਇੰਡੀਪੈਂਡੈਂਸ ਜੋ ਮੰਗਣ ਦੀ ਆਪਣੀ ਆਜ਼ਾਦੀ ਦੀ ਗੱਲ ਹੈ ਉਹ ਅਸੀਂ ਉਸ ਦੇਸ਼ ਵਿੱਚ ਰਹਿ ਕੇ ਵੀ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਇੱਥੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ 100 ਤੋਂ ਵੱਧ ਪ੍ਰਾਣੀਆਂ ਨੇ ਗੁਰੂ ਦੇ ਜਹਾਜ਼ੇ ਚੜ੍ਹੇ ਨੇ, ਅੰਮ੍ਰਿਤ ਛਕਿਆ ਹੈ। ਅਸੀਂ ਉਹ ਸਾਰੇ ਭੈਣ ਭਰਾ ਜੋ ਗੁਰੂ ਵਾਲੇ ਬਣੇ ਨੇ ਅੱਜ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ। ਇਹ ਜੋ ਗੁਰੂ ਦਾ ਮਾਰਗ ਹੈ ਇਹ ਸਰਬ ਦਾ ਸਾਂਝਾ ਮਾਰਗ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਸਾਨੂੰ ਉਪਦੇਸ਼ ਦਿੱਤਾ ਹੈ ਨਾ ਹਮ ਹਿੰਦੂ ਨਾ ਮੁਸਲਮਾਨ। ਸੋ ਵਿਲੱਖਣਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਬਚਨਾਂ ਵਿੱਚ ਦੁਹਰਾ ਦਿੱਤੀ ਅਤੇ ਉਸ ਦੀ ਪ੍ਰੋੜਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ। ਉਹ ਜਦੋਂ ਅਸੀਂ ਵਿਸਾਖੀ ਦਾ ਪੁਰਬ ਯਾਦ ਕਰਦੇ ਹਾਂ, ਅਨੰਦਪੁਰ ਸਾਹਿਬ ਦੀ ਧਰਤੀ ਦੀ ਜਦੋਂ ਗੱਲ ਕਰਦੇ ਹਾਂ ਅਤੇ ਗੁਰੂ ਸਾਹਿਬ ਦਾ ਉਹ ਸਮਾਂ ਅੱਖਾਂ ਦੇ ਓਲੇ ਮੋਹਰੇ ਘੁੰਮਦਾ ਹੈ ਕਿ ਕਿਵੇਂ ਗੁਰੂ ਸਾਹਿਬ 6-7 ਸਾਲ ਦੀ ਆਜੂ ਦੇ ਅੰਦਰ ਅਨੰਦਪੁਰ ਸਾਹਿਬ ਵਿਖੇ ਆਏ, ਕਿਵੇਂ ਬਾਬਾ ਜੀਵਨ ਸਿੰਘ ਬਾਬਾ ਜੱਤਾ ਜੀ ਉਸ ਪਿਤਾ ਦਾ ਸੀਸ ਉੱਤੇ ਲੈ ਕੇ ਆਏ, ਕਿਵੇਂ ਜੋ ਹੈ ਸਰਸਾ ਦੀ ਨਦੀ ਦੇ ਭੇਟ ਚੜ੍ਹਿਆ, ਚਮਕੌਰ ਦੀ ਗੜੀ, ਦਮਦਮਾ ਸਾਹਿਬ ਦਾ ਉਹ ਸਾਕਾ ਅਤੇ ਗੁਰੂ ਸਾਹਿਬ ਦਾ ਨੰਦੇੜ ਨੂੰ ਜਾਣਾ ਅਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਪੜਾ ਦੇ ਕੇ ਪੰਜਾਬ ਭੇਜਣਾ ਅਤੇ ਉਸੇ ਰਾਜ ਦੀ ਜੋ ਜੜ ਪੱਟਣੀ। ਅਤੇ ਇਹ ਖਾਲਸੇ ਦੇ ਹਿੱਸੇ ਆਇਆ ਹੈ ਅਤੇ ਅਸੀਂ ਉਸ ਖਾਲਸਾ ਪੰਥ ਨੂੰ ਜੋ ਹੈ ਜਿਹਦਾ ਲੰਬਾ ਸੰਘਰਸ਼ ਹੈ, ਜਿਨ੍ਹਾਂ ਨੇ ਬਾਅਦ ਦੇ ਵਿੱਚ ਬੜੇ ਵੱਡੇ ਵੱਡੇ ਘੱਲੂਘਾਰੇ ਹੋਏ ਨੇ, ਜਿਸ ਦੇ ਵਿੱਚੋਂ ਖਾਲਸਾ ਪੰਥ ਦੀ ਉਤਪੰਨਾ ਹੋਈ ਹੈ, ਖਾਲਸਾ ਰਾਜ ਦੀ ਸਿਰਜਣਾ ਵੀ ਹੋਈ ਹੈ। ਅਤੇ ਅਸੀਂ ਇਸ ਕਾਬਲ ਹਾਂ ਕਿ ਅਸੀਂ ਰਾਜ ਕਰ ਚੁੱਕੇ ਹਾਂ। ਸਾਡੇ ਕੋਲੋਂ ਇਹਨਾਂ ਫਰੰਗੀਆਂ ਨੇ ਧੋਖੇ ਨਾਲ ਰਾਜ ਨੂੰ ਖੋਹਿਆ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਸਮੇਂ ਤੋਂ ਬਾਅਦ, ਅਤੇ ਕੁਛ ਸਾਡੇ ਲੀਡਰਾਂ ਦੀ
ਨਲਾਇਕੀਅਤ ਦੇ ਕਾਰਨ ਅਸੀਂ ਅੱਜ ਫਿਰ ਪਿਛਲੇ 70 ਸਾਲ ਤੋਂ ਦਲਦਲ ਵਿੱਚ ਫਸੇ ਹਾਂ। ਆਓ ਖਾਲਸਾ ਜੀ, ਅੱਜ ਦੇ ਇਸ ਪਵਿੱਤਰ ਦਿਵਸ ਦੇ ਉੱਤੇ ਅਸੀਂ ਪ੍ਰਣ ਲਈਏ ਆਪਣੇ ਘਰ ਖਾਲਿਸਤਾਨ ਆਪਣੀ ਦੇ ਲਈ ਅਸੀਂ ਕੰਮ ਕਰਨਾ ਹੈ ਅਤੇ ਕੌਮ ਦੀ ਚੜ੍ਹਦੀ ਕਲਾ ਹੋਵੇ। ਮੈਂ ਸਮੂਹ ਸਿੱਖ ਪੰਥ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਹਾਂ, ਉੱਥੇ ਇਹ ਵੀ ਬੇਨਤੀ ਕਰਦਾ ਹਾਂ ਕਿ ਸਿੱਖ ਕੌਮ ਦੀ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਇੰਨੀ ਕੁ ਕਾਬਲੀਅਤ ਰੱਖਦੀ ਹੋਵੇ, ਉਹਨਾਂ ਦੀ ਵੱਧ ਤੋਂ ਵੱਧ ਐਜੂਕੇਸ਼ਨ, ਉਹਨਾਂ ਨੂੰ ਪ੍ਰੋਫੈਸ਼ਨਲ ਉਹ ਜੋਬਾਂ 'ਤੇ ਜਾਣ ਅਤੇ ਕੌਮ ਦੇ ਜਿਹੜੇ ਰੋਸ਼ਨ ਮੁਨਾਰੇ ਬਣਨ। ਸੋ ਸਮੂਹ ਸਿੱਖ ਪੰਥ ਨੂੰ ਮੁਬਾਰਕਬਾਦ ਅਤੇ ਸਾਕਟਨ ਗੁਰੂ ਘਰ ਵੱਲੋਂ ਸਭ ਨੂੰ ਜੀਆਂ ਆਖਦੇ ਹਾਂ ਅਤੇ ਕੱਲ੍ਹ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦੀ ਹਰ ਜੋਰ ਬੇਨਤੀ ਕਰਦੇ ਹਾਂ ਕਿ ਆਓ ਗੁਰੂ ਘਰ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ, ਤੁਹਾਡਾ ਆਪਣਾ ਨਗਰ ਕੀਰਤਨ ਹੈ, ਆਪਾਂ ਜੋ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਮਿਲਾਪ ਅਤੇ ਆਪਣੇ ਰਸੂਖ ਨੂੰ ਵਧਾਈਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਘਰ ਖਾਲਿਸਤਾਨ ਲਈ ਬਚਨਬੱਧਤਾ ਦੁਹਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਭਾਈ ਗੁਰਵਿੰਦਰ ਸਿੰਘ ਸ਼ਿਕਾਗੋ ਅਤੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਵੀ ਸ਼ਾਮਿਲ ਹੋਏ ਨੇ। ਭਾਈ ਸਾਹਿਬ, ਤੁਸੀਂ ਕੁਝ ਦੋ ਲਫ਼ਜ਼ ਕਹਿਣਾ ਚਾਹੋਗੇ? ਸਾਰੀ ਸਾਧ ਸੰਗਤ ਨੂੰ ਜੀ, ਵਿਸਾਖੀ ਦੇ ਪਰਬ ਉੱਤੇ ਮੈਂ ਸਾਰਿਆਂ ਨੂੰ ਹੀ ਵਧਾਈ ਦੇਣਾ ਚਾਹੁੰਦਾ ਅਤੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਗਦਰੀ ਬਾਬਿਆਂ ਦੀ ਧਰਤੀ ਅਸੀਂ ਸਾਰਿਆਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਹੁਣ ਵੀ ਅਸੀਂ ਜਿਹੜੇ ਵਚਨਬੱਧ ਹੈਗੇ ਹਾਂ ਅਤੇ ਅਸੀਂ ਆਪਣੀ ਜਿਹੜੀ ਆਜ਼ਾਦੀ ਉਹ ਲੈ ਕੇ ਰਹਾਂਗੇ। ਸਿੱਖ ਹਮੇਸ਼ਾ ਤੋਂ ਹੀ ਨਿਆਰਾ ਰਿਹਾ ਹੈ ਅਤੇ ਆਪਣਾ ਨਿਆਰਾਪਣ ਲੈਣ ਲਈ, ਮਹਿਸੂਸ ਕਰਨ ਲਈ ਸਾਨੂੰ ਇੱਕ ਦੇਸ਼ ਵੀ ਚਾਹੀਦਾ ਹੈਗਾ ਜੇ, ਅਤੇ ਅਸੀਂ ਆਪਣਾ ਦੇਸ਼ ਬਣਾ ਕੇ ਰਹਾਂਗੇ, ਆਜ਼ਾਦੀ ਲੈ ਕੇ ਰਹਾਂਗੇ। ਅਤੇ ਇਸ ਸੰਬੰਧ ਵਿੱਚ ਮੈਂ ਜ਼ਰੂਰ ਜੈਕਾਰਾ ਲਾਉਣਾ ਚਾਹਾਂਗਾ, ਮੈਂ ਨਾਰਾ ਲਾਉਣਾ ਚਾਹਾਂਗਾ, ਵਟ ਵੀ ਵਾਂਟ, ਵਟ ਵੀ ਵਾਂਟ, ਵਟ ਵੀ ਵਾਂਟ, ਵਟ ਵੀ ਵਾਂਟ, ਵਟ ਵੀ ਵਾਂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਵੀਰ ਸਿੱਖ ਫੋਰ ਜਸਟਿਸ ਤੋਂ ਜੋ ਕਿ ਰੈਫਰੈਂਡਮ 2020 ਕਰ ਰਹੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣ ਸਾਡੇ ਨਾਲ ਆਏ ਨੇ ਭਾਈ ਸੰਜੀਵ ਸਿੰਘ ਜੀ ਜੋ ਕਿ ਟਲਕ ਗੁਰਦੁਆਰੇ ਤੋਂ ਹਨ। ਭਾਈ ਸਾਹਿਬ, ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਸਾਰੀ ਸਿੱਖ ਕੌਮ ਨੂੰ ਸਾਡੇ ਇਸ ਖਾਲਸੇ ਦੇ ਸਾਜਨਾ ਦਿਵਸ ਦੀਆਂ ਜੀ ਬਹੁਤ ਬਹੁਤ ਵਧਾਈਆਂ। ਇਹ ਜੋ ਵਿਸਾਖੀ ਦੇ ਦਿਨ ਸਾਡੇ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ, ਇੱਕ ਨਵੀਂ ਕੌਮ ਨੂੰ ਜਨਮ ਦਿੱਤਾ ਅਤੇ ਕੌਮ ਵੀ ਉਹ ਜਿਹੜੀ ਕਿ ਪਿੱਛਿਓਂ ਜਾ ਕੇ ਅਤੇ ਜਦੋਂ ਕਿਸੇ ਗਰੀਬ 'ਤੇ, ਗੁਰਬੇ 'ਤੇ, ਧਰਮ 'ਤੇ ਅੱਤਿਆਚਾਰ ਹੁੰਦਾ ਵਾ ਤਾਂ ਉਸ ਕੌਮ ਦੇ, ਉਸ ਗੁਰੂ ਦੇ ਸਾਹਿਬਜ਼ਾਦੇ ਸਵਾ ਸਵਾ ਲੱਖ ਨਾਲ ਕਿਰਪਾਨਾਂ ਧੂ ਕੇ ਮੈਦਾਨ ਵਿੱਚ ਜਾ ਕੇ ਜੂਝਦੇ ਨੇ ਅਤੇ ਉਸ ਕੌਮ ਦੇ 5-7 ਸਾਲ ਦੇ ਬੱਚੇ ਨੇ ਜਿਹੜੇ ਇੱਕ ਸਿਰਫ ਧਰਮ ਪਾਲਣ ਖਾਤਰ ਆਪਣੇ ਆਪ ਨੂੰ ਜਿਉਂਦੇ ਨੀਹਾਂ 'ਚ ਚਣਵਾ ਦਿੰਦੇ ਨੇ। ਉਹ ਕੌਮ ਜਿਹੜੀ ਕੌਮ ਨੇ ਸਿਰਫ ਆਪਣੀ ਵਿਲੱਖਣਤਾ, ਆਪਣੀ ਪਛਾਣ ਨੂੰ ਕਾਇਮ ਰੱਖਣ ਲਈ, ਚਾਹੇ ਕੋਈ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ, ਜਿਸ ਨੇ ਇਸ ਕੌਮ ਦੀ ਹੋਂਦ ਨੂੰ ਚੈਲੰਜ ਕਰਿਆ, ਕੌਮ ਦੀ ਹੋਂਦ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਹ ਆਪਣੇ ਪੁਰਾਣੀ ਜੋ ਵਿਲੱਖਣਤਾ ਉਹਨੂੰ ਕਾਇਮ ਰੱਖਦੇ ਹੋਏ ਇਸ ਕੌਮ ਦੇ ਜੂਝਦੇ ਜੁਝਾਰੂਆਂ ਨੇ ਉਹ ਕਿਸੇ ਵੀ ਵੱਡੇ ਅਹੁਦੇ 'ਤੇ ਕਿਉਂ ਨਾ ਹੋਵੇ ਉਹਨੂੰ ਉਸ ਦੀ ਸਜ਼ਾ ਦਿੱਤੀ। ਅਤੇ ਦੂਸਰੇ ਪਾਸੇ ਦਇਆ ਵਾਲੇ ਪਾਸਿਓਂ ਉਹ ਕੌਮ ਜਿਸ ਨੇ ਕਿਸੇ ਧਰਮ, ਕਿਸੇ ਜਾਤ, ਕਿਸੇ ਫਿਰਕੇ ਨੂੰ ਬਿਲਕੁਲ ਭੁਲਾ ਕੇ, ਚਾਹੇ ਕਿਤੇ ਨੇਪਾਲ 'ਚ ਹੜ੍ਹ ਆਏ ਹੋਣ, ਚਾਹੇ ਕਿਤੇ ਪਾਕਿਸਤਾਨ 'ਚ ਆਏ ਹੋਣ, ਕਿਤੇ ਇੱਥੇ ਲੁਜ਼ੀਆਨਾ 'ਚ, ਅਮੈਰੀਕਾ 'ਚ ਆਏ ਹੋਣ,
ਤਾਂ ਸਾਰਾ ਕੁਛ ਭੁਲਾ ਕੇ ਸਾਡੇ ਇਸ ਕੌਮ ਦੇ ਗੁਰੂ ਦੇ ਸਿੱਖਾਂ ਨੇ ਜਹਾਜ਼ਾਂ ਦੇ ਜਹਾਜ਼ ਭਰ ਕੇ ਉਸ ਜਗ੍ਹਾ ਜਾ ਕੇ ਆਪਦੀ ਜੋ ਵਿਲੱਖਣਤਾ ਉਹਨੂੰ ਕਾਇਮ ਕੀਤਾ। ਸੋ ਮੈਂ ਇਹ ਮੰਨਦਾ ਵਾਂ ਵੀ ਸਾਡੇ ਵਾਸਤੇ ਜੋ ਵਿਸਾਖੀ ਖਾਲਸਾ ਸਾਜਨਾ ਦਿਵਸ ਹੈ, ਇਹ ਇੱਕ ਆਮ ਜਾਂ ਕੋਈ ਕਿਸੇ ਕਿਸਮ ਦਾ ਕੋਈ ਫੈਸਟੀਵਲ ਨਹੀਂ ਹੈ। ਇੱਕ ਵੱਖਰੀ ਕੌਮ ਹੈ ਜਿਸਨੇ ਦੁਨੀਆ ਦੇ ਉੱਤੇ ਜਨਮ ਲਿਆ, ਜਿਸਨੇ ਆਪਦੀ ਹੋਂਦ ਅਤੇ ਆਪਦੀ ਹਸਤੀ ਕਾਇਮ ਰੱਖਣ ਲਈ ਵੱਡੇ ਇਤਿਹਾਸ ਸਿਰਜੇ, ਅਤੇ ਉਹ ਹਸਤੀ ਕਾਇਮ ਰੱਖਣ ਲਈ ਲਗਾਤਾਰ ਇਤਿਹਾਸ ਸਿਰਜ ਰਹੀ ਹੈ ਜੀ। ਠੀਕ ਹੈ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ ਹੁਣ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਕਲਮ ਦੁਆਰਾ ਲਿਖਿਆ ਹੈ ਉਹ ਸੰਗਤਾਂ ਦੇ ਰੂਪ ਰੂਪ ਕਰਨਗੇ। ਜਦ ਤੱਕ ਬੱਚੇ ਤਿਆਰ ਹੁੰਦੇ ਹਨ, ਬੇਨਤੀ ਕਰਦੇ ਹਾਂ ਕਿ ਭਾਈ ਸਤਿੰਦਰ ਸਿੰਘ ਜੀ ਰਿਆੜ, ਜਿਨ੍ਹਾਂ ਨੇ ਇੱਕ ਬੁੱਕ ਲਿਖੀ ਹੈ, ਜੋ ਕਵਿਤਾਵਾਂ ਹਨ ਅਤੇ ਜੋ ਕੁਇਸ਼ਨ ਦੇ ਪ੍ਰਥਾਏ ਹਨ, ਠੀਕ ਹੈ ਜੀ, ਭਾਈ ਕਿੰਦਰਪਾਲ ਸਿੰਘ ਜੀ ਉਹਨਾਂ ਦੀ ਵੇਟ ਕਰਾਂਗੇ, ਉਹਨਾਂ ਦੇ ਆਇਆਂ ਤੇ ਉਹਨਾਂ ਦੇ ਹੱਥੋਂ ਰਿਲੀਜ਼ ਕਰਾਉਣਗੇ। ਅਸੀਂ ਬੇਨਤੀ ਕਰਦੇ ਹਾਂ ਦੋਨਾਂ ਬੱਚਿਆਂ ਨੂੰ ਜੋ ਸਟੇਜ ਉੱਤੇ ਆਉਣ, ਤਿੰਨ ਕਵਿਤਾਵਾਂ ਉਹਨਾਂ ਨੇ ਸੰਗਤਾਂ ਦੀ ਹਜ਼ੂਰੀ ਵਿੱਚ ਰੱਖਣੀਆਂ ਹਨ। ਆਪ ਸਾਰੀਆਂ ਸੰਗਤਾਂ ਨੇ ਇਕਾਗਰਤਾ ਬਖਸ਼ ਕੇ ਸਰਵਣ ਕਰਨੀਆਂ ਜੀ। ਅਤੇ ਜੋ ਨਗਰ ਕੀਰਤਨ ਕੱਲ੍ਹ ਤੋਂ 12 ਵਜੇ ਆਰੰਭ ਹੋ ਰਿਹਾ ਹੈ, ਜਿਹਨੇ ਆਪਾਂ ਕੱਲ੍ਹ ਵੀ ਬੇਨਤੀਆਂ ਕੀਤੀਆਂ ਸੀ ਅਤੇ ਪਰਸੋਂ ਵੀ ਬੇਨਤੀਆਂ ਕੀਤੀਆਂ ਸੀ ਕਿ ਨਗਰ ਕੀਰਤਨ ਦੀ ਸ਼ੋਭਾ ਅਤੇ ਗੁਰੂ ਸਾਹਿਬ ਦੀ ਸ਼ੋਭਾ ਆਪ ਸਾਰਿਆਂ ਦੇ ਹੱਥਾਂ ਵਿੱਚ ਹੈ। ਜੇ ਤੁਸੀਂ ਕਹੋ ਤਾਂ ਗੁਰੂ ਸਾਹਿਬ ਦੀ ਸ਼ੋਭਾ ਵੱਧ ਸਕਦੀ ਹੈ। ਆਪਾਂ ਸਾਰਿਆਂ ਨੇ ਯਤਨ ਕਰਨਾ ਹੈ ਕਿ ਗੁਰੂ ਸਾਹਿਬ ਦੁਆਰਾ ਬਖਸ਼ੇ ਹੋਏ ਬਾਣੇ ਪਾ ਕੇ, ਸੋਹਣੇ ਬਾਣੇ ਸਜਾ ਕੇ ਨਗਰ ਕੀਰਤਨ ਦੇ ਵਿੱਚ ਆਉਣਾ ਹੈ, ਤਾਂ ਕਿ ਸਾਡੇ ਵੱਲ ਦੇਖ ਕੇ ਸਾਰੇ ਇਹ ਕਹਿਣ ਕਿ ਦਸ਼ਮੇਸ਼ ਪਿਤਾ ਦੇ ਧੀਆਂ ਤੇ ਪੁੱਤਰ ਜਾ ਰਹੇ ਹਨ। ਗੁਰੂ ਪਿਆਰਿਓ, ਯਤਨ ਕਰਿਓ ਆਪਣੇ ਆਪ ਦੇ ਵਿੱਚ ਰਹਿ ਕੇ, ਕਿਉਂਕਿ ਅਸੀਂ ਨਗਰ ਕੀਰਤਨ ਦੀ ਸ਼ੋਭਾ ਵਧਾਉਣੀ ਹੈ। ਨਗਰ ਕੀਰਤਨ ਦੀਆਂ ਵਿੱਚ ਆ ਕੇ ਗੁਰੂ ਸਾਹਿਬ ਦੀ ਪਾਸੋਂ ਗਦਰੀ ਬਾਬਿਆਂ ਦੇ ਇਸ ਮਹਾਨ ਸਥਾਨ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਨਾ ਕਿ ਅਸੀਂ ਆਪਣਾ ਆਪ ਦਿਖਾਉਣਾ ਹੈ, ਨਾ ਇਸ ਨੂੰ ਫੈਸ਼ਨ ਸ਼ੋਅ ਬਣਾਉਣਾ ਹੈ ਤੇ ਨਾ ਹੀ ਇਸ ਨੂੰ ਮੇਲਾ ਬਣਾਉਣਾ ਹੈ। ਇਹ ਸਾਡੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਸਾਰਾ ਕੁਛ ਹੋ ਰਿਹਾ ਹੈ, ਜਿਹਨਾਂ ਬਜ਼ੁਰਗਾਂ ਦੀਆਂ ਇੰਨੀਆਂ ਕੁਰਬਾਨੀਆਂ ਹਨ, ਜਿਹਨਾਂ ਦੇ ਕਰਕੇ ਹੀ ਅਸੀਂ ਵਿਦੇਸ਼ਾਂ ਦੇ ਵਿੱਚ ਵਸਣ ਦੇ ਯੋਗ ਹੋਏ ਹਾਂ। ਆਓ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹੋਏ, ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਤਿੰਨ ਕਵਿਤਾਵਾਂ। ਇਹ ਬੱਚੇ ਜੋ ਸ਼ਹਿਰਾਂ ਦੇ ਵਿੱਚ ਰਹਿੰਦੇ ਹਨ, ਇੱਥੋਂ ਦੇ ਜੰਮਪਲ ਹਨ, ਤੇ ਗੁਰੂ ਸਾਹਿਬ ਜੀ ਦੀ ਕਿੰਨੀ ਬਖਸ਼ਿਸ਼ ਹੈ ਤੁਸੀਂ ਆਪਣੀਆਂ ਨਿਗਾਹਾਂ ਦੇ ਨਾਲ ਦੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮਨ ਦਾ ਢੰਗ ਤੇਰਾ ਬਹਿ ਕੇ ਸਿੱਧ ਦੀ ਭੱਠੀ ਵਿੱਚ ਸੂ
ਪੁੱਤਰਾਂ ਦੇ ਪਿਤਾ ਸਾਹਿਬ ਕਮਾਲ ਸਰਬੰਸ ਸਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਕਰਨੀ ਦਰ ਦੇ ਪ੍ਰਵਾਨ ਉੱਗਾ ਚਲਾ ਕੇ ਆਖਣਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ। ਔਨ ਵਿਸਾਖੀ ਆਫ 1699 ਗੁਰੂ ਗੋਬਿੰਦ ਸਿੰਘ ਜੀ ਇਸਟੈਬਲਿਸ਼ਡ ਅ ਫੋਰਮਲ ਆਰਡਰ ਟੂ ਮਿਲਿਟ ਸਿੱਖਸ ਦ ਖਾਲਸਾ ਪੰਥ ਐਂਡ ਬਾਉਡ ਬਿਫੋਰ ਇਟਸ ਰਿਪ੍ਰੈਜ਼ੈਂਟੇਟਿਵਸ ਐਜ਼ ਅ ਵੇ ਆਫ ਇੰਡੀਕੇਟਿੰਗ ਦ ਟ੍ਰਾਂਸਮਿਸ਼ਨ ਆਫ ਅਥਾਰਟੀ the ideology of progressive social revolution created by Guru Nanak Dev Ji became fully established on the day Khalsa ka inauguration. Guru Sahib fought against social inequality, fought against injustice, and helped the most vulnerable in society to live their lives with dignity and pride. The creation of Khalsa gave Sikhs a visible identity that ensured that they would stand out and wouldn't walk by when they saw injustice or somebody in need. The Khalsa represents an ideal example of a role model in the new world, characterized by integrity, commitment, democratic discipline, humanitarian service, spiritual contentment, and concerns for the welfare of all humanity. Guru Sahib gave the Sikhs new values, ideals, and practices which culminated into a sovereign identity. It separated them from the traditional social norms and practices. The initiation of Khande Ki Paur was a process of transformation to bring a new social order by wiping off all distinctions of caste and creed. To emphasize the complete independence of Sikh ideology, the Guru Khalsa Panth and the Guru Granth Sahib from thence onwards represented the sovereignty of the Sikhs. It was the essence of this social movement and the glory of Khalsa that the first American Gurdwara, which is of Stockton, gave the U.S. Army its first Sikh soldier, sent the first Sikh to U.S. Congress, and had epic contribution in freeing Punjab from the shackles of British government by the people we recognize as Gandhi Baba. ਇਹ ਉਸ ਵੇਲੇ ਦੀ ਗੱਲ ਹੈ ਜਦ ਭਾਈ ਕਰਤਾਰ ਸਿੰਘ ਜੀ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਕੈਨੇਡਾ ਅਤੇ ਕੈਲੀਫੋਰਨੀਆ ਵਰਗੇ ਵੱਖ ਵੱਖ ਸ਼ਹਿਰਾਂ ਦੇ ਰਹਿੰਦੇ ਪ੍ਰਵਾਸੀ ਭਰਾ ਨੂੰ ਇੱਕ ਮੰਗਾਰ ਪਾਈ ਹੈ ਕਿ ਆਓ ਗੋਰੇ ਤੋਂ ਆਪਣਾ ਦੇਸ਼ ਆਜ਼ਾਦ ਕਰਾਈਏ। ਇਹਨਾਂ 25 ਜਹਾਜ਼ਾਂ ਦੇ ਰਾਹੀਂ ਵੱਖੋ ਵੱਖਰੇ ਮੁਲਕਾਂ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚੋਂ 25,000 ਦੀ ਗਿਣਤੀ ਦੇ ਕਰੀਬ ਗਦਰੀਆਂ ਨੇ ਪੰਜਾਬ ਵੱਲੋਂ ਵਹੀਰਾਂ ਘੱਤ ਦਿੱਤੀਆਂ। ਉਹ ਕਿਹੜੇ ਕਿਹੜੇ ਗਦਰੀ ਸਨ, ਉਹਨਾਂ ਨੇ ਕੀ ਪੂਰਨੇ ਪਾਏ, ਉਸ ਤੇ ਚਾਨਣਾ ਦਾਸ ਜੋਤ ਸਿੰਘ ਅਤੇ ਸਾਥੀ ਭਗੀਰ ਸਿੰਘ ਦੋਵਾਂ ਭਰਾਵਾਂ ਦੀ ਟਵੀਚਰ ਜੋੜੀ ਆਪ ਸੰਤਾਂ ਦੇ ਸਾਹਮਣੇ ਇੱਕ ਕਵਿਤਾ ਦੇ ਰਾਹੀਂ ਹੈ ਇਹ ਪੇਸ਼ ਕਰਦੇ ਆ ਜੀ। ਤੁਰ ਪੇ ਭੰਨ ਸ਼ਹੀਦ ਕੀ ਗਾਨੇ ਸਰਦੇ ਸ਼ਮਾਂ ਤੇ ਪਰਵਾਨੇ, ਤੁਰ ਪੇ ਭੰਨ ਸ਼ਹੀਦ ਕੀ ਗਾਨੇ ਸਰਦੇ ਸ਼ਮਾਂ ਆਜ਼ਾਦੀ ਜੋਤ ਜਗਾਉਣ ਲਈ ਗਦਰੀ ਤੁਰੇ
Amrit gun te paaya, sunna de mantra jan amrit.
ਸਾਹਿਬ ਜੀ ਜੈ ਹਮਾਰਾ ਜੀ ਕੀ
ਤੇ ਉੱਥੇ ਹੋਏ ਕੁਛ ਲੋਕਾਂ ਨਾਲ ਤੁਲਨਾ ਦੇ ਰਹੇ ਨੇ। ਬਸ ਇਹ ਬੇਨਤੀ ਕੀਤੀ ਸੀ ਕਿ ਗੁਰੂ ਨੂੰ ਇੱਕ ਰਾਸ਼ਟਰ ਨਾਲ ਬੰਨ ਕੇ ਵਿਆਖਿਆ ਕਰਾਂਗੇ ਤੇ ਇਹ ਗੁਰੂ ਦੀ ਪ੍ਰਸਿੱਧ ਨਹੀਂ। ਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਣਹਾਰ ਹੈ। ਦੂਸਰੀ ਬੇਨਤੀ, ਕਿਸੇ ਜਰਨੈਲ ਨਾਲ ਤੁਲਨਾ ਦੇਣੀ ਇਹ ਵੀ ਕੋਈ ਸ਼ੋਭਾ ਵਾਲੀ ਗੱਲ ਨਹੀਂ। ਬਹੁਤ ਬਾਹੂਬਲੀ ਦੇ ਸੰਸਾਰ ਤੇ ਹੋਏ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਕਿਲੇ ਖੰਡਰਾਤ ਹੋ ਰਹੇ ਨੇ। ਸਿਰਫ ਅਜਿਹੇ ਸਾਸ਼ਦ ਵਰਤਾਂ ਉਹਨਾਂ ਦੇ ਬੁੱਤ ਕਿਤੇ ਚੜ੍ਹਦੇ ਚ ਖਲੋਤੇ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਿੱਟੇ ਮੁਬਾਰਕ ਚਰਨ ਬਹਿ ਗਏ, ਉੱਥੇ ਸਵੇਰੇ ਸ਼ਾਮ ਅਕਾਲ ਦੀ ਬੰਦਗੀ ਹੋ ਗਈ। ਆਓ ਅਸੀਂ ਸ਼ਬਦ ਵਰਤੇ ਸਨ ਵੀ, ਕਿਉਂਕਿ ਮੈਨੂੰ ਯਾਦ ਹੈ ਸ਼ੁੱਕਰਵਾਰ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਭਾਈ ਗੁਰਦਾਸ ਸਾਹਿਬ ਦੀ ਇਸ ਤੋਂ ਬਿਨਾਂ ਭਗਵੰਤ ਰੂਪ ਗੁਰੂ ਗੋਬਿੰਦ ਸੂਰਤ ਤੇ ਸੂਰਾਂ ਲਫ਼ਜ਼ ਨੂੰ ਆਪਾਂ ਇੱਕ ਦਾਇਰੇ ਚ ਨਹੀਂ ਬੰਨ ਸਕਾਂਗੇ। ਸੂਰਮਾ ਸ਼ਬਦ ਵੀਰ ਸ਼ਬਦ ਇਸਦਾ ਇਤਨਾ ਵਿਸ਼ਾਲ ਕਿਹਾ ਹੈ ਕੇਵਲ ਲੜਾਈ ਤੱਕ ਹੀ ਸ਼ਬਦ ਸੂਰਮਾ ਨਹੀਂ, ਇਹ ਆਵਾਜ਼ ਵਿੱਚ ਵੀ ਸੂਰਮਾ ਹੈ, ਜੀਵਨ ਵਿੱਚ ਵੀ ਸੂਰਮਾ ਹੈ, ਕਿਰਦਾਰ ਵਿੱਚ ਵੀ ਸੂਰਮਾ ਹੈ, ਕਰਮ ਵਿੱਚ ਵੀ ਸੂਰਮਾ ਹੈ। ਤੇ ਉਸ ਦਿਨ ਬੇਨਤੀ ਕੀਤੀ ਫਤਿਹ ਤੋਂ ਪਹਿਲਾਂ ਥੋੜਾ ਜਿਹਾ ਦੁਹਰਾਓ ਕਿ ਆਪਾਂ ਇੰਤਕਰਾ ਹੋਏ। ਸੰਸਕ੍ਰਿਤ ਦੇ ਵਿਦਵਾਨ ਕਹਿੰਦੇ ਚਾਰ ਤਰ੍ਹਾਂ ਦੇ ਵੀਰ, ਕਰਮ ਵੀਰ, ਧਰਮ ਵੀਰ, ਦਾਨ ਵੀਰ ਔਰ ਯੁੱਧ ਵੀਰ। ਦਾਸ ਨੇ ਇੱਕ ਬੇਨਤੀ ਕੀਤੀ ਕਿ ਚਾਰੇ ਸ਼ਬਦ ਵੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਬਹੁਤ ਹੈ। ਕੁਝ ਇੱਕ ਸ਼ਬਦ ਆਪਣੇ ਕੋਲ ਉੱਥੇ ਲੈ ਮੈਂ ਚਾਰਾਂ ਦੀ ਆਪਾਂ ਵਿਆਖਿਆ ਕੀਤੀ। ਗੁਰੂ ਗੋਬਿੰਦ ਸਿੰਘ ਪ੍ਰੇਮ ਵੀਰ ਨੇ, ਕਰਮ ਵੀਰ ਨੇ, ਧਰਮ ਵੀਰ ਨੇ, ਯੁੱਧ ਵੀਰ ਨੇ, ਦਾਨ ਵੀਰ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਿਆ ਵੀਰ ਨੇ। ਪਰ ਇਹ ਸ਼ਬਦਾਂ ਜੀਆਂ ਦਾ ਅਰਥ ਇਹ ਨਹੀਂ ਕਿ ਅਸੀਂ ਗੁਰਦੇਵ ਨੂੰ ਮੁਕੰਮਲ ਗਿਆਨ ਕਰ ਗਏ। ਤੇ ਜਿਸ ਦਿਨ ਅਰੰਭਤਾ ਕੀਤੀ ਉਸ ਦਿਨ ਅਰੰਭ ਕੀਤੀ ਸੀ ਸਰਦਾਰ ਕਪੂਰ ਸਿੰਘ ਉਹਨਾਂ ਨੇ ਗੱਲ ਕਹਿਣੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਰਨੀ ਇਸ ਤਰ੍ਹਾਂ ਜਿਵੇਂ ਰੀਲ ਵਾਲਾ ਕੈਮਰਾ ਲੈ ਕੇ ਕੁਝ ਸੋਚ ਦੇ ਸਾਹਮਣੇ ਕਰੋ ਕਿ ਮੈਂ ਤੇਰੀ ਤਸਵੀਰ ਖਿੱਚ ਰਿਹਾ, ਨਾ ਕੈਮਰਾ ਬਚਦਾ ਨਾ ਕੈਮਰੇ ਦੀ ਫੋਟੋ ਖਿੱਚਣ ਵਾਲਾ ਪੜੇਗਾ, ਉਹਨਾਂ ਦਾ ਜਲਾਲੀ ਰੂਪ ਹੈ। ਆਓ ਦੋ ਸਿਰ ਬੇਨਤੀਆਂ ਕਰਨੀਆਂ ਨੇ, ਦਾਨ ਵੀ ਔਰ ਯੁੱਧ ਵੀ। ਸਮਾਪਤੀ ਮੈਂ ਪੂਰੇ 45 ਮਿੰਟ ਹੁਣ ਤੋਂ ਹੀ ਜਦੋਂ ਤੋਂ ਮੈਂ ਮੰਗਲ ਸ਼ੁਰੂ ਕੀਤਾ ਉਸ ਤੋਂ ਮੈਂ 45 ਮਿੰਟ ਗਿਆ। ਕਰੋ ਕਿਰਪਾ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਜਾਂ ਇਸ ਮੀਡੀਏ ਰਾਹੀਂ ਦੇਸ਼ ਵਿਦੇਸ਼ ਵਿੱਚ ਬੈਠੇ ਇਹ ਪ੍ਰੋਗਰਾਮ ਆਪ ਦੇਖ ਰਹੇ ਹੋ, ਸੁਣ ਰਹੇ ਹੋ, ਤਾਂ ਸੰਗਤ ਗੁਰਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਤਿਗੁਰੂ ਦੀ ਜਦੋਂ ਉਪਮਾ ਕੀਤੀ ਗਈ ਉਸ ਵਿੱਚ ਇੱਕ ਸ਼ਬਦ ਗੁਰਦੇਵ ਨੇ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਹੈ ਕਿ ਸਤਿਗੁਰੂ ਦਾਤਾ ਹੈ। ਤੇ ਦਾਤਾ ਕੀ ਦਾਨ ਕਰਦਾ ਹੈ? ਪਹਿਲੀ ਬੇਨਤੀ ਦਾਨ ਵੀ,
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇੱਕ ਹਜ਼ੂਰ ਦਾ ਸ਼ਲੋਕ, ਉਸ ਵਿੱਚ ਹਜ਼ੂਰ ਨੇ ਫਰਮਾਇਆ, ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਜੋ ਰੋਏ। ਤਿੰਨ ਸ਼ਬਦ ਵਰਤੇ, ਗੁਰੂ ਦਾਤਾ ਹੈ, ਗੁਰੂ ਠੰਡ ਦਾ ਘਰ ਬਰਫ ਦਾ ਘਰ ਹੈ, ਤੇ ਗੁਰੂ ਉਹ ਚਿਰਾਗ ਉਹ ਦੀਪਕ ਹੈ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਆਪਣੀ ਰੋਸ਼ਨੀ ਦੇ ਗਿਆ। ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਜੋ ਰੋਏ। ਤੇ ਮਹਾਰਾਜ ਕਹਿੰਦੇ ਅਮਰ ਪਦਾਰਥ ਨਾਨਕਾ ਮਨ ਮੰਨੇ ਸੁੱਖ ਹੋਏ। ਤਿੰਨ ਸ਼ਬਦ ਵਰਤੇ, ਗੁਰੂ ਦਾਤਾ ਹੈ। ਤੇ ਬੇਨਤੀ ਕਰਾਂਗਾ, ਦਾਤਾ ਹੀ ਦਾਨ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਅੰਦਰ ਉਹ ਹੀ ਜੋਤ ਵਰਤ ਰਹੀ ਹੈ ਜਿਹੜੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਵਿੱਚ ਵਰਤੀ ਗਈ। ਇਹ ਗੱਲ ਉਸ ਦਿਨ ਵੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਗੱਲ ਕਰਦੇ ਹਾਂ, ਇਸ ਗੱਲ ਨੂੰ ਦੇਰ ਵੀ ਲਾ ਕੇ ਕਰੀਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਪ੍ਰਕਾਸ਼ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤੇ ਵੀ ਨੇ, ਠੰਡ ਦੇ ਘਰ ਵੀ ਨੇ ਤੇ ਪ੍ਰਕਾਸ਼ ਦੇਣ ਵਾਲੇ ਵੀ। ਅਗਲੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਦਾਤਾ ਗੁਰੂ ਆਪਣੀ ਦਿਆਲਤਾ ਕਰਦਾ ਹੈ ਤੇ ਜਿਸ ਉੱਪਰ ਉਹ ਦਾਨ ਕਰਦਾ, ਜਿਸ ਉੱਪਰ ਉਹ ਬਖਸ਼ਿਸ਼ ਵਰਤਦਾ, ਜ਼ਿੰਦਗੀ ਦਾ ਕੋਈ ਪੱਖ ਐਸਾ ਨਹੀਂ ਕਿ ਜਿਹਨੂੰ ਦਾਤਾ ਗੁਰੂ ਆਪਣੇ ਦਾਨ ਨਾਲ ਉਸਦੇ ਜੀਵਨ ਨੂੰ ਮੁਕੰਮਲ ਨਹੀਂ ਕਰ ਦਿੰਦਾ। ਇਸ ਵਜ੍ਹਾ ਹੋਰ ਬਾਣੀ ਹਜ਼ੂਰ ਦਾ ਪਵਿੱਤਰ ਵਚਨ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਦਾਤ ਹੋਈ ਹੈ। ਦਾਤਾ ਦਾਨ ਤੇ ਦਿਆਲ ਤਿੰਨੇ ਸ਼ਬਦ ਬੜੇ ਨੇੜੇ। ਸਤਿਗੁਰੂ ਹੋਏ ਦਿਆਲ ਤਾਂ ਹਰ ਦਾਤ ਹੋਈ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਨੂੰ ਝੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰਨ ਮਾਨੀਏ, ਸਤਿਗੁਰ ਹੋਏ ਦਿਆਲ ਤਾਂ ਜੰਮ ਦਾ ਗਲ ਵੇਖਾ। ਕਿਉਂਕਿ ਇਹਨਾਂ ਨੇ ਜ਼ਿਆਦਾ ਅਰਥ ਕਰਨ ਦੀ ਲੋੜ ਨਹੀਂ, ਇਸ ਪਵਿੱਤਰ ਵਚਨ ਦੇ ਬੜੇ ਸਰਲ ਅਰਥ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰਨ ਮਾਨੀਏ, ਤੇ ਸਤਿਗੁਰ ਦੇ ਵਚਨ ਕਿ ਸਤਿਗੁਰ ਹੋਏ ਦਿਆਲ ਤਾਂ ਨਾਮਿਤ ਪੜ ਗਏ, ਸਤਿਗੁਰ ਹੋਏ ਦਿਆਲ ਤਾਂ ਝੂਰਨਾ ਖਤਮ ਹੋ ਗਿਆ, ਦੁੱਖ ਖਤਮ ਹੋ ਗਿਆ, ਅੰਦਰ ਦੀ ਦਰਿਦਰਤਾ ਖਤਮ ਹੋ ਗਈ। ਸਤਿਗੁਰੂ ਦਾਤਾ ਆਪਣੇ ਸਿੱਖ ਨੂੰ ਹਰ ਵਕਤ ਮੁਕੰਮਲ ਕਰਦਾ। ਇਸ ਤੋਂ ਅਗਲੀ ਬੇਨਤੀ ਥੋੜਾ ਜਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਪਿਛਲੇ ਰੋਜ਼ ਅਸੀਂ ਗੁਰਦੇਵ ਜੀ ਰੋਜ਼ ਦਸ਼ਮੇਸ਼ ਪਿਤਾ ਦੀ ਅੰਮ੍ਰਿਤ ਰਚਨਾ ਵਿੱਚ ਵੀ ਆਪ ਸੰਗਤ ਨਾਲ ਬਾਣੀ ਪਾਈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਵਚਨ ਹੈ ਗੁਰੂ ਜੀ ਦੇ, ਹਜ਼ੂਰ ਨੇ ਬੁਲਵਾਇਆ ਕਿ ਗੁਰੂ ਦਾਤਾ ਆਪਣੇ ਸਿੱਖ ਦੇ ਜਿੰਨੀ ਕੋ ਬਖਸ਼ਿਸ਼ ਕਰ ਲਏ, ਜੇ ਕਿ ਸਿਰਫ ਗੁਰਦੇਵ ਦੇ ਦਾਨ ਦਾ ਸੰਦੇਸ਼ ਤੇ ਲਾਂਗੇ ਪੈਸੇ ਦੇ ਦਿੱਤੇ ਆਣਾ ਕਿ ਉਦਾਹਰਨਾਂ ਮੈਂ ਦਿਆਂ, ਕਿਸੇ ਨੂੰ ਕੱਪੜਾ ਦੇ ਦਿੱਤਾ, ਪੈਸਾ ਦੇ ਦਿੱਤਾ, ਜਾਂ ਕਿਸੇ ਦਾ ਕੰਮ ਕਰ ਦਿੱਤਾ, ਅਸੀਂ ਕਹਾਂਗੇ ਗੁਰੂ ਦਾਤੇ ਨੇ ਦਾਨ ਕੀਤਾ। ਇੰਨਾ ਤਾਂ ਅਮੀਰ ਲੋਕ ਨਹੀਂ ਕਰਦੇ ਪਏ, ਕੋਈ ਕਿਸੇ ਦੀ ਦਵਾਈ ਕਰਾ ਰਿਹਾ, ਕੋਈ ਕਿਸੇ ਨੂੰ ਕੱਪੜਾ ਦੇ ਰਿਹਾ, ਕੋਈ ਕਿਸੇ ਨੂੰ ਜ਼ਮੀਨ ਦੇ ਰਿਹਾ, ਕੋਈ ਕਿਸੇ ਨੂੰ ਰੋਜ਼ ਰੋਟੀ ਦੇ ਰਿਹਾ, ਪਰ ਗੁਰੂ ਦਾਤੇ ਦੀ ਤੁਲਨਾ ਇਹਨਾਂ ਚੀਜ਼ਾਂ ਨੂੰ ਕਦਾ ਦਿੱਤਾ ਕਰੀਏ। ਇਹ ਬਖਸ਼ਣ ਗੁਰੂ ਵਰਤਾਉਂਦੇ ਨੇ, ਸਭ ਤੋਂ ਵੱਡਾ ਗੁਰੂ ਨੇ ਤਾਂ ਇਹ ਕੀਤਾ ਕਿ ਗੁਰੂ ਨੇ ਅੰਦਰ ਜੀ ਦਾਨ ਬਖਸ਼ ਦਿੱਤਾ। ਫਿਰ ਧਿਆਨ ਦੱਸੋ, ਜੀ ਦਾਨ ਸਭ ਤੋਂ ਵੱਡੀ ਗੱਲ ਹੈ, ਇਹ ਕੋਈ ਹੋਰ ਨਹੀਂ ਦੇ ਸਕਦਾ। ਇਹ ਵੀ ਅਸੀਂ ਦੇਖਦੇ ਹਾਂ ਜਦੋਂ ਅੰਦਰ ਦੀ ਗੱਲ ਕਰਦੇ। ਧੰਨ ਗੁਰੂ ਰਾਮਦਾਸ ਜੀ ਦਾ ਇੱਕ ਵਚਨ, ਗੋੜੀ ਰਾਮ ਦਾ ਇੱਕ ਸ਼ਬਦ ਹੈ,
ਉਸ ਵਿੱਚ ਇੱਕ ਉੱਪਰ ਗੁਰੂ ਕੀ ਬਖਸ਼ਿਸ਼ ਕਰਦੇ, ਸਤਿਗੁਰੂ ਕੀ ਮੇਲ ਕਰਦੇ, ਤੇ ਪਿਛਲੇ ਤੋਂ ਪਿਛਲੇ ਸਾਲ ਸਾਹਿਬ ਇਹ ਇੱਥੇ ਕਿਹਾ ਸੀ ਕਿ ਅਸੀਂ ਗੁਰੂ ਦੇ ਅਰਥ ਬਹੁਤ ਚੰਗੀ ਗੱਲ ਟੀਚਰ ਬਣ ਕਰੀਏ, ਮਾਤਲ ਨਾ ਕਰੀਏ, ਅਧਿਆਪਕ ਨਾ ਕਰੀਏ। ਮੈਨੂੰ ਸਰਦਾਰ ਸਕੂਲ ਸਿੰਘ ਕਹਿੰਦੇ ਸਨ ਕਿ ਜੇ ਸਿਰਫ ਟੀਚਰ ਮਾਤਲ ਅਰਥ ਕਰੋਗੇ ਸਿਰਫ ਨਹੀਂ, ਜਦੋਂ ਵੀ ਗੁਰੂ ਦੇ ਅਰਥ ਕਰਨੇ ਨੇ ਇੱਕ ਦੇਹ ਚੜ੍ਹ ਕੇ ਕਰੋ ਕਿ ਨਿਰਾਕਾਰ ਦਾ ਸਾਕਾਰ ਰੂਪ ਜਿਹੜਾ ਉਹ ਸਭ ਗੁਰੂ ਹੋਵੇਗਾ, ਉਸ ਵਿੱਚ ਆਪ ਪਰਮਾਤਮਾ ਵਰਤਦਾ। ਕਈਆਂ ਦੇ ਮਨ ਚੜ ਜਾਏਗਾ ਨਹੀਂ ਜੀ ਕਿ ਇਹ ਤਾਂ ਦੇਵੀ ਪੂਜਾ ਵਾਲੇ ਪਾਸੇ ਤੁਰਦਾ ਹੈ। ਮੈਂ ਬੇਨਤੀ ਕੀਤੀ ਵਕਤ ਮਿਲਿਆ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੇਹ ਦਾ ਕੰਸੈਪਟ ਕੀ, ਅਸੀਂ ਜਿਹੜੇ ਇਸ ਗੱਲ ਨੂੰ ਪਕੜ ਕੇ ਬਹਿ ਲੈ ਗਏ। ਗੁਰੂ ਗ੍ਰੰਥ ਸਾਹਿਬ ਚ ਦੇਹ ਦਾ ਨਿੰਦਕ ਪੱਖ ਹੀ ਪੇਸ਼ ਕੀਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਉਸ ਦੇਹ ਦੀ ਜਿਸ ਵੀ ਦੀ ਆਪ ਰਾਮ ਸਾਹਿਬ ਰੋਜ਼ ਪੜ੍ਹ ਸ਼ਰੀਰ ਬਿਰਸਨ ਕਾਰ ਹੈ, ਪਰ ਗੁਰੂ ਅਮਰਦਾਸ ਬਿਰਸਨ ਆਰ ਨੇ ਸ਼ਬਦ ਵਰਤਿਆ, ਕਹਿ ਨਾਨਕ ਇਹ ਸਰੀਰ ਕਰਵਾਣ ਹੋਵਾ ਜਿਸ ਸਤਿਗੁਰ ਸਿਉਂ ਚਿਤਲਾ। ਅਸੀਂ ਬਾਣੀ ਸਰੋਪ ਪੜ੍ਹਨੇ ਕਿ ਹਜ਼ੂਰ ਦਾ ਬਚਨ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਾਣ ਹਰ ਅੰਤਰ ਨਹੀਂ ਨਾਨਕ ਸਾਤੀ ਮਾਨ। ਮੈਂ ਬੜਾ ਵਿਸਤਾਰ ਦਿੱਤਾ ਇਹ ਸੰਬੰਧੀ ਹਜ਼ੂਰ ਨੇ ਪਹਿਲਾ ਵਚਨ ਕੀਤਾ, ਇੱਕ ਮਾਂ ਬੱਚੇ ਨੂੰ ਜਨਮ ਦਿੰਦੀ, ਉਸ ਬੱਚੇ ਨੂੰ ਕੰਗੂੜੇ ਦੇ ਜਾ ਕਿਤੇ ਮੰਜੇ ਤੇ ਲਗਾ ਕੇ ਅੰਦਰ ਬਾਹਰ ਕੰਮ ਕਰਦੀ। ਤੇ ਗੁਰੂ ਰਾਮਦਾਸ ਜੀ ਉੱਤਰ ਦਿੰਦੇ ਆ, ਉਹ ਮਾਂ ਕਹਿੰਦੀ ਹੈ ਨਾ ਵੀ ਹੋਵੇ ਇਸ ਦੀ ਭੁੱਖ ਦਾ ਤੁਹਾਨੂੰ ਪਤਾ ਨਹੀਂ ਲੱਗਣਾ, ਮੇਰੀਆਂ ਅੰਦਰਾਂ ਨੂੰ ਪਤਾ ਲੱਗਣਾ, ਜਦੋਂ ਇਹਨੂੰ ਭੁੱਖ ਲੱਗੇਗੀ ਸੁੱਤਿਆਂ ਹੀ ਮੇਰੇ ਚੀਨੀ ਚ ਦੁੱਧ ਆਪਣੇ ਆਪ ਸਿਮਣ ਲੱਗ ਪੈਂਦਾ, ਇਹਦੀ ਭੁੱਖ ਦੇ ਚੀਨੀ ਨਹੀਂ ਪਤਾ ਲੱਗਦਾ। ਮੈਂ ਇੱਕ ਬੇਨਤੀ ਕਰਾਂਗਾ ਗੁਰੂ, ਕੇਵਲ ਕਹਿਣ ਨਹੀਂ ਸੁਣ, ਸਤਿਗੁਰੂ ਸਮਰੱਥ ਨੇ ਜਿਸ ਤਰ੍ਹਾਂ ਇੱਕ ਬੱਚੇ ਸੁੱਤੇ ਨੂੰ ਭੁੱਖ ਲੱਗੇ ਮਾਂ ਦਾ ਸੀਨਾ ਕਰਦਾ, ਉਹ ਸੁੱਤੇ ਨੂੰ ਉਠਾ ਕੇ ਉਹ ਦੁੱਧ ਪਿਆ ਦਿੰਦੀ, ਸਿੱਖ ਗੁਰੂ ਨੂੰ ਮੁਹੱਬਤ ਕਰਦਾ ਹੋਵੇ ਤਾਂ ਇਹ ਬੋਲੇ ਵੀ ਨਾ ਸਤਿਗੁਰੂ ਸਿੱਖ ਦੇ ਅੰਦਰ ਦੇ ਸੋਨੇ ਦੇ ਕੇ ਉਹਨੂੰ ਦੀ ਬਖਸ਼ਿਸ਼ ਕਰ ਦਿੰਦੇ। ਸਤਿਗੁਰੂ ਦਾ ਵਚਨ ਹੈ ਕਿ ਜੋ ਜਨਨੀ ਸੁੱਤ ਜਨ ਪਾਲਤੀ ਰੱਖੇ ਨਜ਼ਰ ਮਿਲਾਰ ਅੰਦਰ ਬਾਣ ਮੁਖ ਦੇ ਕਾਰ ਖਿਲ ਖਿਲ ਪੋਜਾਰ ਤੂੰ ਸਤਿਗੁਰੂ ਗੋਸ਼ਿਤ ਰਾਤ ਦਾ ਹਰ ਪ੍ਰੀਤ ਪਿਆ ਫਿਰ ਦਿਲ ਤੁਕਾ ਜੋ ਜਨਨੀ ਸੁੱਤ ਜਨ ਪਾਲਦੀ ਰੱਖੇ ਨਜ਼ਰ ਮਿਲਾਰ ਅੰਤਰ ਬਾਣ ਮੁਖ ਦੇ ਕਾਰ ਖਿਲ ਖਿਲ ਪੋਜਾਰ ਤੂੰ ਸਤਿਗੁਰੂ ਗੋਸ਼ਿਤ ਰਾਤ ਦਾ ਹਰ ਪ੍ਰੀਤ ਪਿਆਰ। ਜਿਵੇਂ ਇੱਕ ਮਾਂ ਦਾ ਅੰਦਰ ਆਪਣੇ ਬੱਚੇ ਨੂੰ ਪਾਲਦਾ ਸਭ ਚੇਰੇ ਦੀ ਸਮਰੱਥ ਗੁਰੂ ਆਪਣੇ ਸਿੱਖ ਨੂੰ ਇਸ ਤਰ੍ਹਾਂ ਪਾਲਦਾ ਤੋ ਬਖਸ਼ਿਸ਼ ਕਰ ਰਹੇ ਨੇ। ਦੂਸਰੀ ਬੇਨਤੀ ਕਈ ਹੁੰਦਾ ਜਦੋਂ ਤਰਕ ਵਾਲੇ ਪਾਸੇ ਪੜਦਾ ਤੇ ਮੈਂ ਗੁਰਬਾਣੀ
ਤਰਕ ਹੈ, ਪਰ ਕਿੰਨਾ ਕੁ ਤਰਕ ਨਾਲ ਲੈ ਚੋ ਕੇ ਜੇ ਅੱਜ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਸਾਹਿਬ ਨੂੰ ਸਾਧਨੀ ਸ਼ਾਸਤਰੀ ਕੇ ਉੱਤੇ ਕਰਾਂਗੇ। ਕੈਂਚੀ ਵਰਤੇ ਕਰਦੀ ਪਰ ਸੂਈ ਨੂੰ ਛੱਡ ਕੇ ਕੈਂਚੀ ਕਰਨੀ ਵਰਤੇ ਤਾਂ ਤੇ ਲੀਲਾ ਜਗਾਵਾ ਕੇ ਰਹਿਣਾ। ਜਿੱਥੋਂ ਤੱਕ ਗੁਰੂ ਦੀ ਬਖਸ਼ਿਸ਼ ਹੈ, ਅੰਮ੍ਰਿਤ ਦੀ ਬਾਣੀ ਦੀ ਦਾਤ ਦੀ, ਇਹ ਕੋਈ ਚੰਨ ਛੱਡਣ ਵਾਲੀ ਗੱਲ ਨਹੀਂ। ਜਿਸ ਦਾਤੇ ਨੇ ਬਾਣੀ ਵਿੱਚ ਤੁਹਾਨੂੰ ਜੀਵਨ ਦਿੱਤਾ, ਪਿਆਰਿਓ ਸੱਚ ਇਹਨੇ ਤੁਸੀਂ ਜਾਗਦੇ ਹੋ ਨਹੀਂ ਜਾਗਦੇ, ਤੁਸੀਂ ਬਾਣੀ ਪੜ੍ਹ ਰਹੇ ਹੋ ਕਿ ਨਹੀਂ ਪੜ੍ਹ ਰਹੇ, ਇਹ ਗੱਲ ਵੱਖਰੀ। ਪਰ ਘੱਟੋ ਘੱਟ ਤੁਹਾਡੇ ਦਿਲ ਵਿੱਚ ਇਹ ਆਸਥਾ ਤੇ ਹੈ ਮੇਰੇ ਗੁਰੂ ਦਾ ਬੋਝ ਹੈ, ਕਦੀ ਬਾਣੀ ਨਹੀਂ। ਤੇ ਜੇ ਪੜ੍ਹ ਕੇ ਗੁਰੂ ਤੇ ਸ਼ਾਸਤ ਆ ਰਹੇ ਤਾਂ ਸਾਨੂੰ ਕਾਮ ਜੋ ਸਾਧੂ ਨੇ ਬਖਸ਼ਿਸ਼ ਕੀਤੀ। ਮਨੁੱਖ ਤਾਂ ਕਹੇਗਾ ਕਿ ਮਾਂ ਤੇ ਪੁੱਤਰ ਨੇੜੇ ਨੇ ਤੇ ਮਾਂ ਬਾਹਰ ਹੀ ਬੱਚੇ, ਤੇ ਜੇ ਮਾਂ ਤੇ ਬੱਚੇ ਦੀ ਥੋੜੀ ਬਣ ਜਾਏ ਫਿਰ ਕਿਵੇਂ ਉਦਾਹਰਨ ਚੁੱਕੇਗੀ ਗੁਰੂ ਦੀ ਤੇ ਸਿੱਖ ਦੀ। ਉੱਥੇ ਗੁਰੂ ਰਾਮਦਾਸ ਜੀ ਮਾਂ ਦਾ ਹੋਰ ਜ਼ਿਕਰ ਕੀਤਾ, ਉਹ ਮਾਂ ਦੀ ਮਾਂ ਨੇ, ਉਹ ਮਨੁੱਖੀ ਮਾਂ ਨੇ, ਇੱਕ ਪੰਛੀ ਹੈ। ਦੇਖੋ ਗੁਰਬਾਣੀ ਦੇ ਇਹ ਜਿਹੜੀਆਂ ਉਦਾਹਰਨਾਂ ਨੇ ਇਹੀ ਰਹਿਣੀਆਂ। ਜਿੱਥੇ ਮਰਜ਼ੀ ਪਹੁੰਚੋ, ਜਿੰਨਾ ਮਰਜ਼ੀ ਪੜ੍ਹ ਲਓ, ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਉਹੀ ਰਹਿਣਗੇ ਜਿਹੜੇ ਹਜ਼ੂਰ ਨੇ ਮੁੱਦਤ ਪਹਿਲਾਂ ਸਾਡੀ ਧੋਈ ਪਾਇਆ। ਇੱਕ ਮਾਂ ਇਸਦੀ ਮਾਂ ਦੀ ਮਨੁੱਖੀ ਮਾਂ ਹੈ। ਅਸੀਂ ਪੂਜ ਦਾ ਜ਼ਿਕਰ ਬੜੀ ਬੜੀ ਬਾਣੀ ਪੜ੍ਹ ਲੂ, ਬੜੀ ਬੜੀ ਜ਼ਿਕਰ ਹੈ, ਰਹਿਣਾ ਕਰਦਾ ਪੜ੍ਹ ਉਡਿਆ ਉਡ ਆਵੇ ਚਾਹੇ ਕੋਈ ਥਾਂ ਦੇ ਪਾਠੇ ਬਚਨੇ ਚੜ੍ਹਿਆ। ਸਿੱਖ ਦਾ ਹਿੱਸਾ ਕਹਿੰਦਾ ਮੰਨ ਲਓ ਜੀ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਜੇ ਅਸੀਂ ਗੁਰਦੁਆਰੇ ਤੋਂ ਬਾਹਰ ਚਲੇ ਜਾਈਏ ਆਪਾਂ ਜ਼ਰੂਰ ਕਹਾਂਗੇ ਕਿ ਮਹਾਰਾਜ ਜੀ ਹਾਜ਼ਰੀ ਤੋਂ ਬਾਹਰ ਚਲੇ ਗਏ। ਪਰ ਜੇ ਸੁਰਤ ਨਾਲ ਦੇਖੋਗੇ ਸਿੱਖ ਕਿਤੇ ਵੀ ਗਾਏ ਜਿਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਉਹ ਕਦੀ ਗੈਰ ਹਾਜ਼ਰ ਹੁੰਦਾ ਸੀ, ਉਹ ਕਿਤੇ ਵੀ ਚਲਾ ਜਾਏ ਗੁਰੂ ਦੇ ਨਾਲ। ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਇਸ ਗਿਆਨ ਨੂੰ ਜੇ ਇਹ ਅਰਥ ਕਰੀਏ ਕਿ ਸਿਰਫ ਜੀਵਨ ਦਾ ਜਿਵੇਂ ਗੁਰੂ ਪ੍ਰਾਣੀ ਚੜ੍ਹਾਈ ਕਰਦੇ ਨੇ ਜਦੋਂ ਪਰਿਆਵਰਣ ਹੀ ਪੜੀ ਜਾਂਦੀ ਨਹੀਂ ਕਿ ਜਿਉਂਦਿਆਂ ਤੱਕ, ਤੇ ਜੇ ਸਿਰਫ ਗੁਰੂ ਨੂੰ ਜਿਉਂਦਿਆਂ ਤੱਕ ਅਰਥ ਕਰਦੇ ਜਿਉਂਦਿਆਂ ਤਾਂ ਮਾਂ ਪਿਓ ਵੀ ਨਾਲ ਗਏ, ਜਿਉਂਦਿਆਂ ਤਾਂ ਪੁੱਤਰ ਧੀਆਂ ਵੀ ਨਾਲ, ਜਿਉਂਦਿਆਂ ਤਾਂ ਸਾਡੇ ਮਿੱਤਰ ਸੱਜਣ ਵੀ ਨਾਲ ਨੇ, ਜਿਉਂਦਿਆਂ ਤਾਂ ਧਨ ਪਦਾਰਥ ਵੀ ਨਾਲ ਸਾਡੇ ਗਏ। ਗੁਰੂ ਦਾ ਸੰਬੰਧ ਕੇਵਲ ਸਰੀਰ ਦਾ ਸੀਮਤ ਸਕੇ, ਸਤਿਗੁਰੂ ਦਾ ਵਚਨ ਪਹੁੰਚੇ ਜਾਂਦਾ ਜਿੱਥੇ ਸਾਡੀ ਦੇਹ ਵੀ ਜਾਂਦਾ। ਜੈਸੇ ਗਗਨਪ੍ਰੰਤੀ ਉਲਟੀ ਕਪੜੇ ਬਾਗੇ ਵਾਲੀ ਗੁਰੂ ਰਾਮਦਾਸ, ਕਿਸੇ ਜਿੱਤੇ ਖੰਭਾ ਵਾਲੀ ਪੂੰਜ ਅਸਮਾਨ ਦੇ ਵਿੱਚ ਉੱਡਦੀ ਹੈ ਪਰ ਉਹਦੇ ਬੱਚੇ ਦਾ ਇਸ ਤਰ੍ਹਾਂ ਨਜ਼ਦੀਕ ਨੀ ਜਿਵੇਂ ਮਨੁੱਖੀ ਮਾਂ ਦਾ ਬੱਚਾ ਕੋਲ। ਉਹਦੇ ਬੱਚੇ ਸੈਂਕੜੇ ਹਜ਼ਾਰਾਂ ਕੋਲੀ ਦੂਰੀ ਤੇ ਨੇ ਪਰ ਗੁਰੂ ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਉਹ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਸੀ। ਮਹਾਰਾਜ ਕਹਿੰਦੇ ਸਰੀਰਕ ਤੌਰ ਤੇ ਦੂਰ ਪਰ ਜਦੋਂ ਉਹ ਮਾਂ ਜ਼ਮੀਨ ਤੇ ਪੜੇ ਹੋਏ ਭੋਜਨ ਨੂੰ ਦਾਣੇ ਨੂੰ ਚੁਣਦੀ ਹੈ, ਉਹਦੀ ਚੁਣ ਵਿੱਚ ਦਾਣਾ ਜਾਂਦਾ ਹੈ, ਉਹਦੇ ਅੰਦਰ ਆਪਣੇ ਬੱਚੇ ਦੀ ਯਾਦ ਆਉਂਦੀ ਹੈ। ਗੁਰੂ ਕੋਲ ਸਰੀਰਕ ਤੌਰ ਤੇ ਮਾਂ ਕਰਮ ਕਰ ਰਹੀ ਹੈ ਪਰ ਅਨਰਜੀ ਦੇ ਤੌਰ ਤੇ ਉਹ ਤਾਕਤ ਉਸ ਬੱਚੇ ਦੇ ਅੰਦਰ ਆਉਂਦੀ ਹੈ। ਮਹਾਰਾਜ ਕਹਿੰਦੇ ਸਰੀਰਕ ਦੂਰੀ ਵੀ ਹੋਵੇਗੀ ਤੇ ਗੁਰੂ ਦੀ ਯਾਦ ਵੀ ਤੇ ਨੂੰ ਬਖਸ਼ ਦੇਵੇਗੀ। ਮਹਾਰਾਜ ਜੀ ਦਾ ਵਚਨ ਹੈ ਜੈਸੇ ਗਗਨ ਗ੍ਰੰਥੀ ਉਲਟੀ ਕਪੜੇ ਬਾਗੇ ਵਾਲੀ, ਉਹ ਚੀਜ਼ ਰਾਤ ਹੈ ਪੀਠ ਹੈ ਵੇਖ ਬਜਰੇ ਨਿਤ ਹਰਦਾ ਹੈ ਆਪ ਮਾਲੀ, ਤੂੰ ਸਾਧੂ ਸਿੱਖ ਪ੍ਰੀਤ ਹਰ ਹਲਕੀ ਗੋਰ ਸਿੱਖ ਰੱਖੇ।
ਕੀ ਨਾ ਦੇ ਇਸ ਦੇ ਸ਼ਬਦ ਕੀ ਨਾ ਦੀ ਵਰਤਿਆ ਮਹਾਰਾਜ ਗੁਰੂ ਰਾਮਦਾਸ ਜੀ ਨੇ ਇਸ ਤਰ੍ਹਾਂ ਗੁਰੂ ਬਖਸ਼ਿਸ਼ ਕਰਦਾ ਹੈ ਆਪਣੇ ਸਿੱਖ ਦੇ ਉੱਤੇ ਤੀਸਰਾ ਵਚਨ ਇੱਕ ਹੋਰ ਲੈ ਲਈਏ ਆਪਾਂ ਕਿਉਂਕਿ ਜਿਹੜਾ ਅੱਜ ਬਹੁਤ ਸਾਰੇ ਚੱਲ ਰਿਹਾ ਇਹਦੇ ਮੰਨੂ ਜੇ ਨਾਮ ਨੂੰ ਹੁਣ ਬੱਚੇ ਕਹਿ ਕੇ ਗਏ ਗੱਲ ਗੁਰਦੁਆਰਿਆਂ ਦੀ ਲੜਾਈ ਕਿਵੇਂ ਸੀ ਨਾ ਗੁਰਦੁਆਰੇ ਦੀ ਲੜਾਈ ਥੋੜੀ ਥੋੜੀ ਰਹਿ ਗਈ ਜਿਹੜੀ ਅਣਦਿੱਖ ਦੀ ਲੜਾਈ ਉਹਨੇ ਸਾਡਾ ਲਾਭ ਮਾਰ ਦਿੱਤਾ ਜਿਹਨੂੰ ਤੁਸੀਂ ਸੋਸ਼ਲ ਮੀਡੀਆ ਕਹਿੰਦੇ ਆਮ ਬੱਚੇ ਨੂੰ ਦਿੱਖ ਹੀ ਰਹੇ ਇਸ ਜ਼ਰੀਏ ਨੂੰ ਅਪਮਾਨ ਕਰਕੇ ਪੂਰਾ ਜ਼ੋਰ ਦਿੱਤਾ ਤੇ ਦੂਜਾ ਅਪਮਾਨ ਕਰਕੇ ਖੁਸ਼ ਹੈ ਨਹੀਂ ਗੁਰਸਿੱਖੋ ਐਸਾ ਨਹੀਂ ਹਾਂ ਬੰਦਾ ਨਿਸ਼ਾਨੇ ਤੇ ਸਹੀ ਹੋਵੇ ਤੀਸਰੀ ਗੁਰੂ ਇੰਨੀ ਕਿਰਪਾ ਕਰਦੇ ਨੇ ਕਿ ਲੱਖਾਂ ਨਿੰਦਕ ਬੰਦੇ ਨਿੰਦਿਆ ਕਰਦੇ ਹੋਣ ਪਰ ਸਿੱਖ ਸ਼ਬਦ ਨਾਲ ਜੁੜਿਆ ਹੋਵੇ ਮੇਰਾ ਸਤਿਗੁਰੂ ਲੱਖਾਂ ਨਿਰਦਕਾਂ ਵਿੱਚ ਵੀ ਉਹਦੇ ਅੰਦਰ ਨੂੰ ਕਦੇ ਸੋਧਨ ਉਹ ਪਰਮਾਤਮਾ ਦਾ ਜੀਵਨ ਦਿੱਤਾ ਜੀਵਨ ਹਜ਼ੂਰ ਗੁਰੂ ਰਾਮਦਾਸ ਦਾ ਵਜਨ ਹੈ ਕਿ ਅਸੀਂ ਦੰਦਾਂ ਨਾਲ ਭੋਜਨ ਛੱਡ ਗਈ ਇਹ ਕੱਢ ਨਹੀਂ ਜੀ ਸਭ ਨੂੰ ਪਤਾ ਹੈ ਹਰਾਂ ਤੇ ਦੰਦ ਸਵਾਦ ਨਹੀਂ ਚੱਕਦੇ ਕਦੀ ਦੰਦ ਸਵਾਦ ਨਹੀਂ ਚੱਕਦੇ ਇਹਨਾਂ ਨੂੰ ਮਿੱਠੇ ਦਾ ਸਰੂਰੇ ਦਾ ਕੋਈ ਪਤਾ ਨਹੀਂ ਹਾਂ ਇਹ ਚੀਜ਼ ਦਾ ਤਾਂ ਇਹਨਾਂ ਨੂੰ ਹੁੰਦਾ ਜਿਸ ਦਿਨ ਕਟਾਕ ਹੁੰਦੀ ਉਸ ਦਿਨ ਇਹ ਵੀ ਚੱਲ ਸਕਦੇ ਹੋ ਜਾਂਦੇ ਮਿੱਠੇ ਕਦੀ ਨੀ ਕੋਈ ਲੂਣੇ ਕਦੀ ਨੀ ਹੋਏ ਮੈਂ ਬਾਣੀ ਚੋਂ ਬੇਨਤੀ ਕਰ ਰਿਹਾ ਹੁਣ ਕੱਟ ਦੇ ਦੰਦ ਨੇ ਸਵਾਦ ਜੀਭ ਲੈਂਦੀ ਤੇ ਬੱਤੀ ਦੰਦਾਂ ਦੇ ਵਿਚਕਾਰ ਮੈਂ ਤੁਸੀਂ ਜਦੋਂ ਬੋਲਦੇ ਆ ਜੀਭ ਰਖਾਉਂਦੀ ਗਈ ਦੰਦ ਦੀ ਨਾ ਦਿਖੇ ਗੁਰੂ ਰਾਮਦਾਸ ਕਹਿੰਦੇ ਕੈਂਚੀ ਦੀ ਤਾਂ ਕੱਟੀ ਜਾਂਦੇ ਨੇ ਬਸਤੀ ਨੂੰ ਇਵਨ ਕਿ ਜਿਹੜਾ ਗੁਰਮੁਖੀ ਦਾ ਤਵਰ ਹੈ ਸੱਤੇ ਵਾਲਾ ਵਰਗ ਜਿਹੜਾ ਹੁੰਦਾ ਪੈਂਤੀ ਉਹਦੇ ਅੱਖਰ ਤਾਂ ਉਨੀ ਦੇਰ ਤੱਕ ਉਚਾਰ ਨਹੀਂ ਹੋ ਸਕਦੇ ਜਿੱਦਣ ਦੰਦ ਇੰਨੀ ਦੇਰ ਤੱਕ ਦੰਦ ਤੇ ਜੀਵ ਦਾ ਆਪਸ ਵਿੱਚ ਸੰਯੋਗ ਨਹੀਂ ਹੁੰਦਾ ਸੱਤਾ ਪੱਥਾ ਦੱਦਾ ਤੇ ਧਰਦਾ ਇਹ ਚਾਰ ਅੱਖਰ ਕਦੀ ਉਚਾਰ ਨਹੀਂ ਹੋਣਗੇ ਜੇ ਸਾਡੀ ਜੀਵ ਦੰਦ ਨੂੰ ਸਪਰਸ਼ ਨਹੀਂ ਕਰੇਗੀ ਦੰਦ ਤੇ ਜੀਵ ਕਰਕੇ ਹੁਣ ਤੇ ਤਾਂ ਕਿ ਚਾਰ ਅੱਖਰ ਤੁਹਾਡੇ ਬੋਲੇ ਜਾਂਦੇ ਪਰ ਕਦੀ ਖੂਨ ਨਹੀਂ ਕਿਰਿਆ ਸੱਤਾ ਕਹਿੰਦੇ ਸੱਤਾ ਕਹਿੰਦੇ ਕਦੀ ਜੀਵ ਨਹੀਂ ਕੱਢੀ ਇਹਨਾਂ ਬੋਲਦੇ ਆ ਪ੍ਰਸ਼ਾਦਾ ਪਾਣੀ ਛੱਡਦੇ ਆ ਦੰਦ ਹਰ ਚੀਜ਼ ਨੂੰ ਕੱਟਦੇ ਆ ਪਰ ਜੀਵ ਨੂੰ ਨਹੀਂ ਤਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਸੀ ਖਾਸ ਗੁਰੂ ਇਹੋ ਜਿਹੀ ਬਖਸ਼ਿਸ਼ ਕਰਦੇ ਨੇ ਜਿਵੇਂ ਬੱਤੀ ਦੰਦਾਂ ਦੇ ਵਿੱਚ ਜੀਵ ਨਹੀਂ ਕੱਟੀ ਜਾਂਦੀ ਇਸੇ ਤਰ੍ਹਾਂ ਸੈਂਕੜੇ ਨਿੰਦਰ ਕੱਟੇ ਹੋ ਜਾਣ ਜਿਸ ਸਿੱਖ ਦੇ ਗੁਰੂ ਦੀ ਕਿਰਪਾ ਉਹਦੇ ਦਾ ਅੰਦਰ ਕਦੀ ਨਹੀਂ ਰੋਕਦਾ ਮਹਾਰਾਜ ਜੀ ਦਾ ਇੱਕ ਵਚਨ ਹੈ ਕਿ ਜੈਸੇ ਸਾਥੀ ਕੀ ਵਤੀਤ ਹੈ ਦੁਸ਼ਮਨ ਅੰਮ੍ਰਿਤ ਬਹੁਤ ਗੁਰੂ ਗ੍ਰੰਥ ਸਾਹਿਬ ਦੀ ਵਾਪਸੀ
ਕਿਉਂਕਿ ਅੱਜ ਕਈ ਸੱਜਣ ਜਦੋਂ ਅੰਮ੍ਰਿਤ ਦੀ ਗੱਲ ਕਰਦੇ ਆ ਉਹ ਜ਼ਿਆਦਾਤਰ ਬਾਣੀ ਨਾਮ ਅੰਮ੍ਰਿਤ ਦੀ ਗੱਲ ਤਾਂ ਕਰਦੇ ਆ ਪਰ ਖੰਡੇ ਦੀ ਫੌਜ ਉਸ ਅੰਮ੍ਰਿਤ ਤੋਂ ਇਨਕਾਰੀ ਹੋ ਜਾਂਦੇ। ਮੈਂ ਗੁਰਬਾਣੀ ਦੀ ਗੁਰੂ ਗ੍ਰੰਥ ਹੈ ਅੰਮ੍ਰਿਤ ਸ਼ਬਦ ਇੰਨਾ ਕਹਿਦਾ ਕਿਤੇ ਅੰਮ੍ਰਿਤ ਸ਼ਬਦ ਦੇ ਅਰਥ ਦੁੱਧ ਨੇ, ਕਿਤੇ ਅੰਮ੍ਰਿਤ ਦੇ ਅਰਥ ਗੁਰ ਨੇ, ਕਿਤੇ ਅੰਮ੍ਰਿਤ ਦਾ ਅਰਥ ਅਮਰ ਰਹਿਣ ਵਾਲਾ, ਕਿਤੇ ਅੰਮ੍ਰਿਤ ਦਾ ਅਰਥ ਨਾਮ ਹੈ, ਕਿਤੇ ਅੰਮ੍ਰਿਤ ਦਾ ਅਰਥ ਬਾਣੀ ਹੈ, ਕਿਤੇ ਅੰਮ੍ਰਿਤ ਗੁਰੂ ਤੋਂ ਮਿਲਦਾ, ਕਿਤੇ ਕਿ ਅੰਮ੍ਰਿਤ ਦੇ ਵੀਰ ਦੇ ਦੂਜਾ। ਹੁਣ ਭਾਈ ਸਾਹਿਬ ਨੇ ਬੋਲਿਆ ਭਲਿਆ ਕਿ ਚੋਰਨਾ ਮੁੰਡਿਆਂ ਅੰਮ੍ਰਿਤ ਖੋਜਦੇ ਤੋਂ ਅੰਮ੍ਰਿਤ ਗੁਰਦੇ ਪਰ ਗੁਰੂ ਸਾਹਿਬ ਕਹਿੰਦੇ ਘਰ ਜੀ ਮੈਂ ਅੰਮ੍ਰਿਤ ਪਰ ਭੁੱਲ ਗਿਆ ਮਨਮੁੱਖਾਂ ਸਾਧ ਨਾ ਪਾਇਆ ਜਿਸ ਜੰਗ ਕਾਰਨ ਤੂੰ ਜਦ ਆਏ ਸੋ ਅੰਮ੍ਰਿਤ ਗੁਰਦੇ ਪਾਈ ਜੀਓ ਛੋਟੋ ਵੇਚ ਭੇਜ ਚਕਰਾਈ ਦੁੱਧਾ ਇਹ ਪਲ ਨਾਹੀ ਜੀਓ ਇੱਥੇ ਕਿਆ ਗੁਰੂ ਗ੍ਰੰਥ ਚੜ੍ਹਾਓ ਦੀਆਂ ਪੁੱਤਾਂ ਨੂੰ ਮਰ ਵੇ ਫਿਰ ਰਹੋ ਮਤ ਤੱਕ ਜਾਣੀ ਜੀਓ ਬਾਹਰ ਘੁੰਮਦੇ ਤੇ ਬਹੁਤ ਸੁਖ ਪਾਵੇਂ ਧਰ ਅੰਮ੍ਰਿਤ ਕਰਦਾ ਜੀ ਗੁਰੂ ਨਾਨਕ ਸਾਹਿਬ ਦਾ ਥੋੜ੍ਹਾ ਦਰਸ਼ਕ ਬੇਨਤੀ ਕਰਦਾ ਉਹ ਬਾਕੀ ਮਨੁੱਖੀ ਸਰੀਰ ਵਿੱਚ ਹੈ ਪਰ ਜਿੰਨੀ ਦੇਰ ਤੱਕ ਗੁਰ ਪ੍ਰਸਾਦ ਨਹੀਂ ਨਾ ਵਰਤਦਾ ਉਨੀ ਦੇਰ ਤੱਕ ਅੰਮ੍ਰਿਤ ਨਹੀਂ ਭਰ ਸਕਦਾ। ਹੁਣ ਫਿਰ ਵੀ ਕਹਿੰਦੇ ਆ ਵੀ ਭਗਤੀ ਕਰਨੀ ਮੈਂ ਰੰਗ ਹੈ ਗੁਰੂ ਗ੍ਰੰਥ ਸਾਹਿਬ ਲੋਕ ਹੁੰਦੀ ਹੈ ਕਿ ਮਨ ਨੂੰ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈਗਾ ਅੱਲਾ ਮਨ ਨੂੰ ਪ੍ਰਾਪਤ ਨਹੀਂ ਸਾਰੇ ਜਾਣਦੇ ਪਰ ਉੱਥੇ ਭਗਤੀ ਕਰਨ ਵਾਲੇ ਨੇ ਵੀ ਸ਼ਬਦ ਮਨ ਨੂੰ ਵਰਤਿਆ ਹੰਕਾਰੀ ਬੰਦਾ ਹੈ ਜਿਹੜਾ ਸਤਿਗੁਰੂ ਤੋਂ ਬਿਨਾਂ ਦਾਅਵੇ ਕਰਕੇ ਭਗਤੀ ਕਹਿੰਦਾ ਮੰਗਾ ਰਿਹਾ ਸਤਿਗੁਰੂ ਤੋਂ ਬਿਨਾਂ ਭਗਤੀ ਨੂੰ ਫਲ ਹੀ ਦਿੰਦਾ। ਬੇਨਤੀ ਹੈ ਗੁਰੂ ਗੋਬਿੰਦ ਸਿੰਘ ਨੇ ਕੀ ਬਖਸ਼ਿਸ਼ਾ ਦਿੱਤੀ ਸੀ ਤਾਂ ਅੰਮ੍ਰਿਤ ਦੀ ਦਾਤ ਦਿੱਤੀ। ਸਾਰੇ ਜੀ ਕਹਿਣ ਕਿ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਨਿਵਾਜਿਆ ਪਰ ਅੱਜ ਜ਼ਿਆਦਾਤਰ ਜਦੋਂ ਅੰਮ੍ਰਿਤ ਦੀ ਗੱਲ ਕੀਤੀ ਜਾਂਦੀ ਉਹਨੂੰ ਪੀਰ ਰਸ ਨਾਲ ਜੋੜ ਕੇ ਕੀਤੀ ਜਾਂਦੀ ਤੇ ਹੈ ਵੀ ਕੋਈ ਸ਼ੱਕ ਨਹੀਂ ਪਰ ਗੁਰੂ ਉਸ ਅੰਦਰ ਦੀ ਬਖਸ਼ਿਸ਼ ਨੂੰ ਕੇਵਲ ਬਾਹਰਮੁਖੀ ਰੱਖ ਕੇ ਸਵਾਲ ਨਹੀਂ ਬਣਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਅੰਮ੍ਰਿਤ ਵਿੱਚ ਆਪਣਾ ਆਪਾ ਮਿਲਾ ਦਿੱਤਾ ਕੇਵਲ ਪੰਜ ਨਹੀਂ ਸਤਿਗੁਰੂ ਨੇ ਉਸ ਪੰਜਾਂ ਦੇ ਵਿੱਚ ਉਹ ਜਿੰਦ ਉਹ ਬਖਸ਼ਿਸ਼ ਲਾ ਦਿੱਤੀ ਜਿਹੜੀ ਬਖਸ਼ਿਸ਼ ਕਰਤਾਰ ਕੋਲ ਦੀ ਧਰਤੀ ਤੇ ਗੁਰੂ ਨਾਨਕ ਦੇ ਬਾਬੇ ਰਹਿ ਅੰਦਰ ਦਿੱਤਾ ਇਸ ਬੇਨਤੀ ਨੂੰ ਸੁਣੀ ਕਿਉਂਕਿ ਸਭ ਤੋਂ ਵੱਡਾ ਦਮ ਨਹੀਂ ਦਿੱਤਾ। ਮੈਂ ਇੱਕ ਰਾਮ ਦਾ ਜ਼ਿਕਰ ਕਰਾਂਗਾ ਇਸ ਕਵੀ ਨੂੰ ਨਿਵਾਜਿਆ ਇੱਕ ਵਾਰੀ ਪਹਿਲਾਂ ਵੀ ਕੀਤਾ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਗੁਰੂ ਕੋ ਮੇਰੇ ਮੁਨਸ਼ ਨੇ ਕਿ ਉਹਨਾਂ ਨੇ ਪੰਜਾਂ ਨੂੰ ਇਹ ਬਖਸ਼ਿਸ਼ ਦੇ ਦਿੱਤੀ ਕਿ ਜਿਹੜਾ ਨਾਮ ਦਾਨ ਮੈਂ ਅੱਜ ਤੁਹਾਡੇ ਅੰਦਰ ਸੰਚਾਰ ਕੀਤਾ ਹੈ ਅੱਜ ਤੋਂ ਬਾਅਦ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇਗਾ ਤੁਹਾਨੂੰ ਪੰਜਾਂ ਨੂੰ ਦਾਨ ਦਿੱਤਾ ਤੁਸੀਂ ਕਿਤੇ ਵੀ ਅੱਗੇ ਨਾਮ ਦਾਨ ਦੇ ਸਕਦੇ। ਬੇਨਤੀ ਹੈ ਇਹ ਛੋਟੀ ਜਿਹੀ ਗੱਲ ਨਹੀਂ ਇਹਦਾ ਜਿਹੜੇ ਅਸੀਂ ਬੜਾ ਖਰਚ ਕਰਦੇ ਹਾਂ ਕੱਪੜੇ ਦਿੱਤੇ ਸੋਨਾ ਚਾਂਦੀ ਹੀਰਾ ਦਿੱਤਾ ਕੀ ਹੈ ਧਰਮਾਣਾ ਤੁਹਾਨੂੰ ਦਿੱਤਾ ਕੋਈ ਸ਼ੱਕ ਨਹੀਂ ਸਭ ਤੋਂ ਵੱਡੀ ਬਖਸ਼ਿਸ਼ ਇਹ ਦਿੱਤੀ ਕਿ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਆਪ ਵੱਧ ਗਏ ਤੇ ਉਹਨਾਂ ਕਿਹਾ ਸੀ ਕੋ ਇਹ ਸੀਮਾ ਤੱਕ ਥੋੜੇ ਸਮੇਂ ਤੱਕ ਨਹੀਂ ਜਿੰਨੀ ਦੇਰ ਤੱਕ ਖਾਲਸਾ ਰਹੇਗਾ ਓਨੀ ਦੇਰ ਤੱਕ ਮੈਂ ਆਪਣੀ ਬਖਸ਼ਿਸ਼ ਤੁਹਾਡੇ ਅੰਦਰ ਟਿਕਾ ਦਿੱਤੀ ਜਿਹੜਾ ਮੈਂ ਨਾਮ ਦਾਨ ਤੁਹਾਨੂੰ ਬਖਸ਼ਿਸ਼ ਕੀਤਾ ਤੁਸੀਂ ਅੱਗੇ ਤੇ ਸੰਗਤਾਂ ਨੂੰ ਨਾਮ ਦਾਨ ਦਿਓ ਸਾਰੀਆਂ ਜਾਤਾਂ ਨੂੰ
ਆਪਣਾ ਆਪਾ ਭੇਟ ਕੀਤਾ ਸੱਚੇ ਗੁਰੂ ਅੰਗਦ ਸਾਹਿਬ ਜੀ ਨੇ ਭੇਟ ਕੀਤਾ
ਜੇ ਬੇਨਤੀ ਮੈਂ ਕਰਨੀ ਚਾਹਨਾ ਕੱਲਾ ਸਿਰਫ ਅੰਮ੍ਰਿਤ ਸੰਚਾਰ ਨਹੀਂ, ਅੰਮ੍ਰਿਤ ਦਾ ਸੰਚਾਰ ਕੀਤਾ ਪਰ ਸਭ ਤੋਂ ਵੱਡੀ ਵੈਸਾਖੀ ਵਾਲੇ ਦਿਨ ਬਖਸ਼ਿਸ਼ ਕੀਤੀ ਜਿਹੜਾ ਨਾਮ ਗੁਰੂ ਗੋਬਿੰਦ ਸਿੰਘ ਬਾਂਧੇ ਸਨ ਉਹ ਪੰਜਾਂ ਦੀ ਢੋਲੀ ਨੂੰ ਪਾ ਦੇ ਕਿ ਤੁਸੀਂ ਵੀ ਨਾਮ ਅੱਗੇ ਰੱਖੋ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਅੰਮ੍ਰਿਤ ਦੀ ਥਾਪ ਦਿੱਤੀ ਤੇ ਜਿਸ ਵਕਤ ਹਜ਼ੂਰ ਨੇ ਆਪ ਅੰਮ੍ਰਿਤ ਲਿਆ ਅੰਮ੍ਰਿਤ ਛਕਿਆ ਹੁਣ ਤਾਂ ਚਲੋ ਐਸਾ ਗੱਲਾਂ ਸਾਰੀਆਂ ਸਾਹਮਣੇ ਆ ਜਾਣਗੀਆਂ। ਜੇ ਕੋਈ ਦੌਰਾਨ ਚਲੋ ਮੈਂ ਨਾਂ ਤੇ ਲੈਣਾ ਉਹ ਕਹਿੰਦਾ ਜੀ ਪਿੱਛੋਂ ਬਾਹਣਾ ਨੇ ਪਾਇਆ ਆਪੇ ਗੁਰੂ ਚੇਲੇ ਵਾਲੀ ਗੱਲ ਕਹਿੰਦਾ ਉਦੋਂ ਪੂਰੀ ਹੋਈ। ਵੈਸੇ ਜੀ ਮੈਂ ਬੇਨਤੀ ਕਰਾ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਸਾਹਿਬ ਨੂੰ ਮੱਥਾ ਟੇਕਿਆ ਜੀ ਗੁਰੂ ਅੰਗਦ ਦੇਵ ਨੇ ਕਲਾ ਤੇ ਆਪ ਨੇ ਤੁਸੀਂ ਰਾਮਦਾਰੀ ਦੀ ਵਾਰ ਕਰਦੇ ਹੋ ਗੁਰ ਚੇਲੇ ਰਹਿ ਰਾਮ ਸੀ ਰਹਿ ਰਾਮ ਸਾਹਿਬ ਤੇ ਨਮਸਕਾਰ ਗੁਰੂ ਨੇ ਚੇਲੇ ਨੂੰ ਮੱਥਾ ਦੇ ਦਿੱਤਾ ਤੇ ਕਦੋਂ ਨਾਨਕ ਸਲਾਮਤ ਜੀਵਦਾ ਗੁਰੂ ਨਾਨਕ ਸਾਹਿਬ ਆਪਣੇ ਸਰੀਰ ਵਿੱਚ ਨੇ ਉਹਨਾਂ ਨੇ ਸਲਾਮਤ ਹੁੰਦਿਆਂ ਮੱਥਾ ਭਾਈ ਲਹਿਣ ਨੂੰ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਰੀਰ ਵਿੱਚ ਕਹਿਣ ਦੇ ਉਹਨਾਂ ਨੇ ਆਪਣੀ ਬਖਸ਼ਿਸ਼ ਪੰਜਾ ਦੇ ਦਿੱਤਾ ਬਖਸ਼ਿਸ਼ ਕੀਤੀ ਉਹਨਾਂ ਜੇ ਤੁਹਾਨੂੰ ਕਿਹਾ ਅੰਮ੍ਰਿਤ ਦੀ ਥਾਪ ਦੇ ਚਲੋ ਜਦੋਂ ਤਾਵਕ ਉਡਾਰੀ ਮਾਰੀ ਜਾਂਦੀ ਹੈ ਕਈ ਤੱਥਾਂ ਤੋਂ ਬੋਲੇ ਹੋ ਕੇ ਵੀ ਖਿਆਲ ਕਰਦੇ ਜਾਂਦੇ ਵੈਗੁਰੂ ਜੀ ਮੇਰਾ ਮਨ ਜਿੰਨਾ ਹੋ ਗਿਆ ਵੀ ਉਹਨਾਂ ਕਿਹਾ ਮਹਾਰਾਜ ਜੀ ਫਿਰ ਤੱਤ ਨਹੀਂ ਕਿਵੇਂ ਹੋ ਗਿਆ ਸਾਰੀ ਤਾਂ ਮੈਂ ਬੇਨਤੀ ਕੀਤੀ ਕਿੱਥੇ ਕਿਆ ਮਹਿਸੂਸ ਕਰੇਗਾ ਜਿਸ ਦਾਤੇ ਨੇ ਜੀ ਦਾਨ ਦੇ ਕੇ ਕਿਹਾ ਮੈਂ ਬੰਦੋ ਪਿਆਰੇ ਨੂੰ ਅੰਮ੍ਰਿਤ ਦੀ ਦਾਤ ਦਿਓ ਗੁਰੂ ਕੋਲ ਉਹ ਕੁਛ ਸੌਦਾ ਬੜਾ ਕਰਨ ਲੱਗੇ ਸਨ ਮੇਰਾ ਅੰਦਰ ਇਹਨਾਂ ਦੇ ਨੇਤਰ ਭੇਜ ਕੇ ਕਿਉਂਕਿ ਐਸੀ ਲਾਲ ਤੁਸੀਂ ਕੌਣ ਹੈ ਗਰੀਬ ਨਿਵਾਸ ਦੁਨੀਆ ਮੇਰਾ ਮਨ ਹੈ ਛਤਰ ਘਰ ਹੈ ਜਾਂ ਕਿ ਛੋਟ ਜਗਤ ਕੋ ਲੱਗ ਹੈ ਤਾਂ ਪਰ ਤੂੰ ਹੀ ਘਰ ਹੈ ਨੀਚਾ ਕੁਛ ਕਰਿਆ ਮੇਰਾ ਗੋਬਿੰਦ ਸਾਹਮਣ ਦੇ ਨਾਮ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਨ ਮਹਾਰਾਜ ਆਪ ਜੀ ਨੂੰ ਹਜ਼ੂਰ ਸਰ ਜਿਹੜਾ ਸ਼ਬਦ ਕਹਿੰਦੇ ਨੇ ਕਵੀ ਸੰਤੋਖ ਸਿੰਘ ਦੇ ਇੱਕ ਪ੍ਰਤਾਪ ਸੋਈ ਵਿੱਚ ਹੈ ਮਹਾਰਾਜ ਕਹਿੰਦੇ ਖਾਲਸਾ ਜੀ ਜਿਹੜੀ ਅੱਜ ਦਾਨ ਦਿੱਤਾ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਆਪ ਆਹ ਦਾਨ ਤੁਹਾਨੂੰ ਬਖਸ਼ਿਸ਼ ਕੀਤਾ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਆਪ ਜੈਸੇ ਗੁਰੂ ਨਾਨਕ ਜੀ ਅੰਮ੍ਰਿਤ ਹੋ ਗਏ ਜੀ ਗੁਰੂ ਕੋਲ ਪਤਾ ਹੈ ਕਿ ਹੁਣ ਇੱਕ ਨਿੱਜੀ ਸਰੀਰ ਐਸਾ ਐਸਾ ਸੁਮੇਟ ਲੈਣਾ ਹੈ ਇਸ ਤੋਂ ਅੱਗੇ ਜਿਹੜੀ ਬਖਸ਼ਿਸ਼ ਉਹ ਪੰਜਾਂ ਰਾਹੀਂ ਪੰਥ ਵਿੱਚ ਜਗਤ ਵਿੱਚ ਵਰਤੇਗੀ ਮਹਾਰਾਜ ਕਹਿਣਗੇ ਖਾਲਸਾ ਗੁਰੂ ਗੁਰੂ ਖਾਲਸਾ ਕਰੂੰਗਾ ਅੱਜ ਜੈਸੇ ਗੁਰੂ ਨਾਨਕ ਜੀ ਅੰਮ੍ਰਿਤ ਕੋ ਪੀਣੀਓ ਸੰਤ ਨਾ ਕਰੀ ਜੈ ਖਾਲ ਦਾਨ ਹੋਏ ਟੀਚੈ ਅੱਜ ਅੰਮ੍ਰਿਤ ਛਕਾਓ ਹੋਏ ਜੈਸੇ ਗੁਰੂ ਮਸੀਹ ਕਾਲ ਕੋ ਕੇ ਕਾਲ ਅੱਜ ਕੇ ਰਹਿਣਾ ਅਕਾਲ ਪ੍ਰਭੂ ਦੀਨ ਕਿਰਪਾਲ ਨੂੰ ਹੁਕਮ ਆ ਮੇਰੇ ਬੀਬੀਓ ਕਹਿੰਦੇ ਮੈਂ ਤਾਂ ਅਕਾਲ ਪੁਰਖ ਦੇ ਹੁਕਮ ਵਿੱਚ ਪੰਥ ਦਾ ਪ੍ਰਚਾਰ ਕਰ ਲਈ ਜੇ ਉਹਦੀ ਬਖਸ਼ਿਸ਼ ਅੱਗੇ ਬਦਲ ਵਾਸਤੇ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਦਾਨ ਦਿੱਤਾ ਰਹਿਤ ਦਾ ਦਾਨ ਦਿੱਤਾ ਸਾਨੂੰ ਜੀ ਦਾਨ ਦਿੱਤਾ ਗੁਰਮੁਖੋ ਉਹਨੇ ਸਰਦਾਰ ਸ਼ਬਦ ਬਣਿਆ ਤੇ ਸਰਦਾਰ ਸ਼ਬਦ ਕੇਵਲ ਅੰਗਤਾ ਦਾ ਸੂਚ ਨਹੀਂ ਚੁਰਾਸੀ ਦਾ ਸਰਦਾਰ ਰੱਬ ਨੇ ਪੈਦਾ ਕੀਤਾ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਕੇ ਮਾਨਵਤਾ ਦਾ ਸਰਦਾਰ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਫਿਰ ਜਿੱਥੇ ਬਖਸ਼ਾਂ ਕੀਤੀਆਂ ਫਿਰ ਇੱਥੋਂ ਦਾ ਇਹਨੂੰ ਵੱਡਾ ਦਾਨ ਕੀ ਮੈਂ ਦਾਨ ਦਾ ਸ਼ਬਦ ਵਰਤਦੇ ਹਾਂ ਸਾਨੂੰ ਦਾਨ ਮਿਲਿਆ ਦਾਨ ਦੇ ਹੱਕ ਨਹੀਂ ਹੁੰਦਾ ਦਾਨ ਨਾਲ ਉਹਨੂੰ ਬਖਸ਼ਿਸ਼ ਹੁੰਦੀ ਗੁਰੂ ਧਰਮ ਦਾ ਵਿਕਾਰ ਨਾ ਪਿਆ ਕਰੀ ਮੈਂ ਕਿਹਾ ਕਿ ਨਾ ਚੰਗਾ ਲੱਗੇ ਤੇ ਜ਼ਰੂਰ ਅਪਣਾ ਲਈਏ ਆਪਾਂ ਵੀ ਗੁਰਦੁਆਰੇ ਦਾਨ ਜੋ ਨਹੀਂ ਗੁਰਮੁਖੋ ਗੁਰੂ ਨੂੰ ਭੇਟਾ ਨਹੀਂ ਜ਼ਰੂਰੀ ਗੁਰੂ ਨੂੰ ਦਾਨ ਨਹੀਂ ਉਹਦੀਆਂ ਦਿੱਤੀਆਂ
ਦੀਆਂ ਦਾਤਾਂ ਸੀ। ਸਿੱਖਾਂ ਨੇ ਤੀਰ ਭੇਜਾ ਕੀਤੇ, ਤੀਰ ਦਾਨ ਨਹੀਂ ਦਿੱਤੇ। ਤੁਸੀਂ ਕਦੀ ਕਹਿੰਦੇ ਹੋ ਵੀ ਪੰਜਾਂ ਸਿੱਖਾਂ ਨੇ ਤੀਰ ਦਾਨ ਦਿੱਤੇ, ਪੰਜਾਂ ਨੇ ਤੀਰ ਭੇਜਾ ਕੀਤੇ, ਗੁਰੂ ਗੋਬਿੰਦ ਸਿੰਘ ਨੇ ਭੇਜਾ ਦੇ ਬਦਲੇ ਅੰਮ੍ਰਿਤ ਦਾ ਦਾਨ ਦਿੱਤਾ। ਉਹਨਾਂ ਨੇ ਗਰੀਬ ਨਵਾਜ਼ੀ ਕੀਤੀ, ਬਖਸ਼ਿਸ਼ ਕੀਤੀ। ਹਜ਼ੂਰ ਮਹਾਰਾਜ ਖਾਲਸੇ ਨੂੰ ਕਿੰਨਾ ਪਿਆਰ ਕਰਦੇ ਆ। ਇਹ ਸਿਰਫ ਸਵਈਆ ਮਹਾਰਾਜ ਦਾ ਬਚਨ ਸੀ, ਸ਼ੇਰ ਕਰੀ ਇੰਨੀ ਕੀ ਭਾਵਤ ਔਰ ਕੀ ਸੇਵ ਸੁਹਾਗ ਨਾ ਦੇਖੋ। ਆਖਿਰ ਦਾਨ ਵੀ ਗੁਰੂ ਦੀ ਬਖਸ਼ ਕਿੰਨੇ ਤੁਹਾਡੀ ਸੇਵਾ ਤੇ ਵੀ ਲੱਗਦੀ। ਸੇਵ ਕਰੀ ਇੰਨੀ ਕੀ ਭਾਵਤ ਔਰ ਕੀ ਸੇਵ ਸੁਹਾਗ ਨਾ ਦੇਖੋ। ਦਾਨ ਦਿਓ ਇੰਨੀ ਕੋ ਭਲੋ ਤਾਂ ਆਮ ਕੋ ਦਾਨ ਨਾ ਲਾਂਗਤ ਲਿਖੋ। ਆਖਿਰ ਭਲਾ ਇੰਨੀ ਕੋ ਦਿਓ ਜਗ ਮੈਂ ਜਦ ਔਰ ਦਿਓ ਤਾਂ ਦੇਖੋ। ਲੋਕ ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਜ਼ਿੰਦਗੀ। ਹੁਣ ਬਾਕੀ ਕਿਹੜੇ ਮੈਂ ਅਰਜ਼ ਕਰਾਂਗੀ, ਕਿਹੜੀ ਚੀਜ਼ ਵਿੱਚ ਰਹਿ ਮੁੱਖ ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਜ਼ਿੰਦਗੀ। ਮੈਂ ਤਨ ਵੀ ਤੁਹਾਨੂੰ ਦੇ ਦਿੱਤਾ, ਆਪਣੇ ਮਨ ਦਾ ਖਜ਼ਾਨਾ ਵੀ ਤੁਹਾਨੂੰ ਦੇ ਦਿੱਤਾ, ਆਪਣਾ ਸਿਰ ਵੀ ਤੁਹਾਨੂੰ ਦੇ ਦਿੱਤਾ, ਸਿੱਖੋ ਮੈਂ ਆਪਣਾ ਪਰਿਵਾਰ ਵੀ ਸਾਰਾ ਤੁਹਾਨੂੰ ਦੇ ਦਿੱਤਾ। ਫਿਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਹਾਂ ਇੱਕ ਉਦਾਹਰਣ ਜ਼ਰੂਰ ਦੇ ਦੇਣਾ। ਜਦੋਂ ਕੋਈ ਲੋੜ ਪੁੜ ਵਾਲਾ ਆਉਂਦਾ ਇਹ ਤਾਂ ਗੁਰੂ ਜੀ ਦੀ ਦਿਆਲ ਆਈ ਕੱਲ ਵੀ ਅਸੀਂ ਹਜ਼ੂਰ ਦੇ ਸਿਰਫ ਕਵੀ ਦਰਬਾਰ ਦਾ ਉਹਨਾਂ ਦੀ ਰਚਨਾ ਦਾ ਜ਼ਿਕਰ ਕੀਤਾ ਸੀ। ਸਤਿਗੁਰੂ ਦਾ ਕਵੀ ਦਰਬਾਰ ਸਜਿਆ, ਦਾਨ ਵੀਰ ਸਤਿਗੁਰੂ ਸਿਰਫ ਬਹੁਮੁਖੀ ਬਖਸ਼ ਜੇ ਕਹਿ ਸਕਣ। ਜਿਵੇਂ ਟਾਈਮਾ ਅਨਾਊਂਸ ਕੀਤਾ ਜਾਂਦਾ ਹੈ, ਕਵਿਤਾ ਕਵੀ ਸੁਣਾ ਰਹੇ ਨੇ, ਟਾਈਮਾ ਅਨਾਊਂਸ ਹੋ ਗਿਆ, ਸਾਰੇ ਕਵੀ ਆਪੋ ਆਪਣੇ ਵੱਲ ਸਿਰ ਕਵਿਤਾ ਸੁਣਾਏ ਜਾਣ ਤੇ ਗੁਰਮੁਖ ਦਾ ਇਹ ਅੰਗ ਹੈ ਜੀ ਗੁਰਦੁਆਰੇ ਚ ਇਹ ਗੱਲਾਂ ਚਾਹੀਦੀਆਂ ਨੇ। ਪਾਠ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਢਾਡੀ ਵਾਰਾਂ ਹੋਣ, ਕਵਿਤਾ ਹੋਵੇ ਤੇ ਪੰਥਕ ਤੌਰ ਤੇ ਲੈਕਚਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਹੋਣੇ ਪੱਤ ਲਾਜ਼ਮੀ ਨੇ, ਸੰਗਤ ਦਾ ਅੰਗ ਹੈ। ਬੇਨਤੀ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਜਦੋਂ ਕਵਿਤਾ ਸਾਰੇ ਸੁਣਾ ਰਹੇ ਤੇ ਸੰਗਤ ਚ ਇੱਕ ਬੰਦਾ ਤੁਰਿਆ ਆਇਆ, ਉਹਦੀਆਂ ਅਰਸ਼ਾਂ ਤੋਂ ਕੱਪੜੇ ਪਾ ਕੇ ਜਦੋਂ ਸਾਰੇ ਕਵੀ ਸੰਪੂਰਨ ਹੋ ਜਾਣ ਟਾਈਮ ਜ਼ਰੂਰ ਲਿਆ, ਬਸ ਜ਼ਰੂਰ ਜਦੋਂ ਸਾਰੇ ਕਵੀ ਸੰਪੂਰਨ ਹੋ ਗਏ ਅਨਾਊਂਸ ਕੀਤਾ ਦੇਖਣੇ ਕਿ ਜਿਹੜੀ ਸਾਡੀ ਲਿਸਟ ਵਿੱਚ ਗੁਰੂ ਦਰਬਾਰ ਦੇ ਕਵੀ ਨੂੰ ਉਹ ਸਾਰੇ ਭੁੱਲ ਚੁੱਕੇ ਆ, ਇੱਕ ਨਵੀਂ ਕਵੀ ਹੈ ਸਾਡੇ ਕੋਲ ਆਇਆ, ਹਜ਼ੂਰ ਦੀ ਇਜਾਜ਼ਤ ਆ ਗਿਆ ਅਨੁਸਾਰ ਕੇ ਆਪਣੀ ਰਚਨਾ ਦਾ ਉਸ ਨਾਮ ਸੁਚਾ ਨੂੰ ਨਾਮ ਉਹਨੇ ਕਿਹਾ ਮੇਰਾ ਨਾਮ ਜੀ ਕਵੀ ਜੀ ਚਾਹੀ ਸੁਣਾ ਉਹ ਕਵਿਤਾ ਸਦੇਸ਼ ਦੇ ਨਾਮ ਦੀ ਬਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਸਤਿਗੁਰੂ ਵੱਲ ਮੁੱਖ ਕਰ ਲਿਆ ਤੇ ਉਹਨੇ ਪੜ੍ਹਨਾ ਕੁਛ ਵੀ ਸਤਿਗੁਰੂ ਦੇ ਮੁੱਖ ਨੂੰ ਦੇਖਣਾ ਤੇ ਵੈਸਾ ਮਾਰ ਲਾ ਥਾਪੜਾ ਮਾਰੇ ਪੜ੍ਹ ਕੇ ਦੌੜਿਆ ਜਾ ਮਾਰੇ ਇਹ ਦੇਖ ਗਿਆ ਉਹਨੇ ਸਾਡੇ ਦੇ ਹੋ ਗਿਆ ਤੇ ਸਿੱਖਣ ਮਰ ਵੀ ਗਿਆ ਜੀ ਬੰਦੇ ਦਾ ਕਹਿਣ ਲੱਗੇ ਕਵੀ ਹੋ ਕੇ ਪਹਿਲਵਾਨ ਸਾਡੇ ਕੋਲ ਪਹਿਲਵਾਨ ਵੀ ਗਏ ਕਹਿੰਦਾ ਨਹੀਂ ਮੈਂ ਕਵੀ ਕਹਿੰਦਾ ਵੀ ਤੇਰੀ ਮੁਦਰਾ ਸਰੀਰ ਦੀ ਤੇਰੇ ਸਰੀਰ ਦਾ ਜਿਹੜਾ ਐਸ ਨੇ ਉਹ ਤਾਂ ਇਹ ਲੱਗਦਾ ਵੀ ਤੂੰ ਜਿਵੇਂ ਲੜਨਾ ਚਾਹੁੰਦਾ ਤੇ ਗੁਰੂ ਸਾਹਿਬ ਨੂੰ ਕਰਕੇ ਉਹਦੀਆਂ ਅੱਖਾਂ ਵਿੱਚ ਜਿਵੇਂ ਸ਼ਬਦ ਕਹਿ ਰਚਨਾ ਹੈ ਜੀ ਕਵੀ ਜੀ ਕਹਿੰਦਾ ਸੱਚ ਇਹ
ਮੈਂ ਕਦੀ ਕੁਸ਼ਤੀ ਨਹੀਂ ਲੜਿਆ, ਕਦੀ ਅਖਾੜੇ ਨਹੀਂ ਉਤਰਿਆ, ਕੱਪੜੇ ਦੇ ਕੇ ਕਹਿੰਦਾ ਕੱਪੜੇ ਪਾ ਕੇ ਨਹੀਂ। ਪਰਮਾਤਮਾ ਨੇ ਮੈਨੂੰ ਗੁਣ ਦਿੱਤਾ ਹੈ, ਸੰਦਾ ਬੰਦੀ ਦਾ, ਕਵਿਤਾ ਦਾ, ਨਦਮ ਦਾ ਮੇਰੇ ਕੋਲ ਖੁੱਲ ਗਿਆ, ਪਰ ਪੇਟ ਭਰ ਕੇ ਰੋਟੀ ਨਹੀਂ, ਤੰਤਰ ਸਾਨੂੰ ਕੱਪੜੇ ਨਹੀਂ ਕਿਤੇ ਮਿਲੇ। ਲੇਕਿਨ ਜਦੋਂ ਮੈਂ ਕਦੀ ਕਵਿਤਾ ਸੁਣਾਉਂਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਢਾਲਾ ਭਰ ਭਰ ਕੇ ਵਚਨ ਦਿੰਦੇ ਨੇ ਤੇ ਮੇਰੇ ਮਨ ਚੋਂ ਤੇ ਵਕਤ ਆ ਗਿਆ ਕਿ ਅੱਜ ਮੈਂ ਪਹਿਲਾਂ ਗਰੀਬੀ ਨੂੰ, ਦਰਿਦਰਤਾ ਨੂੰ, ਨਿਰਧਨਤਾ ਨੂੰ, ਕੰਗਾਲਤਾ ਨੂੰ ਉਤਾਰਾਂਗਾ। ਕਹਿੰਦੇ ਜਿਹੜੇ ਮੈਂ ਥਾਪੜੇ ਮਾਰੇ ਨੇ ਸੰਗਤ ਜੀ ਤੁਹਾਡੇ ਵੱਲ ਦੇ ਕੇ ਨਹੀਂ, ਮੈਂ ਗਰੀਬੀ ਨੂੰ ਮੰਗਾਲ ਕੇ ਕਹਿ ਆ ਥਾਂ ਥਾਂ ਤੇ ਜਲੀਲ ਕਰਨ ਵਾਲੀਏ ਅੱਜ ਗੁਰੂ ਗੋਬਿੰਦ ਸਿੰਘ ਢਾਲਾ ਦੇ ਤੀਰ ਮਾਰ ਮਾਰ ਕੇ ਕੋਈ ਸ਼ਰਮੀ ਕਰਨੀ ਨਾ ਪਏ। ਬੜੇ ਸੁਣੇ ਦੇ ਦੋ ਸਤਰਾਂ ਮੈਂ ਸੁਣਾ ਦੇਣਾ। ਉਹ ਕਹਿੰਦਾ ਦਾਨ ਕਪੂਰ ਤੇਰੋ ਮਰਨੋ ਬਰਿਓ ਹੈ ਆਪ, ਦਾਨ ਵੀਰ ਗੁਰੂ ਗੋਬਿੰਦ, ਦਾਨ ਕਪੂਰ ਤੇਰੋ ਮਰਨੋ ਬਰਿਓ ਹੈ ਆਪ, ਕਾਹ ਸਲਾਮ ਗੋਚੋ ਕਵੀ ਹੀਰ ਤੋਂ, ਨਕਲ ਗੋਬਿੰਦ ਸਿੰਘ ਦਿਲ ਕਰੇਂਗੇ ਕੋਈ ਟੂਕ ਟੂਕ ਕਰਦੇ ਮਾਰੇ ਦਾਨ ਕੀਤੀ। ਫਿਰ ਦਿਲ ਕੀ ਨਕਲ ਗੋਬਿੰਦ ਸਿੰਘ ਦਿਲ ਕਰੇਂਗੇ ਕੋਈ ਟੂਕ ਟੂਕ ਕਰਦੇ ਮਾਰੇ ਦਾਨ ਕੇ ਤੀਰ ਤੋਂ, ਗੁਰੂ ਗੋਬਿੰਦ ਸਿੰਘ ਪਤਾ ਜਿਸ ਪਾਸੇ ਤੂੰ ਹੋ ਜਾ ਉਹ ਪਰਲਾ ਸੁਣਿਆ ਜੰਗ ਦਾ ਭਾਗ ਦੇ ਲੈ।
ਤੇਰਾ ਕਈ ਜੰਗਾਂ ਦਾ ਤਜਰਬਾ ਮੈਂ ਪਹਿਲੀ ਜੰਗ ਲੜਨ ਆਇਆ, ਪਰ ਯਾਦ ਰੱਖੀ ਅੱਜ ਮੈਂ ਜਾਨ ਜਿੱਤ ਕੇ ਜਾਣਾ ਹੈ ਤੇ ਜਾਨ ਸ਼ਹੀਦ ਹੋ ਕੇ ਜਾਣਾ, ਸ਼ਹੀਦ ਹੋਵਾਂਗਾ ਤਾਂ ਕਿ ਇਤਿਹਾਸ ਦੱਸੇਗਾ, ਜਿੱਤ ਹੋਵੇਗਾ ਤੇ ਆਉਣ ਵਾਲੀ ਕੌਮ ਆਉਣ ਵਾਲਾ ਸਮਾਂ ਜਿਹੜਾ ਉਹ ਇਤਿਹਾਸ ਨੂੰ ਬਦਲ ਗਿਆ ਹੈ। ਪਰ ਇਹ ਗੱਲ ਹੋਰ, ਤੂੰ ਮੈਨੂੰ ਬੁਲਾ ਰਿਹਾ, ਮਹਾਰਾਜ ਨੇ ਇੱਕ ਇੱਕ ਵਾਰ ਦੀ ਹੈ, ਕਹਿਣ ਲੱਗੇ ਪਹਿਲਾਂ ਵਾਰ ਹੀ ਮੈਂ ਕਰਾਂ। ਉਹ ਕਹਿੰਦਾ ਮੈਨੂੰ ਅੱਜ ਜੀ ਕਰਾਂ ਕਿਤੇ ਨਹੀਂ ਕਿਹਾ ਪਹਿਲਾਂ ਵਾਰ ਕਰਨੀ, ਜਿੱਥੇ ਮੈਂ ਕਰਾਵਾਂ ਲੋਕ ਆਪਣਾ ਉਪਾਅ ਕਰਦੇ ਨੇ ਬਚਣ ਦਾ। ਮਹਾਰਾਜ ਕਹਿਣ ਲੱਗੇ ਇੱਕ ਨਹੀਂ ਦੋ ਨਹੀਂ ਤੂੰ ਤਿੰਨ ਵਾਰ ਕਰ, ਤਿੰਨ ਮੈਂ ਰੋਕਾਂਗਾ, ਵਾਰ ਨਹੀਂ ਮੈਂ ਕਰਾਂਗਾ, ਰੋਕਾਂਗਾ ਜ਼ਰੂਰ ਜੇ ਤਿੰਨ ਤੇਰੇ ਖਾਲੀ ਚਲੇ ਨੇ ਨਹੀਂ ਕੋਈ ਗੱਲ। ਦੇਖੋ ਯੁੱਧ ਵੀਰ ਸਤਿਗੁਰੂ 22 ਸਾਲ ਦੀ ਮਹਾਂ ਨੇ ਜੀ, ਤੇ ਸਤਿਗੁਰੂ ਨੇ ਲਿਖਿਆ ਹਰੀ ਚੰਦ ਕੋਪੇ ਕਮਾਨ ਸੰਭਾਲਣ ਪ੍ਰਥਮ ਬਾਜੀ ਨੂੰ ਤਾਨ ਬਾਣ ਨੂੰ ਪ੍ਰਹਾਰ।
ਜਿਨ੍ਹਾਂ ਨੇ ਅਮਰਤ ਨਹੀਂ ਛਕਿਆ, ਪਲੀਜ਼ ਆਓ ਅੰਮ੍ਰਿਤ ਦੀ ਦਾਤ ਲਵੋ। ਤੇ ਇੱਕ ਬੇਨਤੀ ਮੈਂ ਤੁਹਾਨੂੰ ਕਰਨੀ, ਡਾਕਟਰ ਸਾਹਿਬ ਵਿੱਚ ਮੈਨੂੰ ਪਤਾ ਬੋਲੇ ਸਮੇਂ ਹੋਇਆ ਸੀ, ਇਹਨਾਂ ਨੇ ਲੱਗੀ ਅੰਮ੍ਰਿਤ ਦੀ ਬਾਣੀ ਬਾਰੇ ਕੋਈ ਸਮਝੋ ਤਾਂ ਜਿਹਨਾਂ ਸਮਝੋ ਕਿ ਦੂਸਰੀ ਖੇਡ ਦੀ ਜਗ੍ਹਾ ਨਹੀਂ। ਜਿਸ ਨੂੰ ਪੜ੍ਹ ਕੇ ਮੇਰੇ ਮੂੰਹ ਚ ਪੰਜ ਫੁੱਟ ਪਏ, ਜਿਸ ਨਾਲ ਗੁਰੂ ਗੋਬਿੰਦ ਸਿੰਘ ਦਾ ਬਾਪੂ ਬਣਿਆ, ਮਾਤਾ ਸਾਹਿਬ ਕੌਰ ਦੀ ਮਾਂ ਬਣੀ, ਜਿਹੜੀ ਕਦੀ ਸਮਝੌਤਾ ਨਾ ਕਰੇ। ਪ੍ਰਾਪਤ
ਤੇ ਚੈਨਲ ਪੰਜਾਬੀ ਤੇ ਜੋ ਵਰਲਡ ਵਾਈਡ ਫੇਸਬੁੱਕ ਦੇ ਉੱਤੇ ਗਲੋਬਲ ਪੰਜਾਬ ਵਾਲੇ ਜੋ ਸਾਡੀ ਲਾਈਵ ਕਵਰੇਜ ਦੇ ਰਹੇ ਹਨ, ਅਸੀਂ ਉਹਨਾਂ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਗੱਡੀ ਬਾਬਾ ਦੇ ਸਥਾਨ ਤੇ ਪਹੁੰਚ ਕੇ ਅਫਵਾਹਾਂ ਸੁਣਾ ਰਹੇ ਹਨ। ਆਓ ਹੁਣ ਡਾਕਟਰ ਸਾਹਿਬ ਦੀ ਪਾਸੋਂ 10 ਮਿੰਟ ਵਾਸਤੇ ਉਹਨਾਂ ਦੇ ਵਿਚਾਰ ਪ੍ਰਗਟ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਤ ਜਿਤੇ ਇਹਨੇ ਕੀ ਕਹਿ ਪ੍ਰਸਾਦ, ਇਹਨੇ ਕੀ ਕਹਿ ਪ੍ਰਸਾਦ ਤੋਂ ਵਾਰਨ ਕਰੇ ਅੱਗ ਉਹ ਕੁਛ ਰਹਿ, ਇਹਨੇ ਕੀ ਕਹਿ ਪ੍ਰਸਾਦ, ਇਹਨੇ ਕੀ ਕੀ ਕਿਰਪਾ ਫੁੱਲ ਤਾਲ ਭਰੇ, ਇਹਨੇ ਕੀ ਕਹਿ ਪ੍ਰਸਾਦ ਤੋਂ ਵਿਦਿਆ ਨਹੀਂ, ਇਹਨੇ ਹੀ ਕੀ ਕਿਰਪਾ ਸਭ ਸ਼ਤਰ ਮਰੇ, ਇਹਨੇ ਹੀ ਕੀ ਕਿਰਪਾ ਕੇ ਸਦੇ ਹਮ ਹੈ ਨਹੀਂ ਮੋਸੇ ਭਰੀ ਕਰੋੜ ਭਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਤਿਗੁਰ ਜੀ ਹੋ। ਆਪ ਜੀ ਨੇ ਜਿੱਥੇ ਗੁਰਬਾਣੀ ਕੀਰਤਨ ਸਰਵਨ ਕੀਤਾ, ਭਾਈ ਸਾਹਿਬ ਜੀ ਨੇ ਗੁਰਮੁਖ ਦੀ ਰੋਸ਼ਨੀ ਵਿੱਚ ਅੰਮ੍ਰਿਤ ਦਾ ਨਾਮ ਸ਼ੈਕ ਅਤੇ ਅੱਜ ਕੁਝ ਚੁੰਚ ਗਿਆਨੀਆਂ ਵੱਲੋਂ ਸਾਡੇ ਇਹ ਗੁਰੂ ਗ੍ਰੰਥ ਗੁਰੂ ਪੰਥ ਦੇ ਕਾਨਸੈਪਟ ਨੂੰ, ਅੰਮ੍ਰਿਤ ਦੇ ਕਾਨਸੈਪਟ ਨੂੰ ਜਿਵੇਂ ਜਿੱਤੇ ਟੇਢੇ ਢੰਗ ਨਾਲ ਜਾਂ ਸਿੱਧੇ ਢੰਗ ਨਾਲ ਵੀ ਚੈਲੰਜ ਕੀਤਾ ਜਾ ਰਿਹਾ, ਉਸ ਬਾਰੇ ਵੀ ਵਾਕਫ਼ ਇਹ ਠੀਕ ਹੈ ਕਿ ਜੇ ਅਸੀਂ ਖਾਲਸੇ ਦਾ ਲਗਭਗ 318 ਵਰ੍ਹਿਆਂ ਦਾ ਇਤਿਹਾਸ ਦੇਖੀਏ ਅਤੇ ਗੱਲ ਚੈਲੇਂਜਿਸ ਦੀ ਕਰੀਏ, ਇਹਨਾਂ 3 ਸਦੀਆਂ ਵਿੱਚ 4 ਪਾਵਰਫੁਲ ਰਜੀਮ, 4 ਪਾਵਰਫੁਲ ਪਾਤਸ਼ਾਹੀਆਂ ਨੇ ਇਹ ਮਿਥ ਲਿਆ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਪੰਥ ਨੂੰ ਨਿਸ਼ਕੋ ਨਾਬੂਦ ਕਰਦੇ, ਇਸ ਨੂੰ ਡਿਸਟਰੋਏ ਕਰਦੇ। ਇਤਿਹਾਸਿਕ ਪੱਖ ਤੋਂ ਅਸੀਂ 1710 ਵਿੱਚ ਪਹਿਲਾ ਫਰਮਾਨ ਦੇਸ਼ ਦੇ ਰਿਕਾਰਡ ਦੇ ਬਹਾਦਰ ਸ਼ਾਹ ਵੱਲੋਂ ਲਿਖਿਆ ਦੇਖਦੇ ਹਾਂ ਪਰਸ਼ੀਅਨ ਸੋਰਸਿਸ ਦੇ ਵਿੱਚ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਚੁਕਾਇਆ ਜਾਏ। ਬੇਸ਼ੱਕ 1710 ਤੱਕ ਪਹੁੰਚਦੇ ਹਾਂ, ਇਹ ਇੱਕ ਲੰਬਾ ਸੰਘਰਸ਼ ਹੈ। ਪਹਾੜੀ ਰਾਜਿਆਂ ਦੀ ਗੱਲ ਹੋਈ, 14 ਜੰਗਾਂ ਜਿਹੜੀ ਕਿ ਪਹਿਲਾਂ ਭਗਾਣੀ ਦਾ ਜੰਗ, 22 ਤਾਰ ਦੇ ਪਹਾੜੀ ਰਾਜੇ ਭਾਰ ਪਾਣੀ ਦੀ ਸਟੀਮ ਨੂੰ ਕਹਿੰਦੇ ਨੇ, 22 ਉਹ ਐਂਟੀ ਜਿਹਨਾਂ ਨੇ ਔਰੰਗਜ਼ੇਬ ਦੀ ਉਸ ਸਾਬਰਮਤੀ ਨੂੰ ਕਬੂਲਿਆ ਹੋਇਆ ਸੀ, ਨਜ਼ਰਾਨੇ ਦਿੰਦੇ ਸਨ, ਉਹਨਾਂ ਦੀ ਟੁਗੈਦਰ ਨੈਸ ਦੀ ਫੋਰਸ ਦੇ ਨਾਲ ਗੁਰੂ ਸਾਹਿਬ ਨੇ ਪਹਿਲੀ ਜੰਗ 21-22 ਸਾਲ ਦੀ ਉਮਰ 'ਚ ਲੜੀ। ਅਤੇ ਜੇ 14 ਜੰਗਾਂ ਦੀ ਗੱਲ ਕਰੀਏ ਅਤੇ ਫਿਰ ਉਸ ਤੋਂ ਬਹੁਤੀਆਂ ਉਹਨਾਂ ਦੇ ਨਾਲ ਚੜੀਆਂ ਗਈਆਂ ਜਿਹਨਾਂ ਦੇ ਹੱਥ ਅੱਜ ਕੋਈ ਕੰਪਾਲ ਰਹੇ। ਅਤੇ 1710 ਇਸ ਫਰਮਾਨ ਤੋਂ ਬਾਅਦ 1799 ਤੱਕ ਪਹੁੰਚੀਏ ਅਤੇ ਫਿਰ ਇੱਕ ਸਦੀ ਘੱਲੂ ਤਾਰਿਆਂ ਦਾ ਇਤਿਹਾਸ ਹੈ, ਸਿੱਖਾਂ ਦੇ ਸਿਰਾਂ ਦੇ ਮੋਹ ਰੱਖੇ ਜਾਣ ਦਾ ਇਤਿਹਾਸ ਹੈ, ਨਾਦਰ ਸ਼ਾਹ ਦੇ ਹਮਲਿਆਂ ਦਾ ਇਤਿਹਾਸ ਹੈ, ਅਹਿਮਦ ਸ਼ਾਹ ਬਦਾਨੀ ਦੇ 17 ਹਮਲਿਆਂ ਦੀ ਦਾਸਤਾਨ ਹੈ ਅਤੇ ਬੁੱਲੇ ਸ਼ਾਹ ਵਰਗਾ ਸਿੱਖੀ ਫਕੀਰ ਵੀ ਉਸ ਧਰਤੀ ਬਾਰੇ ਇਹ ਕਹਿਣ 'ਤੇ ਮਜਬੂਰ ਸੀ, ਖਾਧਾ ਪੀਤਾ ਲਾਹੇਗਾ ਰਹਿੰਦਾ ਇਹ
ਇੰਨੇ ਉਤਸ਼ਾਹਿਤ ਤੇ ਉਹਦੇ ਹਾਲ ਇੰਨੀ ਇਨਸਿਕਿਉਰਿਟੀ ਤੇ ਫਿਰ ਉਸੇ ਭੁੱਲੇ ਸ਼ਾਹ ਦੀ ਕਲਮ ਚੱਲਦੀ ਹੈ ਜਦੋਂ ਕਹਿੰਦੇ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਕੀਤੇ ਇਸ ਖਾਲਸੇ ਨੇ ਧਰਤੀ ਦੇ ਖਮੀਰ ਨੂੰ ਬਦਲਿਆ ਉਹ ਮੁਗਲ ਹੋਣ ਅਫਗਾਨ ਹੋਣ ਉਹਨਾਂ ਸਾਰਿਆਂ ਦੇ ਰਾਜ ਦੀ ਜੜ ਟੁੱਟ ਕੇ ਮੁਗਲਿਆਂ ਰਾਜ ਦੀ ਜੜ ਟੁੱਟੀ ਅਫਗਾਨਿਸਤਾਨ ਨੂੰ ਵੀ ਸੈੱਟ ਕੀਤਾ ਪਹਿਲੀ ਵਾਰ 1000 ਸਾਲ ਬਾਅਦ ਦਰਿਆਏ ਸਿੰਘ ਇੰਦਰ ਨੂੰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਏ ਨੇ ਕ੍ਰੋਸ ਕੀਤਾ ਤੇ ਦਰਾ ਖੈਬਰ ਤੱਕ ਜਾ ਕੇ ਅੱਜ ਜਿਹੜਾ ਪਾਕਿਸਤਾਨ ਦਾ ਚੌਥਾ ਸਿਫਰ ਖੈਬਰ ਪਖਤੂਨਵਾ ਹੈ ਇਹ ਅਫਗਾਨਿਸਤਾਨ ਹੈ ਅੱਧਾ ਅਫਗਾਨਿਸਤਾਨ ਤੋੜ ਕੇ ਉਹ ਪੰਜਾਬ ਦੇ ਨਾਲ ਚਲਾਇਆ ਔਰ ਪਿਸ਼ਾਵਰ ਜਿਸਨੂੰ ਕਿਹਾ ਜਾਂਦਾ ਸੀ ਉਸਦਾ ਨਾਮ ਪਿਸ਼ੌਰ ਇਹ ਸਾਡੀ ਲਾਹੌਰ ਤੋਂ ਬਾਅਦ ਦੂਸਰੀ ਸਬ ਕੈਪੀਟਲ ਬਣੀ ਇਹ ਖਾਲਸੇ ਦਾ ਰਿਜ਼ੋਲਵ ਸੀ ਖਾਲਸੇ ਦਾ ਇਰਾਦਾ ਸੀ ਅੱਜ ਜਦੋਂ ਡੋਗਰਿਆਂ ਦੀ ਗੱਲ ਹੁੰਦੀ ਹੈ ਤੇ ਇਸ ਗੱਲ ਦਾ ਧਿਆਨ ਰਹੇ ਕਿ 1799 'ਚ ਲਾਹੌਰ ਜਿਹੜਾ ਭੰਗੀ ਸਰਦਾਰਾਂ ਦੇ ਕੋਲ ਲਗਭਗ 30 ਸਾਲ ਰਿਹਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਦੀ ਰਾਜਧਾਨੀ ਬਣ ਰਹੀ ਹੈ ਤੇ 1849 'ਚ ਇਹ ਪੰਜਾਬ ਅੰਗਰੇਜ਼ਾਂ ਦੇ ਫੇਟੇ ਪੈਂਦੇ ਇੱਕ ਲਾਈਨ ਸ਼ਾਹ ਮੁਹੰਮਦ ਦੀ ਸਾਰੇ ਇਤਿਹਾਸ ਨੂੰ ਬਿਆਨ ਕਰਦੀ ਹੈ ਕਿ ਸ਼ਾਹ ਮੁਹੰਮਦ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤੁਸੀਂ ਡੋਗਰਿਆਂ ਮਿੱਤਰਾਂ ਦੀ ਕਹਾਣੀ ਇਸ ਇੱਕ ਫਿਕਰੇ ਦੇ ਵਿੱਚ ਸਮਝ ਸਕਦੇ ਹੋ ਅੰਗਰੇਜ਼ ਕਾਬਲ ਹੁੰਦੇ ਨੇ ਲਗਭਗ 98 ਸਾਲ 1947 ਤੱਕ 1849 ਤੋਂ ਲੈ ਕੇ ਔਰ ਇਸ ਦੌਰ ਦੇ ਵਿੱਚ ਕੁਰਬਾਨੀਆਂ ਦਾ ਇਤਿਹਾਸ ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਦੀਆਂ ਲਿਖਤਾਂ ਹੋਣ ਜਾਂ ਇੰਡੀਪੈਂਡੈਂਟ ਹਿਸਟੋਰੀਅਨ ਦੀਆਂ ਹੋਣ ਉਹ ਗੱਲ ਮੁੱਕਦੀ ਹੈ ਜਿਸ ਨੂੰ ਪਿਆਰਾ ਸਿੰਘ ਨਿਰਚਲ ਨੇ ਇੱਕ ਲਾਈਨ ਦੇ ਵਿੱਚ ਸਾਡੀ ਅਕਲ ਦਾ ਜਿਹੜਾ ਸੀ ਉਹ ਜ਼ਰੂਰ ਉਹਨਾਂ ਨੇ ਵੇਰਵਾ ਦੇ ਦਿੱਤਾ ਕਿ ਬਾਜ਼ੀ ਲੈ ਗਏ ਭਾਵੇਂ ਸ਼ਾਹ ਵੀ ਅਸੀਂ ਮਾਹੌਲ ਬਣਾਉਣ ਦੇ ਯਾਰ ਹੀ ਨੇ ਅਸੀਂ ਆਪਣਾ ਜੋ ਕੁਛ ਕੀਤਾ ਉਹ ਸਾਹਮਣੇ ਹੈ ਸਾਡੀ ਲੀਡਰਸ਼ਿਪ ਦੀ ਅਕਲ ਦਾ ਦਵਾਲੀਆ ਔਰ ਜੇ ਪਿਛਲੇ 70 ਸਾਲ ਦੀ ਕਹਾਣੀ ਨੂੰ ਦੇਖੀਏ ਜੇ 18ਵੀਂ ਸਦੀ 11 ਮਿਸਰਾਂ ਦੇ ਸਰਦਾਰ ਲੜ ਰਹੇ ਸਨ ਅਬਦਾਲੀ ਨਾਲ ਲੜ ਰਹੇ ਸਨ ਮੁਗਲਾਂ ਨਾਲ ਤੇ ਇੱਕ ਫੂਲਕੀਆਂ ਵੀ ਰਿਆਸਤ ਸੀ ਜਿਹੜੇ ਜਿਹਦਾ ਰਾਜਾ ਆਲਾ ਅੱਜ ਵੀ ਤੁਸੀਂ ਪਰਸ਼ੀਅਨ ਦੇ ਰਿਕਾਰਡ ਦੇਖੋ ਆਲਾ ਸਿੰਘ ਨੂੰ 1764 ਦੇ ਵਿੱਚ ਰਾਜੇ ਦਾ ਖਿਤਾਬ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਉਹਨਾਂ ਦੇ ਪਰਸ਼ੀਅਨ ਰੈਕਡ 'ਚ ਲਿਖਿਆ ਹੋਇਆ ਆਲਾ ਜੱਟ ਹਜ਼ੂਰ ਦੀ ਸ਼ਰਨ ਆਇਆ ਇਹ ਅਬਦਾਲੀ ਤੋਂ ਰਾਜਸੀ ਦਾ ਟਾਈਟਲ ਲੈਣ ਵਾਲੇ ਫਿਰ ਕਿਵੇਂ ਇਹਨਾਂ ਨੇ 1809 'ਚ ਝਗੜਾ ਕੀਤਾ ਸਰਕਾਰੀ ਖਾਲਸਾ ਨਾਲ ਅੰਗਰੇਜ਼ਾਂ ਨਾਲ ਲੜ ਗਏ ਉਹਨਾਂ ਦੀ ਰਿਆਸਤ ਦਾ ਆਨੰਦ ਮਾਣਨ ਵਾਲੇ ਔਰ ਫਿਰ ਪਹਿਲੀ ਸਿੱਖ ਅੰਗਰੇਜ਼ ਜੰਗ 1847 'ਚ ਫਿਰ ਅੰਗਰੇਜ਼ਾਂ ਦੀ ਮਦਦ ਕਰਨ ਵਾਲੇ ਅਤੇ 1947 'ਚ 570 ਰਾਜੇ ਮਹਾਰਾਜੇ ਸਨ ਜਿਹਨਾਂ ਕੋਲ 1/3 ਇੰਡੀਆ 2/3 ਇੰਡੀਆ ਇੰਡੀਆ ਔਰ ਪਾਕਿਸਤਾਨ 'ਚ ਡਿਵਾਈਡ ਹੋਇਆ ਰੈਂਕਿੰਗ ਟਾਈਮ ਦੇ ਉੱਤੇ 1/3 ਇੰਡੀਆ 570 ਪ੍ਰਿੰਸਿਸ ਰਾਜਿਆਂ ਨੂੰ ਦਿੱਤਾ ਇਹਦਾ ਪਿਓ ਅਮਰਿੰਦਰ ਸਿੰਘ ਦਾ ਯਾਦਵਿੰਦਰ ਸਿੰਘ ਚੈਂਬਰ ਆਫ ਪ੍ਰਿੰਸਿਸ ਦਾ ਚਾਂਸਲਰ ਸੀ ਸਭ ਤੋਂ ਪਹਿਲਾਂ ਇਹਨਾਂ ਬਿਨਾਂ ਕਿਸੇ ਨਾਲ ਸਲਾਹ ਕੀਤੇ ਆਪਣਾ ਰਾਜ ਜਿਹੜਾ ਉਹ ਪਟੇਲ ਔਰ ਨਹਿਰੂ ਦੇ ਹਵਾਲੇ ਕੀਤਾ ਹੈ ਤੇ ਜੇ ਮੁਹੰਮਦ ਅਲੀ ਜਿਹਨਾਂ ਦਾ ਲਿਆਕਤ ਅਲੀ ਨੇ ਮਿਲਣਾ ਵੀ ਚਾਹਿਆ
ਇਸ ਨੂੰ ਇਹ ਦੱਸਣ ਦੇ ਲਈ ਕਿ ਸਿੱਖ ਸਟੇਟ ਦਾ ਬੇਸ ਬਣਾ ਲਓ, ਤੁਹਾਡੀ ਰਿਆਸਤ ਮਾਰਾ ਮਾਰ ਚਰ ਮਾਇ ਚਾਹੀ ਨਹੀਂ ਹੈ। ਇਹ ਜਾ ਕੇ ਇਹ ਮਿਲਟਰੀ ਦੇ ਪਿਓ ਯਾਦ ਰੰਦਰ ਨੇ ਕਿ ਗੱਲ ਪਟੇਲ ਔਰ ਨਹਿਰੂ ਦੱਸੀ, ਲਾਰਡ ਮੋਬੇਲ ਨੇ ਆਪਣੀ ਰਿਕਾਰਡ ਦੇ ਵਿੱਚ ਲਿਖਿਆ, ਸਰਦਾਰ ਕਪੂਰ ਸਿੰਘ ਨੇ ਕੋਟ ਕੀਤੇ ਸਾਕੀ ਸਾਫੀ ਕਿ ਵੀ ਹੀਰ ਦੇ ਹੈਸ਼ਟਰ ਲੁਕਿੰਗ ਮੈਨ ਬਟ ਦਿਸ ਕੈਨ ਬੀ ਟਰਸਟਿਡ। ਇਹ ਦੇਖਣ ਚਾਹਣ ਨੂੰ ਸੋਹਣੇ ਪਰ ਬੇਤਵਾਰਾ ਆਦਮੀ ਹੈ। ਅੱਜ ਕੋਈ ਉਹਦੀ ਔਲਾਦ ਅੰਮ੍ਰਿਤਸਰ ਸਮੇਂ ਦੇ ਗੱਲ ਸਮੇਂ ਦੀ ਮੈਂ ਵੇਰਵੇ ਨਹੀਂ ਜਾਵਾਂਗਾ। ਹਿੰਦੂ ਕਵੀਆਂ ਦੇ ਇਤਿਹਾਸ ਤੋਂ ਤੁਸੀਂ ਵਾਕਫ ਹੋ, 70 ਸਾਲ ਕੀ ਵਾਪਰਿਆ, ਘੱਲੂ ਤਾਰਿਆਂ ਦਾ ਦੌਰ ਦੌਰ ਹੈ, ਤਿੰਨ ਪਾਤਸ਼ਾਹੀਆਂ ਦੀ ਸਭ ਅਸੀਂ ਵਲੇਖੀ, ਉਹਨਾਂ ਅੰਗਰੇਜ਼ਾਂ ਨੂੰ ਸੱਤ ਸਮੁੰਦਰ ਪਾਰ ਟਪਾਇਆ, ਅੱਜ ਚੌਥੀ ਇਹ ਪਾਤਸ਼ਾਹੀ ਹਿੰਦੂਤਵਾ ਦੇ ਥੱਲੇ ਜਿਨ੍ਹਾਂ ਨੇ ਅਮਰਿੰਦਰ ਵਰਗੇ ਲੋਕ ਜਦੋਂ ਅਸੀਂ ਗਾਇਸ ਤੌਰ ਸਿੱਖਾਂ ਦੀ ਗੱਲ ਕਰਦੇ ਪਿਛਲੇ 30 ਸਾਲ ਤੋਂ ਇਹ ਗੱਲ ਮੈਂ ਲਗਾਤਾਰ ਨਾਲ ਕਹਿੰਦਾ ਹੈ ਕਿ ਜਿਵੇਂ ਇਸਰੀਅਲ ਕਾਇਮ ਕਰਨ ਦੇ ਵਿੱਚ ਗਾਇਸ ਤੌਰ ਯਹੂਦੀਆਂ ਨੇ ਰੋਲ ਅਦਾ ਕੀਤਾ, ਇਵੇਂ ਖਾਲਿਸਤਾਨ ਦੀ ਕਾਇਮੀ ਦੇ ਵਿੱਚ 5 ਮਿਲੀਅਨ ਸਿੱਖ ਗਾਇਸ ਤੌਰ ਸੈਂਟਰਲ ਰੋਲ ਅਦਾ ਕਰੇ ਹੈ। ਇਸ ਵਾਰ 2017 ਦਾ ਖਾਲਸਾ ਸਾਜਨਾ ਦਿਵਸ ਸਾਡੇ ਲਈ ਬਹੁਤ ਸਾਰੇ ਦੂਰ ਦੇ ਕੋਮੇ ਲੈ ਕੇ ਆਇਆ, ਖਬਰਾਂ ਤੋਂ ਤੁਸੀਂ ਵਾਕਫ ਹੋ। ਓਨਟੈਰੀਓ ਦੀ ਸਟੇਟ ਲੈਜਿਸਲੇਚਰ ਨੇ NDP ਕੰਜ਼ਰਵੇਟਿਵ ਲਿਬਰਲ ਪਾਰਟੀ ਨੇ ਟੁਗੈਦਰ ਨਵੰਬਰ 84 ਨੂੰ ਜੈਨੋਸਾਈਡ ਐਲਾਨ ਦੇ ਰੈਜ਼ੋਲੂਸ਼ਨ ਕੀਤਾ। ਇਹ ਸਿਰਫ ਸ਼ਬਦਾਂ ਦਾ ਹੇਰਫੇਰ ਨਹੀਂ ਹੈ, ਜਦੋਂ ਜੈਨੋਸਾਈਡ ਰੈਕਗਨਾਈਜ਼ ਹੁੰਦੇ ਫਿਰ ਅਕਾਊਂਟੇਬਿਲਿਟੀ ਦੀ ਗੱਲ ਹੋਏਗੀ। ਫਿਰ ਇਹਨਾਂ ਨੂੰ ਉਵੇਂ ਭੜੀਪਿਆ ਜਾਏਗਾ ਜਿਵੇਂ ਨਰਮ ਪਰ ਚੁਕਾਏ ਚੱਲੇ, ਫਿਰ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ ਤੇ ਇਸਰੀਅਲ ਦੀ ਕਾਇਮੀ ਦਾ ਰੈਜ਼ਨ ਮੈਟਰ ਹੈ ਜਿਹਨੂੰ ਫ੍ਰੈਂਚ ਕਹਿੰਦੇ ਨੇ। ਇਹ ਸੀ ਕਿ ਇਹਨਾਂ ਦੀ ਪਰਸੀਕਿਊਸ਼ਨ ਹੋਈ, ਹਿਟਲਰ ਨੇ ਇਹਨਾਂ ਨੂੰ ਮਾਰਿਆ ਤੇ ਓਨਟੈਰੀਓ ਦਾ ਰੈਜ਼ੋਲੂਸ਼ਨ ਛੋਟਾ ਰੈਜ਼ੋਲੂਸ਼ਨ ਨਹੀਂ ਹੈ, ਇਹ ਰੈਜ਼ਨ ਮੈਟਰ ਇਹ ਬਣੇਗਾ ਖਾਲਿਸਤਾਨ ਦਾ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ ਤੇ ਜਿਹੜੀ ਹਕੂਮਤ ਜੈਨੋਸਾਈਡ ਕਰਦੀ ਹੈ ਉਸ ਨੂੰ ਫਿਰ ਉਸ ਕੌਮ ਨੂੰ ਥੱਲੇ ਰੱਖਣ ਦਾ ਕੋਈ ਹੱਕ ਨਹੀਂ। ਇਹ ਬਹੁਤ ਵੱਡੀ ਪ੍ਰਾਪਤੀ ਹੈ। US ਕਾਂਗਰਸ ਦੇ ਵਿੱਚ ਸਿੱਖ ਕੰਗਰੈਸ਼ਨਲ ਕਾਕਸ ਸਿੱਖ ਅਮੈਰੀਕਨ ਕੰਗਰੈਸ਼ਨਲ ਕਾਕਸ ਦੇ ਦੋਨੋਂ ਹੀ ਕੋ-ਚੇਅਰ ਜਿਹਨਾਂ ਦੇ ਵਿੱਚ ਪੀਟ ਮਿਹਾਨ ਨੇ ਰਿਪਬਲਿਕਨ, ਜਿਹਦੇ ਵਿੱਚ ਤੁਹਾਡੇ ਸੁਭਾਸ਼ ਸਿੰਘ ਨੇ ਕਾਂਗਰਸਮੈਨ ਜਰਮਨੀ ਨੇ, ਉਹ ਰੈਜ਼ੋਲੂਸ਼ਨ ਲਿਆਉਂਦੇ ਨੇ ਕਿ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ, ਇਹਨਾਂ ਨੂੰ ਵੈਲ ਵਿਸ਼ੇ। ਇਹ ਪਹਿਲੀ ਵਾਰ ਹੈ ਕਿ ਯੂਐਸ ਕਾਂਗਰਸ ਇਸ ਲੈਵਲ ਤੇ ਰੈਕਗਨੀਸ਼ਨ ਹੈ। ਔਰ ਜਦੋਂ ਅਸੀਂ ਦੂਸਰਾ ਪਾਠ ਦੇਖਦੇ, ਮੈਂ ਅਮਰਿੰਦਰ ਦੀ ਗੱਲ ਕੀਤੀ ਜੋ ਕਿ ਪਿਛਲੇ ਕੁਛ ਦਿਨਾਂ ਤੋਂ ਉਹ ਖਬਰਾਂ ਦੇ ਵਿੱਚ ਹੈ। ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 17 ਮੈਂਬਰ ਪਾਰਲੀਮੈਂਟ ਸਿੱਖ ਨੇ, 5 ਵਜ਼ੀਰ ਨੇ। ਪਰ ਇਹ ਗੱਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੁਛ ਮਹੀਨੇ ਪਹਿਲਾਂ ਜਦੋਂ ਅਮੈਰੀਕਨ ਯੂਨੀਵਰਸਿਟੀ ਨੂੰ ਐਡਰੈਸ ਕਰ ਰਹੇ ਵਾਸ਼ਿੰਗਟਨ DC ਦੇ ਵਿੱਚ ਬੈਰੀਲੈਕਟ, ਤੇ ਉਹਨੇ ਸਵਾਲ ਦੇ ਜਵਾਬ ਚ ਕਹੀ ਕਿ ਆਈ ਹੈਵ ਮੋਰ ਸਿੱਖ ਮਿਨਿਸਟਰ ਇਨ ਮਾਈ ਕੈਬਨਿਟ ਦੈਨ ਮੋਦੀ ਹੈ। ਹੁਣ ਇਹ ਗੱਲ ਬੜੀ ਕਲੀਅਰ ਹੈ। ਅੱਜ ਜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਸਰਕਾਰੀ ਦੌਰੇ ਦੇ ਉੱਤੇ ਜਾਣਾ ਚਾਹੁੰਦੇ ਨੇ, ਉਹਨਾਂ ਦੇ ਇਨਵੀਟੇਸ਼ਨ ਤੇ ਜਾ ਰਹੇ ਨੇ। ਹਿੰਦੂ ਕਵੀਆਂ 'ਚ ਹਿੰਮਤ ਨਹੀਂ ਹੈ ਕਿ ਕੈਨੇਡਾ ਨੂੰ ਉਹ ਡਾਇਰੈਕਟਲੀ ਚੈਲੰਜ ਕਰੇ ਜਿਵੇਂ ਅਬਦਾਲੀ ਨੇ ਆਲਾ ਸਿੰਘ ਨੱਬੇ
ਇਹਨਾਂ ਨੇ ਦਿੱਲੀ ਦੇ ਹਾਕਮਾਂ ਨੇ ਅਮਰਿੰਦਰ ਸਿੰਘ ਅੱਗੇ ਜਿਹੜਾ ਕਿ ਡਾਇਰੈਕਟਲੀ ਚੈਲੰਜ ਕਰ ਰਹੇ ਕਹਿੰਦੀ ਇਹ ਪੰਜ ਮਿਨਿਸਟਰ ਵੀ ਉਹਨੂੰ ਇਹ ਕਈ ਐਮ ਪੀ ਬਣਾ ਦਿੱਤੇ ਆ ਸੱਜਣ ਵੀ ਇਹ ਖਾਲਿਸਤਾਨੀ ਮੈਂ ਕੱਲ੍ਹ ਦੇ ਆਪਣੇ ਇੱਕ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਮੈਂ ਕਹਿੰਦੀ ਤੁਹਾਡੀਆਂ ਏਜੰਸੀਆਂ ਤੁਹਾਡਾ ਮੀਡੀਆ ਕਹਿੰਦਾ ਜੀ ਮੁੱਖੀ ਭਰ ਖਾਲਿਸਤਾਨੀ ਨੇ ਅਤੇ ਐਵੇਂ ਥੋੜ੍ਹੇ ਜਿਹੇ ਇਹਨਾਂ ਨੇ ਦੁਕਾਨਾਂ ਚਲਾਈਆਂ ਹੋਈਆਂ ਹੈ ਤੁਹਾਡਾ ਇਲੈਕਸ਼ਨ ਚੀਫ ਮਿਨਿਸਟਰ ਕਹਿੰਦਾ ਕੈਨੇਡਾ ਦੇ ਇੰਨੇ ਐਮ ਪੀ ਖਾਲਿਸਤਾਨੀ ਨੇ ਪੰਜ ਮਿਨਿਸਟਰ ਖਾਲਿਸਤਾਨੀ ਨੇ ਡਿਫੈਂਸ ਮਿਨਿਸਟਰ ਖਾਲਿਸਤਾਨੀ ਹੈ ਪਹਿਲਾਂ ਡਿਸਾਈਡ ਕਰ ਲਓ ਜਿਹੜੇ ਮੁੱਖੀ ਭਰ ਨੇ ਕਿ ਅੱਜ ਕੈਨੇਡਾ ਦੇ ਸਿੱਖ ਡਾਇਸਪੋਰਾ ਦਾ ਮਤਲਬ ਇਹ ਉਹਨਾਂ ਨੂੰ ਕੰਬਣੀ ਛੇੜ ਰਹੇ ਉਹਨਾਂ ਨੂੰ ਪਤਾ ਹੈ ਕੌਣ ਪੈ ਰਹੀ ਹੋਏ ਅਸੈਂਬਲੀ ਦਾ ਰੈਜੋਲੂਸ਼ਨ ਉਹਨਾਂ ਨੂੰ ਪਤਾ ਹੈ ਕੈਨੇਡਾ ਦੇ 17 ਮੈਂਬਰ ਪਾਰਲੀਮੈਂਟ ਔਰ 5 ਮਿਲੀਅਨ ਸਿੱਖ ਡਾਇਸਪੋਰਾ ਜੇ ਯੂ ਐਸ ਕਾਂਗਰਸ ਮਾਨਤਾ ਦਿੰਦੀ ਹੈ ਕੈਨੇਡਾ ਦੀ ਗੱਲ ਹੈ ਇੰਗਲੈਂਡ ਦੀ ਰਾਣੀ ਸਪੈਸ਼ਲ ਮੈਸੇਜ ਦਿੰਦੀ ਹੈ ਇਸ ਮੌਕੇ ਤੇ ਕਿ ਤੁਹਾਡੀ ਕੌਮ ਦੀ ਬਹੁਤ ਕੰਟਰੀਬਿਊਸ਼ਨ ਹੈ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਪਰ ਮੈਂ ਕੰਕਲੂਡ ਕਰਾਂ ਪਹਿਲੀ ਵਾਰ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ 10 December 1948 ਨੂੰ ਜਾਰੀ ਕੀਤਾ ਸੀ ਉਸ ਤੋਂ ਬਾਅਦ 18 ਮੁਕਾਬਲੀ ਚਾਰਟਰ ਉਹਨਾਂ ਨੇ ਜਿਹੜਾ ਉਹ ਲਬਨਾਨ ਦੇ ਵਿੱਚ ਬੈਰੂਤ ਦੇ ਵਿੱਚ ਪਿਛਲੇ ਦਿਨਾਂ 'ਚ ਜਾਰੀ ਕੀਤਾ 18 ਮੁਕਾਬਲੀ ਪ੍ਰੋਗਰਾਮ ਨੇ ਜਿਹੜੇ ਕਿ ਫੇਸ ਔਰ ਰਾਈਟ ਇਹ ਉਹਨਾਂ ਦਾ ਟਾਈਟਲ ਹੈ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਇਸ ਚਾਰਟਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ 3 ਕੋਟਸ ਦਿੱਤੀਆਂ ਗਈਆਂ ਜਿੱਥੇ ਬਾਈਬਲ ਨੂੰ ਕੋਟ ਕੀਤਾ ਹੈ ਪੁਰਾਣੇ ਮਜੀਦ ਨੂੰ ਕੀਤਾ ਹੈ ਤੋਰਾ ਨੂੰ ਕੀਤਾ ਹੈ ਓਲਡ ਟੈਸਟਾਮੈਂਟ ਨੂੰ ਕੀਤਾ ਹੈ ਨਿਊ ਟੈਸਟਾਮੈਂਟ ਨੂੰ ਕੀਤਾ ਹੈ ਜ਼ਬੂਰ ਨੂੰ ਕੀਤਾ ਹੈ ਉੱਥੇ 3 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੋਟ ਕਿਉਂਕਿ ਇਹ 18-point ਚਾਰਟਰ ਫਿਊਚਰ ਦੇ ਵਿੱਚ ਐਕਟੀਵਿਜ਼ਮ ਦਾ ਬੇਸ ਹੈ ਪਹਿਲੀ ਕੋਟ ਬਰਾਬਰੀ ਦੇ ਹੱਕਾਂ ਦੇ ਉੱਤੇ ਔਰ ਕਿਸ ਕਿਸਮ ਦਾ ਸਮਾਜ ਹੋਏ 15ਵੇਂ ਪਾਤਸ਼ਾਹ ਦੀ ਬਾਣੀ ਨੂੰ ਕੋਟ ਕੀਤਾ ਗਿਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ ਮੈਂ ਕੋਈ ਨਾ ਕਿਸੇ ਰੁਝਾਨ ਦਾ ਸਭ ਸੁਖਾਲੀ ਮੁੱਠੀ ਹੈ ਅਤੇ ਹੋਆ ਹਵੇਲੀ ਰਾਜ ਦਿਓ ਕਿ ਕੋਈ ਕਿਸੇ ਨੂੰ ਰਝਾਇਆ ਨਾ ਕੋਈ ਕਿਸੇ ਨੂੰ ਤੰਗ ਨਾ ਕਰੇ ਰੁਝਾਣਾ ਤੰਗ ਕਰਨ ਨੂੰ ਕਹਿੰਦੇ ਨੇ ਇਹ ਹਵੇਲੀ ਰਾਜ ਦੀ ਗੱਲ ਹੈ ਜੇ ਜੈਂਡਰ ਇਕੁਆਲਿਟੀ ਦੀ ਗੱਲ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਕੋਟ ਕੀਤਾ ਗਿਆ ਪੰਡ ਜੰਮੀ ਹੈ ਪੰਡ ਦਿਵੀ ਹੈ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਬੂਆ ਪੰਡ ਭਾਵੀ ਹੈ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਔਰ ਤੀਸਰੀ ਕੋਟ ਕਿ ਰੱਬ ਦੇ ਬੰਦੇ ਸਭ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਜਿਵੇਂ ਸੂਰਜ ਸਭ ਨੂੰ ਤਪਸ਼ ਦਿੰਦਾ ਹਵਾ ਸਭ ਨੂੰ ਠੰਡਕ ਦਿੰਦੀ ਹੈ ਔਰ ਇਹਦੇ ਵਿੱਚ ਕੋਟ ਹੈ ਬ੍ਰਹਮ ਗਿਆਨੀ ਸਦਾ ਨਿਰਦੋਸ਼ ਜੈਸੇ ਸੂਰ ਸੰਤ ਔਰ ਲੋਕ ਮੈਂ ਪੂਰਾ ਨਹੀਂ ਪੜ੍ਹਾਂਗਾ ਤੇ ਜਿਵੇਂ ਸੂਰਜ ਸਭ ਨੂੰ ਤਪਸ਼ ਕਰਦਾ ਜਿਵੇਂ ਹਵਾ ਰਾਜ ਰੰਗ ਤੋਂ ਲਾਗੈ ਤੁਲ ਪਵਾਨ ਜਿਵੇਂ ਹਵਾ ਦੇ ਸਾਹਮਣੇ ਰਾਜਾ ਦੇ ਰੰਗ ਬਰਾਬਰ ਨੇ ਕਿਵੇਂ ਰੱਬ ਨਾਲ ਜੁੜੇ ਹੋਏ ਇਨਸਾਨ ਜਿਹੜੇ ਨੇ ਇਸ ਧਰਤੀ ਦੇ ਉੱਤੇ ਸਭ ਲਈ ਬਰਾਬਰੀ ਦੀ ਗੱਲ ਰੱਖਦੇ ਨੇ ਇਹ ਗੁਰੂ ਨੇ ਸਾਨੂੰ ਤੋਹਫੇ ਦਿੱਤੇ ਨੇ ਇੰਡੀਕੇਸ਼ਨ ਦਿੱਤੀ ਹੈ ਕਿ ਕੋਈ ਇਨਵਿੰਸੀਬਲ ਨਹੀਂ ਹੈ ਅਸੀਂ 3 ਸਦੀਆਂ ਚ ਮੁਗਲ ਅਫਗਾਨ ਬ੍ਰਿਟਿਸ਼ ਬਸਤੀਵਾਦੀ ਇਹਨਾਂ ਦੀ ਸੱਤ ਵਲੇਟੀ ਹੈ ਔਰ ਖਾਲਸਾ ਇੰਜੋਰ ਕਰੇ 3 million ਸਿੱਖ ਕੌਮ ਵਿਦ ਡਿਟਰਮੀਨੇਸ਼ਨ ਇਸ ਗੱਲ ਦਾ ਇਰਾਦਾ ਕਰੇ ਕਿ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੱਕ ਆਜ਼ਾਦ ਪ੍ਰਭੂ ਸਦਾ ਸੰਪੂਰਨ ਦੇਸ਼ ਖਾਲਿਸਤਾਨ ਖੇਤੀ ਹੈ
ਇਹਨਾਂ ਤੋਂ ਲਿਬਰੇਟ ਕਰਾਉਣਾ ਹੈ। ਉਸ ਧਰਤੀ ਦੇ ਖਾਲਸੇ ਦੀਆਂ ਚੌਂਕੀਆਂ ਚੰਡੇ ਹੁੰਦੇ ਜੋਸ਼ ਕਟਨ ਹੋਣ। ਮੈਂ ਕੰਟਰੂਰ ਦੀ ਵੀ ਸਦੀ ਦੇ ਮਹਾਨ ਤੇ ਸ਼ਹੀਦ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦਾਂ ਨਾਲ ਕਰਾਂਗਾ। ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਹੈ ਤੇ ਇਹ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਅੱਜ ਵੀ ਗੇਟ ਜੁੜਿਆ ਹੋਇਆ। ਇਹ ਗੱਲ ਅੱਜ ਸਮਝ ਆ ਜਾਏ, ਕੱਲ ਆਏ, ਹੋਰ ਕੁਛ ਦਹਾਕੇ ਵੀ ਵਾਰੀ ਤੋਂ ਬਾਅਦ ਆਏ, ਇਸ ਤੋਂ ਬਿਨਾਂ ਸਾਊਥ ਏਸ਼ੀਆ ਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਗੁਰਚੁੱਕ ਲਈ ਵਾਪਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਜਿੱਥੇ ਸਾਨੂੰ ਇਨਵਾਈਟ ਕੀਤਾ ਉੱਥੇ ਅੱਜ TV84 ਜਿਹੜਾ ਕਿ ਇੱਕੋ ਇੱਕ ਪੰਥਕ ਚੈਨਲ, ਕੋਈ ਮੰਤਰੀ ਜੰਤਰੀ ਮੰਤਰੀ ਦੀ ਐਡ ਨਹੀਂ ਹੁੰਦੀ, ਸਿਰਫ ਤੇ ਸਿਰਫ ਪੰਥ ਦੀ ਔਰ ਪੰਥ ਦੀ ਆਜ਼ਾਦੀ ਦੀ ਗੱਲ ਹੈ। ਇਹ ਸਾਰੇ ਪ੍ਰੋਗਰਾਮ ਨੂੰ ਲਗਭਗ 6 ਵਜੇ ਤੋਂ ਹੀ ਅਸੀਂ ਲਾਈਵ ਕਵਰ ਕਰ ਰਹੇ ਹਾਂ ਔਰ ਇਹ 7-8 ਡਿਫਰੈਂਟ ਗੈਜਟਸ ਦੇ ਉੱਤੇ ਹੈ। ਸੋ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ ਔਰ ਸਤਿਗੁਰੂ ਰਹਿਮਤ ਕਾਰਨ ਇਸ ਇਤਿਹਾਸਿਕ ਧਰਤੀ ਤੋਂ ਜਿਵੇਂ ਗਦਰੀ ਬਾਬਿਆਂ ਦਾ ਰਿਜ਼ੋਰਟ ਅਲਟੀਮੇਟਲੀ ਆਜ਼ਾਦੀ ਦਾ ਸੀ ਔਰ ਉਹਨਾਂ ਅੰਗਰੇਜ਼ਾਂ ਤੋਂ ਆਜ਼ਾਦੀ ਹੋਈ, ਅੱਜ ਖਾਲਸੇ ਦਾ ਰਿਜ਼ੋਰਟ ਹੈ ਇਸ ਧਰਤੀ ਤੋਂ, ਖਾਲਿਸਤਾਨ ਦੀ ਲਿਬਰੇਸ਼ਨ ਹੈ। ਸਤਿਗੁਰੂ ਰਹਿਮਤ ਕਰਨ ਬੁਲੰਦ ਆਵਾਜ਼ ਵਿੱਚ ਪੰਜ ਨਾਰੇ ਜ਼ਰੂਰ ਇਹ ਮੈਸੇਜ ਦਿੱਲੀ ਦੇ ਹਾਕਮ, ਇਹਨਾਂ ਦੀਆਂ ਐਮਬੈਸੀਆਂ, ਕੌਂਸਲੇਟ ਅਤੇ ਕੌਂਸਲਰ ਇਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਹੈ ਕਿ ਪੰਜ ਦਾ ਰਿਜ਼ੋਰਟ ਆਪਣੀ ਆਜ਼ਾਦ ਹਸਤੀ ਗਈ ਹੈ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਧੰਨਵਾਦ ਹੈ ਡਾਕਟਰ ਅਮਰਜੀਤ ਸਿੰਘ ਜੀ ਦਾ। ਆਓ ਹੁਣ 5 ਮਿੰਟ ਵਾਸਤੇ ਟਵੰਟੀ ਸੈਂਟਰ ਨੌਲੇਜ ਦੀ ਰਸਿੰਦਰ ਸਿੰਘ ਜੀ ਸੰਗਤਾਂ ਦੇ ਨਾਲ ਅਨੁਭਵ ਹੋਣਗੇ। ਖਾਲਸਾ ਮੇਰੋ ਰੂਪ ਹੈ ਖਾਲ, ਖਾਲਸੇ ਮੈਂ ਹਾਂ ਕਰਮ ਨਿਵਾਸ, ਖਾਲਸਾ ਮੇਰੋ ਸਾਜਨ ਸੁਗਾ, ਖਾਲਸਾ ਮੇਰੋ। ਅੱਜ ਇਤਿਹਾਸਿਕ ਅਸਥਾਨ ਗਦਰੀ ਬਾਬੇ ਜਿਨ੍ਹਾਂ ਨੇ ਹਿੰਦੂ ਵੈਸ਼ਨਵ ਮਤ ਹਿੰਦੁਸਤਾਨ ਦੇ ਨਾਲ ਸਾਂਝ ਪਾ ਕੇ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਉਸ ਸਥਾਨ ਤੇ ਸਮੂਹ ਸੰਗਤਾਂ ਵੱਲੋਂ ਭਰਵੀ ਇਕੱਠ ਵਿੱਚ ਜੋਸ਼ ਨੂੰ ਖਰੋਸ਼ ਨਾਲ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਇਸ ਵਾਸਤੇ ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਟੀਵੀ ਸਟੇਸ਼ਨਾਂ ਉੱਪਰ ਦੇਖ ਰਹੀਆਂ ਸੰਗਤਾਂ ਨੂੰ ਹੱਥ ਬੰਨ ਕੇ ਫਤਿਹ ਕਿਜਾਉਂਦੇ ਹਾਂ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜਿੰਦਾਬਾਦ। ਇਸ ਤੇ ਚੱਲਦੇ ਹੋਏ 7 ਸਾਲ
ਜਿੱਥੇ ਪੰਜਾਬ ਕੀਤਾ ਗਿਆ 30,000 ਤੋਂ ਵੱਧ ਬੀਬੀਆਂ ਬੱਚੇ ਬਜ਼ੁਰਗ ਮਾਰੇ ਸਾਰੇ ਤਰ੍ਹਾਂ ਦਾ ਨਤੀਜੇ ਨਾਲ ਸਾਡੇ ਗਵਾਹਾਂ ਨੂੰ ਵੀ ਇਹ ਦੱਸ ਨਾ ਸਕਣ ਇਨਸਾਨ ਮੰਨ ਨਾ ਸਕਣ ਖਤਮ ਕੀਤਾ ਗਿਆ ਖਰੀਦਿਆ ਗਿਆ ਤੇ ਅੱਜ ਦੀ ਗੱਲ ਜਿਹੜੀ ਚੱਲਦੀ ਹੈ ਆਪ ਸਫਤ ਸੰਗਤਾਂ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਿਹੜਾ ਇਹ ਵਿਸ਼ਾ ਦੁਨੀਆਂ ਭਰ ਵਿੱਚ ਭੱਜਿਆ ਜਾ ਰਿਹਾ ਸੀ ਸਿੱਖ ਕੌਮ ਨੂੰ ਕਿ ਸਿੱਖ ਅੱਤਵਾਦੀ ਹੈ ਉਹ ਤੁਸੀਂ ਬੋਲਿਆ ਕਿਹੜੇ ਰੂਪ ਵਿੱਚ ਸਿੱਖ ਪਰ ਦਰਸ਼ਨ ਹਿੰਦੂ ਸਿੱਖ ਪਰ ਦਰਸ਼ਨ ਹਿਊਮਨ ਰਾਈਟਸ ਐਕਟੀਵਿਸਟ ਦੇ ਰੂਪ ਵਿੱਚ ਜਿਨ੍ਹਾਂ ਨੇ ਆਪ ਸਮੂਹ ਦੇ ਫਤ ਨਾਲ ਸਮੂਹ ਦੀ ਮਦਦ ਦੇ ਨਾਲ ਜਿਹੜੇ ਇਹਨਾਂ ਨੇ ਇਹ ਕੰਮ ਕੀਤਾ 2007 ਤੋਂ ਲੈ ਕੇ ਜਿਹੜਾ ਵਕਤ ਅੱਜ ਜਨੋਸਰ ਹਲੇ 73 ਆ ਰਿਹਾ ਉਹ ਸਾਨੂੰ ਦਿੱਤਾ ਉਹ ਦਿਨ ਤੇ ਡਾਕਟਰ ਪਹੁੰਚ ਕੀਤੀ ਯੂਐਨਓ ਤੱਕ ਬੈਨ ਕੀ ਮੂਰ ਦੇ ਅਸਿਸਟੈਂਟ ਨਾਲ 3 ਵਾਰ ਮੁਲਾਕਾਤ ਹੋਈ ਉਹਨਾਂ ਸਾਹ ਵਾਲੇ ਗੱਲ ਕਹੀ ਕਿ ਤੁਹਾਡੀ ਲੜਾਈ ਜਦੋਂ ਸਿਰ ਤੈਨੂੰ ਬਚਾਏਗੀ ਉਹ ਤੁਹਾਡੇ ਤੱਕ ਲੈ ਗਿਆ ਜੀ ਉਹ ਲੈ ਕੇ ਆਉਣ ਤੋਂ ਬਾਅਦ ਫਿਰ ਇੱਕ ਇੱਕ ਸ਼ਹਿਰ ਵਿੱਚ ਜਾਣਾ ਸ਼ੁਰੂ ਕੀਤਾ ਜਿਹਦੇ ਵਿੱਚ ਸ਼ੁਰੂ ਹੋਇਆ ਹਾਰਮੀ ਸਿਟੀ ਇਲਾਜ ਵਿੱਚ ਉਪਰੰਤ ਕਰਮਨ ਸਰਵਾਕਿਉਂ ਫਰਿੰਦੋ ਸੁਚਾਤਨ ਇਹਨਾਂ ਸਾਰੇ ਸਰ ਲਾ ਕੇ ਜਿਹੜਾ ਜਿਹੜਾ ਸ਼ੁਰੂ ਕੀਤਾ ਅੰਤਰ ਅੱਜ ਬੀਬੀ ਹਰਿੰਦਰ ਕੌਰ ਮੰਨੀ ਉਹਨਾਂ ਦਾ ਧੰਨਵਾਦ ਮੂਲ ਸੰਗਤਾਂ ਵੱਲੋਂ ਅਸੀਂ ਕਰਦੇ ਹਾਂ ਜਿਨ੍ਹਾਂ ਨੇ ਮਤਾ ਲਿਆ ਕੇ ਪੰਜਾਬ ਦੇ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਵਾਇਆ ਚਲਣ ਸਾਈਡ ਹੈ ਤੇ ਅੱਜ ਲੜਾਈ ਜਿਹੜੀ ਡਾਕਟਰ ਸਾਹਿਬ ਕਹਿ ਰਹੇ ਨੇ ਹਰਜੀਤ ਸਿੰਘ ਵੱਲੋਂ ਜਿਹੜੇ ਡਿਫੈਂਸ ਮਿਨਿਸਟਰ ਬਚਾਉਣ ਜਾ ਰਹੇ ਨੇ ਤੇ ਹਿੰਦੂ ਦਲੀ ਸਰਕਾਰ ਨੇ ਕਿਹੜੇ ਬੰਦੇ ਨੂੰ ਸੂਟ ਕੀਤਾ ਮਸਤਾਰ ਨੂੰ ਜਿਹੜਾ ਸਿੱਖ ਚੁੱਕਾ ਹੈ ਧਰਮ ਬਿਨਾ ਸਭ ਤਰ੍ਹਾਂ
ਹਿੰਮਤ ਹਿੰਮਤਿਆ ਮਰਦਾ ਮੰਦਿਰ ਆਏ ਉਸ ਤਰ੍ਹਾਂ ਨਹੀਂ ਜਾ ਹੋਣਾ। ਕੋਸ਼ਿਸ਼ ਕਰੀਏ, ਗਹਿਣੀ ਪ੍ਰਵਾਨ ਕਰੋ, ਸਮਾਂ ਬਹੁਤ ਨੇੜੇ ਹੈ, ਵਿੱਚੋਂ ਅਠਾਰਾਂ ਵੀ ਹੋ ਰਿਹਾ, ਪਰ ਇਹ ਗੱਲ ਕਹਿਣੀ ਥੋੜ੍ਹੀ ਜ਼ਰੂਰੀ ਸੀ, ਜਿਸ ਕਰਕੇ ਮੁਆਫੀ ਮੰਗਦਾ ਸਾਡੀ ਸੰਗਤਾਂ ਤੋਂ ਕਿ ਆਪਦਾ ਸਮਾਂ ਥੋੜ੍ਹਾ ਵੱਧ ਲੈ ਲਿਆ। ਅਤੇ ਸਾਥ ਦਿਓ, ਅਰਦਾਸ ਕਰੋ ਕਿ ਜਿਹੜੇ ਗੀਤ ਚੱਲੇ ਨੇ ਉਹ ਡੋਲਣ ਦਾ ਉਹ ਚਿਲਕਣ ਦਾ, ਅਤੇ ਖਾਲਸੇ ਦੇ ਸੰਕਲਪ ਨੂੰ ਸਤਿਗੁਰ ਦੇ ਚਰਨਾਂ ਵਿੱਚ ਨੀਵੀਂ ਪਾ ਕੇ ਭਾਈ ਜੀ ਮੇਰੀ ਕਿਰਪਾ ਰਫਤਾਰ ਕੇਰੀ। ਸਤਿਗੁਰੂ ਜੀ ਬਖਸ਼ਿਸ਼ ਕਰਿਓ, ਬਸ ਇੰਨੀਆਂ ਬੇਨਤੀਆਂ ਕਰਦੇ ਹੋਏ, ਸਮਾਂ ਦੀ ਚਾਚਨਾ ਕਰਦੇ ਹੋਏ ਸਮਾਂ ਸੰਗਤਾਂ ਨੂੰ ਆਸ ਕਰਦਾ ਕਿ ਸਾਥ ਦੇਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਹੋ ਗਿਆ।
ਬਰਾਗੀ ਬਣ ਗਿਆ ਤੇ ਬਰਾਗ ਜੋ ਵੀ ਲੱਗੀ ਉਹ ਇਹ ਦਿੱਤੀ ਇੱਕ
ਅੰਦਰ ਰਾਮ ਸਿੰਘ ਦੇ ਮਕਾਨ ਉੱਤੇ ਇੱਕ ਬਹੁਤ ਮੇਲਾ ਸੀ, ਉੱਥੇ ਗਏ। ਇਹਨੇ ਬਹੁਤਾ ਚਿਰ ਉਹਦਾ ਸਾਥ ਬਣਾ ਦਿੱਤਾ। ਉਹਨੇ ਇੱਥੇ ਜਾ ਕੇ ਹੋਰ ਇੱਕ ਸਾਧ ਦਾ ਪੱਲਾ ਫੜ ਲਿਆ। ਫਿਰ ਇਹਦਾ ਮਨ ਪੀ ਕੇ ਜੋ ਦੂਜੇ ਸਮਾਗਮ ਤੇ ਗਏ, ਇਹਨੇ ਇੱਥੋਂ ਇੱਕ ਹੋਰ ਗੁਰੂ ਦਾ ਪੱਲਾ ਫੜ ਲਿਆ ਜਿਹਦਾ ਨਾਮ ਔਗਨਾਥ ਤੋਂ ਬੜਾ ਪ੍ਰਸਿੱਧ ਸੀ। ਉਹਨੇ ਬੜੇ ਆਪਦੇ ਜੰਤਰ ਮੰਤਰ ਰਿਧੀਆਂ ਸਿੱਧੀਆਂ ਵਰਤ ਕੀਤੀਆਂ ਸੀ, ਵੀਰ ਵਰਤ ਕੀਤੇ। ਇਹ ਲਾਸਟ ਮੇਰਾ ਵਾਪਸ ਵੱਡੀ ਦਾ ਸੀ ਮਹਾਰਾਸ਼ਟਰ ਦਾ ਗੁਲਾਬੀ ਦੇ ਕੰਡੇ ਤੇ ਜਿਹੜਾ ਆਸ਼ਰਮ ਸੀ, ਇਹਨੇ ਵੀ ਸੇਵਾ ਕੀਤੀ। ਇਹਨੂੰ ਮਰਨ ਤੋਂ ਪਹਿਲਾਂ ਉਹ ਜੰਤਰਾ ਮੰਤਰ ਦੀ ਜਿਹੜੀ ਉਹਨੇ ਕੋਠੀ ਲਿਖ ਕੇ ਰੱਖੀ ਸੀ ਰਹਿੰਦੂ ਦੇਵੀਆਂ, ਇੱਥੇ ਬੜਾ ਪ੍ਰਸਿੱਧ ਹੋਇਆ। ਬੜੀ ਮਾਨਤਾ ਹੋ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਮਹਾਰਾਜ ਸਾਹਿਬ ਨਾਲ ਨਦੇਵ ਦੀ ਧਰਤੀ ਤੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਵੀ ਨੀਤ ਪ੍ਰਗਟਾ ਪਿਆ, ਸਤਿਗੁਰ ਨੇ ਆਪਣਾ ਟਾਈਮ ਦੇ ਕੋਲ ਬਖਸ਼ਾ ਕਰ ਲਿਆ। ਇਹਦੇ ਲਾਗੇ ਇਹ ਸਮਰਾਗੀ ਦਾ ਡੇਰਾ ਸੀ, ਇਹਦੇ ਚੇਲਿਆਂ ਨੇ ਇਹਦਾ ਨਾਮ ਸਾਨੂੰ ਦੱਸ ਰੱਖਿਆ। ਕਣਕ ਦੀ ਸਰਦੀ ਦਾ ਸਮਾਂ ਸੀ ਤੇ ਸਤਿਗੁਰ ਪਾਤਸ਼ਾਹ ਇਹਦੇ ਡੇਰੇ ਤੇ ਚਲੇ ਤੇ ਡੇਰੇ ਤੇ ਤਾਂ ਗਏ ਪੜਿਆ
ਦੇ ਵਿੱਚ ਦੋ ਭਰਾ ਦੇ ਬੱਚੇ ਹੋਏ। ਇੱਕ ਬੱਚੇ ਨੂੰ ਪੱਲੇ ਲਾ ਕੇ ਲਿਆ, ਨਾਮ ਸਿੰਘ ਨੇ ਐਕਸ਼ਨ ਮਾਰਨ ਦੀ ਪਛਾਣ ਕੀ ਹੈ। ਸਤਿਗੁਰੂ ਕਹਿਣ ਲੱਗੇ ਤੈਨੂੰ ਦੇਖ ਕੇ ਆਪਣਾ ਮੂੰਹ ਹਟੂ, ਉਹਨੂੰ ਥੱਲੇ ਲਿਆਏ। ਨਾਮ ਸਿੰਘ ਨੇ ਇਸ ਤਰ੍ਹਾਂ ਕਿਕਰ ਤੇ ਚੜਿਆ, ਕਾਹ ਦੇ ਬੱਚੇ ਨੇ ਜਿਹੜਾ ਪਹਿਲਾਂ ਮੂੰਹ ਹਟਿਆ, ਨਾਮ ਸਿੰਘ ਫੜ ਕੇ ਥੱਲੇ ਲਿਆ। ਸਤਿਗੁਰੂ ਕਹਿਣ ਲੱਗੇ ਵੀ ਸ੍ਰੀ ਮਰੋੜ ਦੇ, ਉਹਨੇ ਸ੍ਰੀ ਮਰੋੜ ਸੀ। ਸਿੱਖਾਂ ਨੇ ਲਾਗੋਂ ਪੁੱਛਿਆ, ਮਹਾਰਾਜ ਇਹ ਵੀ ਚੋਰੀ ਕੀਤਾ। ਸਤਿਗੁਰੂ ਕਹਿਣ ਲੱਗੇ ਸਾਡਾ ਨਾਗਰਿਕ ਤੇ ਬਰਬੋਲਾ ਵਾਲਾ ਸੀ, ਕੋਈ ਗੁਰੂ ਕਾ ਸਿੱਖ ਲੰਗਰ ਖਾਤਾ ਆ। ਉਹਨੇ ਆਖਿਆ ਉਹ ਕਾ ਸਭਾ ਹੀ ਕਰਨਾ, ਕਿਉਂਕਿ ਚੁੱਪ ਕਰ ਜਾਏਗਾ। ਸਾਧੂ ਬੋਲੇ, ਸਾਹਿਬ ਬਾਬਾ ਜੀ ਬੱਚਾ ਦਾ ਬਚਨ ਪੂਰਾ ਹੋ ਗਿਆ, ਕਿ ਕਾ ਪੜਨਾ ਪੈ ਗਿਆ। ਸਾਡਾ ਨਾਗਰਿਕ ਸੀ, ਆਖਿਰ ਸਾਨੂੰ ਇਸ ਮੁਕਤੀ ਤੇ ਕਰਨੀ ਪੈਣੀ। ਗੁਰੂ ਦੇ ਸੋਚਾਂ ਨੂੰ ਜਾਣਨਾ ਇਹ ਬੰਦੇ ਦੇ ਮਰਦੇ ਮਨ ਦੀ ਗੱਲ ਨਹੀਂ। ਗੁਰੂ ਨੇ ਇਸ ਤਰ੍ਹਾਂ ਕਿਉਂ ਕੀਤਾ, ਇਹ ਗੁਰੂ ਦੀ ਮੌਤ ਸੀ। ਨਾਲ ਇਹਦੇ ਇਹ ਵੀ ਪ੍ਰਮਾਣ ਕਰਦੇ ਹਨ ਸਤਿਗੁਰੂ ਪਾਤਸ਼ਾਹ ਦੀ ਬਾਣੀ ਤੇ, ਸਤਿਗੁਰੂ ਮੇਰਾ ਮਾਰ ਵੱਲ, ਜਿਹੜਾ ਮਾਰਦਾ ਨੂੰ ਜਿਉਣ ਦੀ ਸ਼ਕਤੀ ਆਪਣੇ ਪਹਿਲਾਂ ਸਰਦੀਆਂ ਵਾਲੇ ਪਾਤਸ਼ਾਹ ਨੇ ਜਿਹੜੇ ਬਹੁਤ ਕੀਤਾ, ਇਸੇ ਗੱਲ ਸ੍ਰੀ ਜੀ ਉਹਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਵਾਸਤੇ ਨਾਲ ਨੇ ਸ਼ੋਧ ਕੀਤਾ। ਇਸ ਵੇਲੇ ਇਹਦੇ ਚੇਲਿਆਂ ਨੇ ਇਹ ਸਾਰਾ ਕੁਝ ਦੇਖਿਆ, ਭੱਜੇ ਭੱਜੇ ਵਾਹੂ ਦਾਸ ਦੇ ਕੋਲ ਗਏ। ਉਹਨੇ ਆਖਿਆ ਤੂੰ ਇੱਥੇ ਬੈਠਾ ਸਿਮੰਦ ਕਰੀ ਜਾਣਾ, ਤੂੰ ਤੇਰਾ ਡੇਰਾ ਤੇ ਸਾਰਾ ਭਲੇਖ ਕਰਤਾ। ਉਹਨੇ ਆਖਿਆ ਕਿ ਸ਼ਿਕਾਇਤਾਂ ਇੱਕ ਬੰਦਾ ਆਦਮੀ ਆਇਆ, ਉਹਨੇ ਆਹ ਕੁਛ ਉੱਥੇ ਆ ਕੇ ਕਰਤਾ। ਇਹਨੂੰ ਬੜਾ ਗੁੱਸਾ ਚੜਿਆ, ਇਹਨੇ ਜਿਹੜੀਆਂ ਰਿਹੜੀਆਂ ਸਿੱਧੀਆਂ ਵੱਸ ਕੀਤੀਆਂ ਸੀ, ਵੀਰ ਵੱਸ ਕੀਤੇ ਸੀ, ਸਾਰੇ ਇਕੱਠੇ ਕੀਤੇ। ਇਹਨੇ ਆਖਿਆ ਮਾਰੋ ਉਸ ਬੰਦੇ ਨੂੰ ਪੰਘੇ ਤੋਂ ਉਲਟਾ ਕੇ ਕੱਢੇ, ਜਿਹੜਾ ਮੇਰੇ ਪੰਘੇ ਤੇ ਆ ਕੇ ਬਹਿ। ਵੀਰਾਂ ਨੇ ਬੜਾ ਜ਼ੋਰ ਲਾਇਆ, ਔਰ ਉਧਰ ਅਨੰਤ ਸ਼ਕਤੀਆਂ ਦੇ ਬਾਲਕ ਮੇਰੇ ਕੰਬੀਆਂ ਹੋਏ ਪਾਤਸ਼ਾਹ ਪੰਘੇ ਤੇ ਬੈਠੇ। ਆਂਦੇ ਵੀ ਇਹਦਾ ਕਲਾ ਮਾਰਦੀ ਸੀ ਕਿ ਇਹਦਾ ਪੰਘਾ ਜਿਹੜਾ ਸੀ ਨਾ, ਉਹ ਜ਼ਮੀਨ ਤੇ ਪਾਵਾਂ ਵਿੱਚ ਉਹਦਾ ਕੋਈ ਥੱਲੇ ਲੱਗਦਾ, ਕਲਾ ਮਾਰਦਾ ਪੰਘਾ ਤਾਂ ਹੀ ਚੱਲ ਜਾਂਦਾ। ਕਿਸੇ ਬੱਕਰੇ ਦੀ ਜੁੱਤ ਨਹੀਂ ਸੀ ਕਿ ਕੋਈ ਥਾਂ ਤੋੜ ਕੇ ਥੋ ਤੋੜ ਕੇ ਖਾ ਲਵੇ, ਕੋਈ ਜਨਮ ਨਹੀਂ ਇਹਦੀ ਆਗਿਆ ਤੋਂ ਬਿਨਾਂ ਕਿਸੇ ਕਹਿਣ ਲੱਗੇ ਜਿਹੜਾ ਤੇਰਾ ਆਸ਼ਰਮ ਹੈ ਦੇਸ਼ ਦੀ ਧਰਤੀ ਉੱਤੇ ਹੈ। ਕਹਿਣ ਲੱਗਾ ਹਾਂ।
Oh!
ਸ਼ੰਕਾ ਹੋ ਗਈ ਆ, ਕੋਈ ਆਮ ਸਧਾਰਨ ਮਨੁੱਖ ਨਹੀਂ ਹੈ। ਜਦੋਂ ਉਹਨੇ ਅੰਤਰ ਧਿਆਨ ਹੋ ਕੇ ਵੇਖਿਆ, ਮੈਂ ਕਿਹਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਨੀ ਕਹਿਣ ਲੱਗੇ, ਹਾਂ ਤੂੰ ਕਿਉਂ ਮਹਾਰਾਜ? ਮੈਂ ਕਿਹਾ ਤੇ ਮਾਧੋ ਦਾਸ ਜਿਹਨੇ ਮੇਰੇ ਗਨਾਹ ਜੁੜੇ ਸੀ ਨਾ, ਇਸ ਨਾਂ ਦੇ ਨਾਲ ਜੁੜੇ ਮਹਾਰਾਜ, ਹੁਣ ਮੈਂ ਤੁਹਾਡਾ ਬੰਦਾ ਬਣ ਗਿਆ। ਸਤਿਗੁਰੂ ਕਹਿਣ ਲੱਗੇ, ਜੇ ਤੂੰ ਸਾਡਾ ਬੰਦਾ ਬਣਦਾ ਨਾ, ਤੇ ਫਿਰ ਤੈਨੂੰ ਸਾਡੀ ਸ਼ਕਤ ਦੇ ਵਿੱਚੋਂ ਨਹੀਂ ਜਾਣਾ। ਜੇ ਚੋਣੇ ਤੇ ਬੰਦਾ ਸਿੱਖੂ ਉਸਨਾਂ ਵੀ ਨਾਲ ਤੋੜ ਸਕਦੇ ਸਨ, ਇਹ ਗੱਲ ਸਾਡੇ ਵੀ ਧੋਖੀ ਹੈ। ਮਹਾਰਾਜ ਚੋਣੇ ਤੇ ਬੰਦਾ ਸਿੱਖੂ ਉਸਨਾਂ ਵੀ ਨਾਲ ਤੋੜ ਸਕਦੇ ਸਨ, ਉਹਨਾਂ ਕਹਿੰਦੇ ਸਾਡਾ ਬੰਦਾ ਬਣਨਾ ਨਾ, ਤੇ ਫਿਰ ਤੈਨੂੰ ਖੱਡੇ ਬਾਟੇ ਦਾ ਅਮਰ ਛਕਣਾ ਪਊਗਾ। ਸਤਿਗੁਰ ਪਾਤਸ਼ਾਹ ਦੇ ਸਤ ਕਮਲਾਂ ਤੋਂ ਸਮਝ ਸਕਿਆ, ਇਨਾਮ ਮਹਾਰਾਜ ਨੇ ਬੰਦਾ ਸਿੱਖੂ ਹਾਜ਼ਰ ਰੱਖਿਆ। ਮੇਰੇ ਪਾਤਸ਼ਾਹ ਜਦੋਂ ਤੋੜ ਲੱਗੇ ਹਨ ਇੱਥੋਂ ਚਾਰ ਮਹਾਰਾਜ ਕੱਲ ਫਰਕ ਪਕੜ ਕੇ ਚਾਰ ਸਾਲ ਹੁਕਮਨਾਮੇ ਲਿਖੇ ਆ, ਜਿਹਦੇ ਉੱਤੇ ਲਿਖਿਆ ਕਿ ਮੈਂ ਇੱਥੋਂ ਜਰਨੈਲ ਸਾਹਿਬ ਕੇ ਭੇਜੇ ਆ, ਤੁਸੀਂ ਸਾਰੇ ਕੰਮ ਬਾਕੀ ਦੇ ਛੱਡ ਕੇ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਪੰਜਾਬ ਦੇ ਜੁਰਮਾਂ ਦਾ ਇਹਨਾਂ ਨੇ ਵੱਧ ਵੱਧ ਕੇ ਜੁਰਮ ਕੀਤੇ ਉਹਨਾਂ ਦੇ ਕੋਲ ਬਦਲੇ ਲੈਣੇ ਆ। ਸੱਚੇ ਪਾਤਸ਼ਾਹ ਮਹਾਰਾਜ ਬੜਾ ਖੁਸ਼ ਹੋ ਕੇ ਤੁਹਾਨੂੰ ਲੱਗੇ ਆ, ਕਹਿੰਦੇ ਆਪਣੇ ਗਾਤਰੇ ਵਾਲੀ ਸਲਵਾਰ ਦਿੱਤੀ, ਉਹ ਨਾਲ ਪੰਜੀ ਸਿਰ ਦਿੱਤੇ ਆ, ਇੱਕ ਦਿਨ ਵਿੱਚੋਂ ਗਲਤੀ ਕਰ ਲਈ। ਜਦੋਂ ਸਤਿਗੁਰ ਪਾਤਸ਼ਾਹ ਨੇ ਆਪਣੇ ਗਾਤਰੇ ਦੀ ਸਿਰ ਸਾਹਿਬ ਦਿੱਤੀ ਨਾ, ਇੱਕ ਦਿਨ ਭੱਜ ਕੇ ਇਹਦੇ ਕੋਲ ਖੋ ਗਈ। ਸਤਿਗੁਰੂ ਹੈਰਾਨ ਹੋਏ ਤੇ ਕਹਿਣ ਲੱਗੇ, ਇਹ ਕੀ ਕੀਤਾ ਜੀ? ਕਹਿੰਦਾ ਮਹਾਰਾਜ ਸਾਨੂੰ ਇੱਥੇ 20-20 ਫਰਿਆਂ ਨੂੰ ਹੋਵੇ ਝਾੜੂ ਮਾਰਦਿਆਂ ਨੂੰ ਜੋੜੇ ਝਾੜਦਿਆਂ ਨੂੰ, ਇਹਨੇ ਕੰਮ ਸਿੱਖ ਸੱਜਿਆ ਤੇ ਇਹਨੂੰ ਆਪਣੇ ਗਾਤਰੇ ਵਾਲੀ ਸਲਵਾਰ ਦੇ ਦਿੱਤੀ। ਸਿੱਖੋ ਉਹ ਇਹ ਵੀ ਜਾਣ ਸਕੇ ਕਿ ਬੰਦਾ ਸਿੰਘ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕਿੰਨੇ ਜਨਮਾਂ ਦਾ ਪਿਆਰ। ਅਸੀਂ ਇਹ ਜਨਮ ਦੀਆਂ ਗੱਲਾਂ ਕਰਕੇ ਤੇ ਗੁਰੂ ਤੇ ਚਲਾ ਕਰਦੇ ਆਖਿਆ ਕੁਝ ਨਹੀਂ। ਸਤਿਗੁਰੂ ਪਾਤਸ਼ਾਹ ਨੇ ਤਲਵਾਰ ਫੜੀ ਤੇ ਹੱਸੇ, ਕਿਉਂਕਿ ਇਹ ਗੁਰੂ ਨਾਨਕ ਦਾ ਦਰਬਾਰ ਹੈ, ਦਰਬਾਰਾ ਗਿਰੀ ਦਾ ਦਰਬਾਰ ਨੇ ਵੀ ਸ਼ਰਾਬ ਦੇਣ ਦੇ ਇਹ ਬੜਾ ਦਾ ਘਰ ਹੈ। ਸਤਿਗੁਰੂ ਪਾਤਸ਼ਾਹ ਦਾ ਤਲਵਾਰ ਆਪਣੇ ਗਾਤਰੇ ਕਰਕੇ ਉਹਨਾਂ ਆਪਣੇ ਪੱਤੇ ਵਿੱਚੋਂ ਪੰਜ ਤੀਰ ਕੱਢੇ ਤੇ ਆਖਿਆ, ਬਲੋਦ ਸਿੰਘਾ ਇਹ ਗਲਤੀ ਤੁਸੀਂ ਨਾ ਕਰਦੇ ਨਾ, ਇਹ ਸ਼ਾਇਦ ਤੀਰ ਮੈਂ ਤੁਹਾਨੂੰ ਦਿੰਦਾ, ਤੁਸੀਂ ਇਹਦੇ ਕੋਲ ਤਲਵਾਰ ਖੋਲੀ ਆ, ਤਲਵਾਰ ਨਾਲੋਂ ਤੀਰਾਂ ਵਿੱਚ ਕਈ ਗੁਣਾ ਵੱਧ ਸ਼ਕਤੀ ਹੁੰਦੀ, ਹੁਣ ਮੈਂ ਇੱਕ ਦੀ ਜਗ੍ਹਾ ਤੇ ਇਹਨੂੰ ਪੰਜ ਦੇਣ ਲੱਗਾ। ਤੇ ਸਤਿਗੁਰੂ ਨੇ ਪਾਬੰਦ ਕਰ ਦਿੱਤਾ ਕਿ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੇ। ਮੇਰੇ ਪਾਤਸ਼ਾਹ ਤੋੜ ਲੱਗੇ ਆ ਤੇ ਤੁਰੇ ਜਾਂਦੇ ਨੂੰ ਗੁਰੂ ਗੋਬਿੰਦ ਸਿੰਘ ਕੀ ਸਿੱਖਿਆ ਦੇ ਰਿਹਾ ਉਹ ਲੈਣਾ ਤੁਹਾਡੇ ਸਾਹਮਣੇ ਜੋੜੀ ਕਵਿਤਾ ਬਿਆਨ ਕਰ ਰਹੀ ਹੈ, ਜਿਹੜਾ ਸਰਵਣ ਕਰੀ ਸੀ। ਕੋਲ
ਦੇਖੋ